ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਜੁੜ ਬੈਠੇ ਗੁਰੂ ਸਵਾਰਿਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਦੀ ਇਸ ਮਹਾਨ ਸ਼ਹਾਦਤ, ਮੈਂ ਦੁਨੀਆਂ ਦੀ ਇਸ ਮਹਾਨ ਸ਼ਹਾਦਤ ਦੇ ਵਾਸਤੇ ਇਹ ਸ਼ਬਦ ਇਸ ਕਰਕੇ ਵਰਤਿਆ ਕਿ ਦੁਨੀਆਂ ਦੇ ਇਤਿਹਾਸ ਨੂੰ ਪੜ੍ਹ ਲਵੋ, ਕਿਸੇ ਵੀ ਧਰਮ ਦੇ ਵਿੱਚ ਐਸੀ ਸ਼ਹਾਦਤ ਨਜ਼ਰ ਨਹੀਂ ਆਉਂਦੀ। ਔਰ ਜਦੋਂ ਸ਼ਹੀਦ ਸ਼ਬਦ ਦੀ ਗੱਲ ਆਉਂਦੀ ਹੈ ਤੇ ਗੁਰੂ ਸਵਾਰਿਓ, ਸ਼ਹੀਦ ਸ਼ਬਦ ਵੀ ਅਰਬੀ ਭਾਸ਼ਾ ਦਾ, ਅਰਬੀ ਭਾਸ਼ਾ ਦੇ ਇਸ ਸ਼ਬਦ ਦੇ ਅਰਥ ਨੇ ਗਵਾਹੀ ਦੇਣੀ, ਸ਼ਹਾਦਤ ਗਵਾਹੀ ਨੂੰ ਕਿਹਾ ਜਾਂਦਾ। ਇਸਲਾਮੀ ਪਰੰਪਰਾ ਦੇ ਵਿੱਚ ਸ਼ਹੀਦ ਸ਼ਬਦ ਹੈ, ਇਸਲਾਮੀ ਧਾਰਮਿਕ ਮਰਿਆਦਾ ਦੇ ਵਿੱਚ ਸ਼ਬਦ ਕਲਮਾ ਏ ਸ਼ਹਾਦਤ ਵੀ ਆਉਂਦਾ ਹੈ। ਕੁਰਾਨ ਦੇ ਵਿੱਚ ਕਿਤੇ ਸ਼ਹੀਦ ਸ਼ਬਦ ਨਹੀਂ ਹੈ, ਹਦੀਸ ਦੇ ਵਿੱਚ ਸ਼ਹੀਦ ਸ਼ਬਦ ਆਉਂਦਾ। ਇਸ ਦਾ ਅਰਥ ਹੈ ਕਿ ਕੋਈ ਮਨੁੱਖ ਜਦੋਂ ਦੁਨੀਆਂ ਦੇ ਉੱਪਰ ਹੋ ਰਹੇ ਜ਼ੁਲਮ ਦੀ ਗਵਾਹੀ ਖੁਦਾਵੰਦ ਦੇ ਪਾਸ ਜਾ ਕੇ ਦਿੰਦਾ ਹੈ ਆਪਣੇ ਸਰੀਰ ਦਾ ਠੀਕਰਾ ਭੰਨ ਕੇ, ਤਾਂ ਉਹ ਅਵਸਥਾ ਸ਼ਹੀਦੀ ਹੈ। ਸੋ ਇਹ ਜਿਹੜਾ ਸ਼ਬਦ ਸੀ ਇਸਲਾਮ ਨੇ ਆਜ਼ਾਦ ਕੀਤਾ ਹੈ, ਇਸਲਾਮੀ ਪਰੰਪਰਾ ਚਾਹੁੰਦਾ ਹੈ। ਤੇ ਹਿੰਦੁਸਤਾਨ ਦੀ ਧਰਤੀ ਤੇ 5000 ਸਾਲ ਤੋਂ ਪਹਿਲਾਂ ਰਚੇ ਗਏ ਚਾਰ ਵੇਦ, ਸਿਮਰਤੀਆਂ, ਸ਼ਾਸਤਰ, ਪ੍ਰਾਣ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਸ਼ਹੀਦ ਸ਼ਬਦ ਨਹੀਂ। ਜੱਗਾਂ ਦੀ ਗੱਲ ਹੈ, ਬਲੀਆਂ ਦੀ ਗੱਲ ਹੈ, ਜੰਤਰ ਮੰਤਰ ਤੰਤਰ ਦੀ ਗੱਲ ਹੈ, ਸ਼ਰਾਧਾਂ ਦੀ ਗੱਲ ਹੈ, ਜਾਦੂ ਟੂਣਿਆਂ ਦੀ ਗੱਲ ਹੈ, ਸ਼ਹੀਦ ਸ਼ਬਦ ਹੀ ਹੈ। ਔਰ ਸੱਚ ਜਾਣਿਓ, ਗੁਰੂ ਅਰਜਨ ਸਭ ਤੋਂ ਪਹਿਲਾਂ ਇਸ ਦੁਨਿਆਵੀ ਖਿੱਤੇ ਦੇ ਵਿੱਚ ਕੋਈ ਐਸਾ ਸ਼ਹੀਦ ਵੀ ਨਹੀਂ ਹੋਇਆ ਜਿਹੜਾ ਸ਼ਹੀਦੀ ਦੇ ਪੈਰਾਮੀਟਰ ਉੱਪਰ ਪੂਰਾ ਉਤਰਦਾ ਹੋਵੇ, ਕੋਈ ਵੀ ਨਹੀਂ ਹੋਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੋ ਵਾਰ ਸ਼ਹੀਦ ਸ਼ਬਦ ਆਉਂਦਾ, ਆਸਾ ਰਾਗ ਦੇ ਵਿੱਚ ਔਰ ਤਿਲੰਗ ਰਾਗ ਦੇ ਵਿੱਚ। ਇੱਕ ਜਗ੍ਹਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸਲਾਮੀ ਪਰੰਪਰਾ ਦੇ ਰੂਪ ਚ ਇਸ ਗੱਲ ਨੂੰ ਪ੍ਰਗਟ ਕਰਦੇ ਨੇ, ਕਿਉਂਕਿ ਇਸਲਾਮ ਦੇ ਵਿੱਚ ਸ਼ਹੀਦਾਂ ਦੇ ਪਵਿੱਤਰ ਜਾਣ ਕੇ ਪੂਜਾ ਕੀਤੀ ਜਾਂਦੀ ਹੈ। ਪਾਤਸ਼ਾਹ ਕਹਿੰਦੇ ਨੇ ਪੀਰ ਪੈਗੰਬਰ ਸਾਲਕ ਸਾਧਕ ਸਹੁਦੇ ਔਰ ਸ਼ਹੀਦ। ਦੂਸਰਾ ਜਿਹੜਾ ਸ਼ਬਦ ਭਗਤ ਰਵਿਦਾਸ ਜੀ ਨੇ ਕਬੀਰ ਜੀ ਦੇ ਬਾਰੇ ਵਰਤਿਆ, ਉਹਦੇ ਵਿੱਚ ਵੀ ਇਸਲਾਮੀ ਪਰੰਪਰਾ ਹੈ ਕਿ ਕਬੀਰ ਜੀ ਉਹ ਮੁਸਲਮਾਨ ਜਿਨ੍ਹਾਂ ਦੇ ਘਰ ਦੇ ਵਿੱਚ ਗਊ ਵੱਧ ਕੀਤਾ ਜਾਂਦਾ ਸੀ ਤੇ ਸ਼ਹੀਦਾਂ ਪੀਰਾਂ ਦੀ ਪੂਜਾ ਕੀਤੀ ਜਾਂਦੀ ਸੀ, ਉਹ ਵੀ ਖੁਦਾ ਨੂੰ ਪ੍ਰਵਾਨ ਹੋਏ। ਜਾ ਕੇ ਕੁੱਲ ਵਿਖੇ ਗਊ ਰੇ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾਂ। ਇਸ ਤਰ੍ਹਾਂ ਦੋ ਵਾਰੀ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਉਂਦਾ ਹੈ। ਹੁਣ ਖਿਆਲ ਕਰਿਓ, ਇਸਲਾਮ ਨੇ ਇਸ ਸ਼ਬਦ ਨੂੰ ਜਨਮ ਦਿੱਤਾ, ਪਰ ਇਸਲਾਮ ਦੇ ਕੋਲ ਇਸ ਸ਼ਬਦ ਦੇ ਪੈਰਾਮੀਟਰ ਮਾਪਦੰਡ ਇੰਨੇ ਛੋਟੇ ਨੇ ਕਿ ਸ਼ਹੀਦ ਸ਼ਬਦ ਛੋਟਾ ਹੋ ਜਾਂਦਾ। ਕਿਵੇਂ ਹੁੰਦਾ ਹੈ? ਜੰਗੇ ਉਹਦ ਦੇ ਵਿੱਚ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਲੜ ਰਹੇ ਨੇ, ਇੱਕ ਜਰਨੈਲ ਉਮੈਦ ਬਿਨ ਕਮਈਆ ਨੇ ਆ ਕੇ ਕਿਰਪਾਨ ਮਾਰੀ ਤੇ ਮੁਹੰਮਦ ਸਾਹਿਬ ਘੋੜੇ ਤੋਂ ਹੇਠਾਂ ਡਿੱਗ ਪਏ, ਕਿਰਪਾਨ ਮੂੰਹ ਤੇ ਵੱਜੀ। ਉਹਨਾਂ ਸਮਿਆਂ ਦੇ ਵਿੱਚ ਇੱਕ ਰਿਵਾਜ ਹੋਇਆ ਕਰਦਾ ਸੀ ਕਿ ਕਈ ਲੜਾਈ ਦੇ ਵਿੱਚ ਜਾਨ ਬਚਾਉਣ ਵਾਲੇ ਮਨੁੱਖ ਜਾਣ ਬੁੱਝ ਕੇ ਮਰਨ ਦਾ ਨਾਟਕ ਕਰਦੇ ਸੀ, ਔਰ ਉਹਨਾਂ ਨਾਟਕ ਕਰਨ ਵਾਲੇ ਲੋਕਾਂ ਦਾ ਪਾਜ ਉਘੇੜਨ ਵਾਸਤੇ ਦੁਸ਼ਮਣ ਵੱਲੋਂ ਪਤਾ ਕੀ ਕੀਤਾ ਜਾਂਦਾ ਸੀ। ਜਿਹੜੇ ਲੋਕ ਬੇਹੋਸ਼ੀ ਦਾ ਨਾਟਕ ਕਰਕੇ ਮੈਦਾਨੇ ਜੰਗ ਦੇ ਵਿੱਚ ਡਿੱਗੇ ਪਏ ਹੁੰਦੇ ਸੀ, ਉਹਨਾਂ ਦੇ ਪੱਥਰ ਨਾਲ ਦੰਦ ਭੰਨ ਕੇ ਵੇਖੇ ਜਾਂਦੇ ਸੀ। ਮੁਹੰਮਦ ਸਾਹਿਬ ਵੀ ਜ਼ਮੀਨ ਤੇ ਡਿੱਗੇ ਪਏ ਨੇ। ਉਮੈਦ ਬਿਨ ਕਮਈਆ ਘੋੜੇ ਤੋਂ ਉਤਰਿਆ ਤੇ ਮੁਹੰਮਦ ਸਾਹਿਬ ਦਾ ਦੰਦ ਭੰਨ ਕੇ ਵੇਖਿਆ, ਤੇ ਮੁਹੰਮਦ ਸਾਹਿਬ ਨੇ ਦੰਦ ਤੇ ਭਨਵਾ ਲਿਆ ਪਰ ਜ਼ਬਾਨ ਚੋਂ ਸੀ ਨਹੀਂ ਕੱਢੀ, ਕਿਉਂਕਿ ਮੌਤ ਤੋਂ ਡਰ ਆ ਰਿਹਾ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਵਾਰਸ ਹੀਰ ਦੇ ਵਿੱਚ ਲਿਖਦਾ ਹੈ, ਉਹ ਕਹਿੰਦਾ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਦਾ ਕੱਟਦੀ ਹੈ, ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ ਤਕਦੀਰ ਨਾ ਕਿਸੇ ਤੋਂ ਹਟਦੀ ਹੈ। ਹਜ਼ਰਤ ਹਸਨ ਤੇ ਹਜ਼ਰਤ ਹੁਸੈਨ ਨੂੰ ਇਸਲਾਮ ਦੇ ਦ ਕਿੰਗ ਆਫ ਮਾਰਟਰ ਸਭ ਤੋਂ ਵੱਡੇ ਸ਼ਹੀਦ ਗਿਣਿਆ ਜਾਂਦਾ। ਔਰ ਸੱਚ ਜਾਣਿਓ, ਉਹਨਾਂ ਦੀ ਉਮਰ ਸਾਡੇ ਗੁਰੂ ਸਾਹਿਬਾਨ ਦੇ ਛੋਟੇ ਸਾਹਿਬਜ਼ਾਦਿਆਂ ਤੋਂ ਬਹੁਤ ਵੱਡੀ ਸੀ। ਉਹਨਾਂ ਦੇ ਵਿੱਚੋਂ ਵੀ ਇੱਕ ਨੂੰ ਹਜ਼ਰਤ ਹਸਨ ਨੂੰ ਉਸਦੀ ਪਤਨੀ ਨੇ ਜ਼ਜ਼ੀਦ ਦੇ ਕਹਿਣ ਤੇ ਜ਼ਹਿਰ ਦੇ ਕੇ ਮਾਰ ਦਿੱਤਾ, ਉਹ ਵੀ ਕੋਈ ਸ਼ਹੀਦੀ ਨਹੀਂ।
ਤੇ ਜਦੋਂ ਹਜ਼ਰਤ ਹੁਸੈਨ ਨੂੰ ਕਰਬਲਾ ਦੇ ਮੈਦਾਨ ਦੇ ਵਿੱਚ ਘੇਰ ਲਿਆ ਗਿਆ ਤਾਂ ਉਸ ਵੇਲੇ ਉਹ ਵੀ ਆਪਣੀ ਜਾਨ ਬਖਸ਼ੀ ਦੇ ਵਾਸਤੇ ਆਪਣੇ ਪੁੱਤਰ ਨੂੰ ਹੱਥਾਂ ਤੇ ਚੁੱਕ ਕੇ ਜ਼ਜ਼ੀਦ ਦੇ ਸਾਹਮਣੇ ਤੇ ਉਸ ਦੇ ਸੈਨਾਪਤੀ ਸਮਰ ਦੇ ਸਾਹਮਣੇ ਤਰਲੇ ਲੈਂਦਾ ਕਹਿੰਦਾ ਮੈਂ ਹਜ਼ਰਤ ਮੁਹੰਮਦ ਸਾਹਿਬ ਦਾ ਦੋਹਤ ਹੈ ਮੇਰੀ ਜਾਨ ਛੱਡ ਦਿਓ। ਬੇਸ਼ੱਕ ਕੇ ਇਸਲਾਮੀ ਕਵੀ ਇਸ ਗੱਲ ਨੂੰ ਲਿਖਦੇ ਨੇ ਕਿ ਕਤਲੇ ਹੁਸੈਨ ਦਰ ਅਸਲ ਮਰਗ ਜਜੀਰ ਥਾ, ਇਸਲਾਮ ਜਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਪਰ ਕਰਬਲਾ ਦੇ ਮੈਦਾਨ ਤੋਂ ਕਿਤੇ ਵੱਡੀ ਸ਼ਹਾਦਤ ਜਿਹੜੀ ਸਰਹੰਦ ਵਿੱਚ ਹੋਈ, ਉਹ ਸ਼ਹਾਦਤ ਜਿਸ ਦੇ ਦੁਨੀਆਂ ਦੇ ਸ਼ਹਾਦਤ ਦੇ ਪੈਰਾਮੀਟਰ ਉਹ ਬਣਾ ਦਿੱਤੇ ਜਿਨ੍ਹਾਂ ਦੇ ਬਾਰੇ ਕਵੀ ਫੈਜ਼ ਲਿਖਦਾ ਹੈ, ਜੇ ਜਾਨ ਤੋਂ ਆਨੀ ਜਾਨੀ ਹੈ ਇਸ ਜਾਂ ਕੀ ਤੋਂ ਕੋਈ ਬਾਤ ਨਹੀਂ, ਜਿਸ ਧੱਜ ਸੇ ਕੋਈ ਮਕਤਲ ਮੇ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ। ਚਾਰ ਚੀਜ਼ਾਂ ਹੁੰਦੀਆਂ ਨੇ, ਕਤਲ, ਕਾਤਲ, ਮਕਤਲ ਔਰ ਮਕਤੂਲ। ਕਤਲ ਕਰਨ ਦੀ ਕਿਰਿਆ ਹੈ, ਕਾਤਲ ਜਿਹੜਾ ਕਤਲ ਕਰਦਾ ਹੈ, ਮਕਤੂਲ ਜਿਸ ਦਾ ਕਤਲ ਕੀਤਾ ਜਾਂਦਾ ਹੈ ਤੇ ਮਕਤਲ ਜਿਸ ਜਗ੍ਹਾ ਤੇ ਕਤਲ ਕੀਤਾ ਜਾਂਦਾ ਹੈ। ਹੁਣ ਇਹ ਚਾਰ ਚੀਜ਼ਾਂ ਜਦੋਂ ਇਕੱਠੀਆਂ ਹੁੰਦੀਆਂ ਨੇ ਤੇ ਇੱਕ ਸ਼ਹਾਦਤ ਜਨਮ ਲੈਂਦੀ ਹੈ, ਔਰ ਦੁਨੀਆਂ ਦੇ ਵਿੱਚ ਇਹ ਸਭ ਤੋਂ ਛੋਟੀ ਸ਼ਹਾਦਤ ਹੈ ਜਦੋਂ ਸਾਹਿਬਜ਼ਾਦੇ ਗੁਰੂ ਪਾਤਸ਼ਾਹ ਦੇ ਸੁੱਟੇ ਸਾਹਿਬਜ਼ਾਦੇ ਆਪ ਤੁਰ ਕੇ ਮਕਤੂਲ ਮਕਤਲ ਦੇ ਵਿੱਚ ਜਾ ਰਿਹਾ, ਜਿਸ ਧੱਜ ਸੇ ਕੋਈ ਮਕਤਲ ਮੇ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ। ਕੱਲ ਅਸੀਂ ਗੱਲ ਕੀਤੀ ਸੀ ਸਾਕਾ ਚਮਕੌਰ ਦੇ ਬਾਰੇ। ਗੁਰੂ ਪਿਆਰਿਓ, ਸਰਸਾ ਨਦੀ ਦੇ ਕੰਢੇ ਦੇ ਉੱਪਰ ਉਸ ਭਿਆਨਕ ਜੰਗ ਦੇ ਵਿੱਚ ਅਨੇਕਾਂ ਸਿੰਘ ਸ਼ਹੀਦ ਹੋਏ। ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ। ਇੱਕ ਹਿੱਸਾ ਗੁਰੂ ਸਾਹਿਬ ਦੇ ਨਾਲ ਚਮਕੌਰ ਦੀ ਗੜੀ ਵਾਲੇ ਪਾਸੇ ਗਿਆ, ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਦੂਸਰੇ ਮਾਤਾ ਸੁੰਦਰ ਕੌਰ ਜੀ ਦਿੱਲੀ ਵੱਲ ਨੂੰ ਚਲੇ ਗਏ, ਔਰ ਤੀਸਰੇ ਮਾਤਾ ਗੁਜ਼ਰ ਕੌਰ ਦੇ ਨਾਲ ਗੁਰੂ ਸਾਹਿਬਾਨ ਦੇ ਦੋ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ। ਇਹ ਸਰਸਾ ਨਦੀ ਤੋਂ ਪਾਰ ਕਰਨ ਤੋਂ ਬਾਅਦ ਚੌਂਤੇ ਵਾਲੇ ਪਾਸੇ ਨੂੰ ਤੁਰ ਪਏ ਨੇ। ਮੈਨੂੰ ਇੱਕ ਗੱਲ ਤੋਂ ਬੜਾ ਹੈਰਾਨ ਹੈ ਕਿ ਇਹ ਕਿੰਨੇ ਘੰਟੇ ਕਿੰਨੇ ਘੜੀਆਂ ਇਹ ਤੁਰਦੇ ਤੁਰਦੇ ਬੱਚੇ ਆਪਣੀ ਦਾਦੀ ਮਾਂ ਦੇ ਨਾਲ ਚੌਂਤੇ ਪਿੰਡ ਵਿਖੇ ਪਹੁੰਚਦੇ ਨੇ। ਤੇ ਸੱਚ ਜਾਣਿਓ, ਮੈਨੂੰ ਇਤਿਹਾਸ ਦੇ ਵਿੱਚ ਕਿਸੇ ਵੀ ਲੇਖਕ ਦੀ ਲਿਖੀ ਇੱਕ ਗੱਲ ਨਹੀਂ ਲੱਭੀ ਕਿ ਕਿਤੇ ਇਹਨਾਂ ਛੋਟੀਆਂ ਛੋਟੀਆਂ ਮਾਸੂਮ ਜਿੰਦਾਂ ਨੇ ਆਪਣੀ ਦਾਦੀ ਮਾਂ ਨੂੰ ਕਿਹਾ ਹੋਵੇ, ਦਾਦੀ ਮਾਂ ਸਾਨੂੰ ਭੁੱਖ ਲੱਗੀ ਹੈ, ਦਾਦੀ ਮਾਂ ਸਾਨੂੰ ਪਿਆਸ ਲੱਗੀ ਹੈ। ਜੰਗਲ ਦੇ ਵਿੱਚੋਂ ਤੁਰਦੇ ਤੁਰਦੇ ਮਾਤਾ ਗੁਜ਼ਰ ਕੌਰ ਔਰ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੇ ਕੋਲ ਪਹੁੰਚੇ ਨੇ। ਸਭ ਤੋਂ ਪਹਿਲਾਂ ਇੱਥੇ ਇਤਿਹਾਸਕਾਰਾਂ ਦੀ ਰਾਏ ਵੱਖ ਵੱਖ ਹੈ। ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਗੰਗੂ ਸਰਸਾ ਨਦੀ ਦੇ ਕੰਢੇ ਤੇ ਹੀ ਨਾਲ ਸੀ, ਤੇ ਬਹੁਤੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਚੌਂਤੇ ਪਿੰਡ ਦੇ ਨੇੜੇ ਤੋਂ ਗੰਗੂ ਮਾਤਾ ਗੁਜ਼ਰ ਕੌਰ ਜੀ ਨੂੰ ਲੈ ਕੇ ਗਿਆ। ਖੈਰ, ਨਾਲ ਨਾਲ ਇਸ ਗੱਲ ਦੀ ਵਿਚਾਰ ਕਰਾਂਗੇ। ਇਹ ਕੁੰਮੇ ਨਾਂ ਦਾ ਮਾਸ਼ਕੀ ਜਿਹੜਾ ਪਹਿਲਾਂ ਕਦੀ ਹਿੰਦੂ ਸੀ, ਉਸ ਤੋਂ ਬਾਅਦ ਇਸਲਾਮ ਧਰਮ ਧਾਰਨ ਕਰਕੇ ਇਹ ਕਰਮਰੂਦੀਨ ਬਣਿਆ, ਜਿਸ ਨੂੰ ਕੁੰਮਾ ਮਾਸ਼ਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੁਛ ਇਤਿਹਾਸਕਾਰਾਂ ਨੇ ਇਸ ਦਾ ਨਾਂ ਕਰੀਮ ਬਖਸ਼ ਵੀ ਲਿਖਿਆ। ਮਾਤਾ ਗੁਜ਼ਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਇਸ ਦੇ ਕੋਲ ਆਏ, ਇਸ ਨੇ ਮਾਤਾ ਜੀ ਦੀ ਆਓ ਭਗਤ ਕੀਤੀ। ਇਹਦੇ ਗੁਆਂਢ ਦੇ ਵਿੱਚ ਇੱਕ ਲਛਮੀ ਨਾਂ ਦੀ ਬ੍ਰਾਹਮਣੀ ਰਿਹਾ ਕਰਦੀ ਸੀ। ਉਹਨੇ ਸਾਹਿਬਜ਼ਾਦਿਆਂ ਨੂੰ ਮਸਰਾਂ ਦੀ ਦਾਲ ਦੇ ਨਾਲ ਰੋਟੀ ਖਵਾਈ। ਖਿਆਲ ਕਰਿਓ, ਰਾਤ ਦੇ ਸਮੇਂ ਅਨੰਦਪੁਰ ਸਾਹਿਬ ਤੋਂ ਤੁਰੀਆਂ ਇਹ ਦੋ ਮਾਸੂਮ ਜ਼ਿੰਦਾਂ ਭੁੱਖ ਦੇ ਵਿੱਚ ਸਾਰਾ ਸਫ਼ਰ ਤੈਅ ਕੀਤਾ ਹੈ, ਅਤੇ ਅਖੀਰ ਜਦੋਂ ਚੌਂਤੇ ਕੁੰਮੇ ਮਾਸ਼ਕੀ ਦੇ ਘਰ ਪਹੁੰਚੇ ਨੇ, ਉੱਥੇ ਉਸਦੀ ਗੁਆਂਢਣ ਨੇ ਇਹਨਾਂ ਨੂੰ ਪ੍ਰਸ਼ਾਦਾ ਛਕਾਇਆ। ਕੁਝ ਸਮਾਂ ਉੱਥੇ ਬਤੀਤ ਹੋਇਆ। ਉਸ ਤੋਂ ਬਾਅਦ ਮਾਤਾ ਗੁਜ਼ਰ ਕੌਰ ਹੁਣਾਂ ਨੂੰ ਲੈਣ ਵਾਸਤੇ ਸਹੇੜੀ ਪਿੰਡ ਦਾ ਵਸਨੀਕ ਗੰਗੂ ਆ ਗਿਆ। ਗੰਗੂ ਮਾਤਾ ਗੁਜ਼ਰ ਕੌਰ ਹੁਣਾਂ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਅੱਜ ਅਸੀਂ ਇਸ ਪਿੰਡ ਨੂੰ ਖੇੜੀ ਕਰਕੇ ਜਾਣਦੇ ਹਾਂ, ਪਰ ਪੁਰਾਣਾ ਇਸ ਦਾ ਨਾਂ ਸਹੇੜੀ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪਿੰਡ ਨੂੰ ਉਜਾੜ ਕੇ ਰੱਖ ਦਿੱਤਾ ਤਾਂ ਪਿੰਡ ਨੂੰ ਸਹੇੜੀ ਉਖੇੜੀ ਕਿਹਾ ਜਾਣ ਲੱਗਾ, ਤੇ ਉਖੇੜੀ ਤੋਂ ਬਾਅਦ ਅੱਜ ਇਸ ਨੂੰ ਖੇੜੀ ਪਿੰਡ ਕਿਹਾ ਜਾਂਦਾ ਹੈ। ਇਸ ਦਾ ਜਿਹੜਾ ਪੁਰਾਣਾ ਨਾਂ ਹੈ ਉਹ ਸਹੇੜੀ ਸੀ। ਉੱਥੇ ਜਾ ਕੇ ਮਾਤਾ ਗੁਜ਼ਰ ਕੌਰ ਔਰ ਬੱਚੇ, ਰਾਤ ਦਾ ਸਮਾਂ ਹੈ। ਹੁਣ ਖਿਆਲ ਕਰਿਓ, ਸਾਹਿਬਜ਼ਾਦਿਆਂ ਨੂੰ ਉਹੀ ਰੋਟੀ ਖਾਧੀ ਹੋਈ ਹੈ ਜਿਹੜੀ ਰੋਟੀ ਉਹਨਾਂ ਨੂੰ ਖਾਣ ਦੇ ਵਾਸਤੇ ਕੁੰਮੇ ਮਾਸ਼ਕੀ ਦੇ ਗੁਆਂਢ ਦੇ ਵਿੱਚੋਂ ਮਿਲੀ ਸੀ। ਗੰਗੂ ਦੇ ਘਰ 'ਚ ਜਿਹੜੀ ਰੋਟੀ ਦਿੱਤੀ ਗਈ, ਸਾਡੇ ਪੁਰਾਤਨ ਸਰੋਤਾਂ 'ਚ ਜ਼ਿਕਰ ਆਉਂਦਾ ਹੈ, ਵੋ ਐਸੀ ਰੋਟੀ ਘਰ ਲਿਆਇਓ। ਸ਼ਾਮ ਦਾ ਸਮਾਂ, ਸਾਹਿਬਜ਼ਾਦਿਆਂ ਨੂੰ ਰੋਟੀ ਖਾਧੀ ਨੂੰ ਇੱਕ ਦਿਨ ਹੋ ਗਿਆ। ਵੋ ਐਸੀ ਰੋਟੀ ਘਰ ਲਿਆਇਓ,
ਹਮਰੇ ਕਾਗ ਨਾ ਕੂਕਰ ਖਾਇਓ। ਗੰਗੂ ਨੇ ਜਿਹੋ ਜੀ ਰੋਟੀ ਸਾਹਿਬਜ਼ਾਦਿਆਂ ਨੂੰ ਖਾਣ ਵਾਸਤੇ ਦਿੱਤੀ, ਮਾਸੂਮ ਬੱਚਿਆਂ ਕੋਲੋਂ ਖਾਧੀ ਨਾ ਗਈ। ਇੰਨੀ ਮਾੜੀ ਰੋਟੀ ਖਾਣ ਵਾਸਤੇ ਦਿੱਤੀ, ਔਰ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਨੂੰ ਕਹਿ ਰਹੇ ਨੇ, ਦਾਦੀ ਮਾਂ ਵੋ ਐਸੀ ਰੋਟੀ ਕਰ ਲਿਆਇਓ, ਹਮਰੇ ਕਾਗ ਨਾ ਕੂਕਰ ਖਾਇਓ, ਇਹੋ ਜੀ ਰੋਟੀ ਤੇ ਕਾਂ ਕੁੱਤਿਆਂ ਕੋਲ ਨਹੀਂ ਖਾਧੀ ਜਾ ਸਕਦੀ, ਅਸੀਂ ਕਿਵੇਂ ਖਾਈਏ। ਇੱਕ ਦੁਨਾ ਸਿੰਘ ਹੰਡੂਰੀਆ ਨਾਂ ਦੇ ਲੇਖਕ ਨੇ ਕਥਾ ਗੁਰਸੁੱਤਨ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਫਿਰ ਮਾਤਾ ਜੀ ਨੇ ਇੱਕ ਮੋਹਰ ਦੇ ਕੇ ਬੱਚਿਆਂ ਨੂੰ ਪਤਾਸੇ ਮੰਗਵਾ ਕੇ ਖਾਏ। ਬੱਚਿਆਂ ਨੇ ਪਤਾਸੇ ਖਾਧੇ, ਰਾਤ ਹੋਈ, ਜਦੋਂ ਮਾਤਾ ਜੀ ਨੇ ਬੱਚਿਆਂ ਦੇ ਪਤਾਸੇ ਮੰਗਵਾਉਣ ਦੇ ਵਾਸਤੇ ਖੁਰਜੀ ਦੇ ਵਿੱਚੋਂ ਮੋਹਰ ਕੱਢੀ ਤੇ ਗੰਗੂ ਦੀ ਨੀਯਤ ਖਰਾਬ ਹੋ ਗਈ ਕੁਛ ਮੋਹਰਾਂ ਨੂੰ ਵੇਖ ਕੇ। ਰਾਤ ਪਈ ਤੇ ਗੰਗੂ ਨੇ ਉਹ ਮੋਹਰਾਂ ਵਾਲੀ ਖੁਰਜੀ ਚੁਰਾ ਲਈ। ਪਈ ਰਹਿਣ ਖੁਰਜੀ ਤਿੰਨ ਲੀਨੀ, ਜਾ ਕੇ ਚੋਏ ਮੇਂਹ ਗੱਡ ਦੀਨੀ, ਬਾਹਰ ਜਾ ਕੇ ਗੱਡ ਦਿੱਤੀ ਕਿਸੇ ਮਿੱਟੀ ਦੇ ਵਿੱਚ। ਹੁਣ ਸਵੇਰ ਹੋਈ, ਬੱਚਿਆਂ ਨੂੰ ਫਿਰ ਰੋਟੀ ਨਹੀਂ ਦਿੱਤੀ ਗਈ ਤੇ ਮਾਤਾ ਗੁਜ਼ਰ ਕੌਰ ਜੀ ਨੂੰ ਬੱਚੇ ਪੁੱਛਦੇ ਨੇ, ਮਾਤਾ ਜੀ ਅਸੀਂ ਭੁੱਖੇ ਹਾਂ, ਇਤਿਹਾਸਕਾਰਾਂ ਨੇ ਲਿਖਿਆ। ਤੇ ਮਾਤਾ ਜੀ ਨੇ ਕਿਹਾ, ਕੋਈ ਗੱਲ ਨਹੀਂ, ਫਿਰ ਮੈਂ ਤੁਹਾਨੂੰ ਕੁਛ ਮੰਗਵਾ ਦਿੰਦੀ ਹਾਂ ਖਾਣ ਦੇ ਵਾਸਤੇ। ਜਦੋਂ ਖੁਰਜੀ ਦੀ ਭਾਲ ਹੋਈ ਤਾਂ ਖੁਰਜੀ ਨਹੀਂ ਸੀ। ਪਤਾ ਲੱਗਿਆ ਕਿ ਗੰਗੂ ਨੇ ਉਹ ਖੁਰਜੀ ਚੁੱਕ ਲਈ ਹੈ। ਮਾਤਾ ਜੀ ਨੇ ਗੰਗੂ ਨੂੰ ਸੱਦ ਕੇ ਕਿਹਾ, ਗੰਗੂ ਜੇਕਰ ਤੈਨੂੰ ਮਾਇਆ ਦੀ ਹੀ ਲੋੜ ਸੀ, ਮੇਰੇ ਕੋਲੋਂ ਮੰਗ ਕੇ ਲੈ ਲੈਂਦਾ, ਤੂੰ ਚੋਰੀ ਕਿਉਂ ਕੀਤੀ ਹੈ। ਤੇ ਉਸ ਵੇਲੇ ਗੰਗੂ ਨੇ ਮਾਤਾ ਜੀ ਨੂੰ ਕਿਹਾ, ਤਬ ਗੰਗੂ ਤਬ ਮਸੰਦ ਐਸੇ ਕਹੇ, ਤੁਮ ਹਮਕੋ ਤੋ ਮਤ ਦੇ, ਹਮ ਤੁਮ ਘਰ ਨਾ ਰਾਖਸੀ, ਹਮ ਸੋ ਕੈਸਾ ਨੇ। ਕਹਿੰਦਾ ਮੈਂ ਤੁਹਾਨੂੰ ਹੁਣ ਆਪਣੇ ਘਰ ਨਹੀਂ ਰੱਖਣਾ, ਮੇਰਾ ਤੁਹਾਡੇ ਨਾਲ ਕੈਸਾ ਰਿਸ਼ਤਾ, ਮੈਂ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰ ਚ ਪਨਾਹ ਦਿੱਤੀ ਔਰ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ। ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜ਼ਰ ਕੌਰ ਨੂੰ ਇੱਕ ਕਮਰੇ ਚ ਬੰਦ ਕਰਕੇ ਇਤਿਹਾਸ ਚੁੱਪ ਹੈ ਇਸ ਗੱਲ ਤੇ। ਬਾਹਰੋਂ ਕੁੰਡੀ ਲਗਾ ਕੇ ਗੰਗੂ ਨਿਕਲ ਗਿਆ ਮਰਿੰਡੇ ਦੇ ਹਾਕਮਾਂ ਨੂੰ ਬੁਲਾਉਣ ਦੇ ਵਾਸਤੇ। ਗੰਗੂ ਉੱਥੇ ਪਹੁੰਚ ਗਿਆ, ਇੱਥੇ ਸਾਹਿਬਜ਼ਾਦਿਆਂ ਦਾ ਪੂਰਾ ਦਿਨ ਬਤੀਤ ਹੋ ਰਿਹਾ ਹੈ, ਬੱਚਿਆਂ ਨੂੰ ਅੱਜ ਵੀ ਖਾਣ ਨੂੰ ਕੁਛ ਨਹੀਂ ਜੇ ਮਿਲਿਆ। ਕਦੇ ਵੀ ਸਾਡੇ ਪ੍ਰਚਾਰਕ ਵੀਰਾਂ ਨੇ ਸਟੇਜ 'ਤੇ ਇਹ ਗੱਲ ਨਹੀਂ ਕੀਤੀ ਕਿ ਇਹ ਵੀ ਬਹੁਤ ਵੱਡਾ ਤਸੀਹਾ, ਇੱਕ ਬੱਚਿਆਂ ਨੇ ਕਦੋਂ ਦੀ ਰੋਟੀ ਖਾਧੀ ਹੋਈ ਹੈ, ਬੱਚਿਆਂ ਨੂੰ ਅੱਜ ਵੀ ਸਾਰਾ ਦਿਨ ਰੋਟੀ ਖਾਣ ਨੂੰ ਨਹੀਂ ਮਿਲੀ। ਮਰਿੰਡੇ ਦੇ ਹਾਕਮ ਦੇ ਕੋਲ ਜਾ ਕੇ, ਜ਼ਾਨੀ ਖਾਨ ਅਤੇ ਮਾਨੀ ਖਾਨ ਦੇ ਕੋਲ ਗੰਗੂ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਮੇਰੇ ਘਰ ਹਕੂਮਤ ਦੇ ਬਾਗੀਆਂ ਨੇ ਪਨਾਹ ਲਈ ਹੋਈ ਹੈ, ਤੁਸੀਂ ਉਹਨਾਂ ਨੂੰ ਜਾ ਕੇ ਗ੍ਰਿਫਤਾਰ ਕਰ ਲਓ। ਜ਼ਾਨੀ ਖਾਨ ਅਤੇ ਮਾਨੀ ਖਾਨ ਨੇ ਉਸੇ ਵੇਲੇ ਆਪਣੇ ਸਿਪਾਹੀਆਂ ਨੂੰ ਭੇਜਿਆ ਔਰ ਗੰਗੂ ਦੇ ਘਰੋਂ ਮਾਤਾ ਗੁਜ਼ਰ ਕੌਰ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਖਿਆਲ ਕਰਿਓ, ਗੰਗੂ ਦੇ ਪਿੰਡ ਸਹੇੜੀ ਤੋਂ ਜਦੋਂ ਸਾਹਿਬਜ਼ਾਦਿਆਂ ਨੂੰ ਮਰਿੰਡੇ ਲੈ ਕੇ ਜਾਇਆ ਜਾਂਦਾ ਹੈ, ਮੈਂ ਜਦੋਂ ਇਹਨਾਂ ਦੇ ਬਾਰੇ ਲਿਖ ਰਿਹਾ ਸੀ ਅਤੇ ਜਦੋਂ ਮੈਂ ਇਸ ਸਹੇੜੀ ਪਿੰਡ ਗਿਆ, ਖੇੜੀ ਪਿੰਡ, ਅਤੇ ਬਾਹਰ ਵਾਰ ਇੱਕ ਗੁਰਦੁਆਰਾ ਨਵਾਂ ਬਣ ਰਿਹਾ ਸੀ, ਮੈਂ ਪ੍ਰਬੰਧਕ ਸੱਜਣਾਂ ਨੂੰ ਪੁੱਛਿਆ ਕਿ ਇਹ ਕਿਸ ਦੀ ਯਾਦ 'ਚ ਕਿਹੜਾ ਗੁਰਦੁਆਰਾ ਬਣ ਰਿਹਾ, ਤਾਂ ਉਹਨਾਂ ਕਿਹਾ ਜੀ ਇਸ ਗੁਰਦੁਆਰੇ ਦਾ ਨਾਂ ਰੱਥ ਸਾਹਿਬ ਹੈ। ਮੈਂ ਕਿਹਾ ਜੀ ਉਹ ਕਿਸ ਯਾਦ ਦੇ ਵਿੱਚ, ਕਹਿੰਦੇ ਇੱਥੋਂ ਰੱਥ ਦੇ ਵਿੱਚ ਬਿਠਾ ਕੇ ਮਾਤਾ ਗੁਜ਼ਰ ਕੌਰ ਜੀ ਔਰ ਬੱਚਿਆਂ ਨੂੰ ਮਰਿੰਡੇ ਲਿਜਾਇਆ ਗਿਆ ਸੀ। ਹੈਰਾਨਗੀ ਦੀ ਗੱਲ ਹੈ, ਹੁਣ ਹਕੂਮਤ ਦੇ ਬਾਗੀ ਦੇ ਪੁੱਤਰ ਅਤੇ ਉਹਨਾਂ ਨੂੰ ਰੱਥ ਦੇ ਵਿੱਚ ਬਿਠਾ ਕੇ ਲਿਜਾਇਆ ਜਾਵੇ। ਕੁਝ ਹੋਰ ਪੁਰਾਣੇ ਸਰੋਤਾਂ ਨੂੰ ਪੜ੍ਹਿਆ ਤਾਂ ਉਹਨਾਂ ਦੇ ਵਿੱਚ ਲਿਖਿਆ ਸੀ ਕਿ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜ਼ਰ ਕੌਰ ਨੂੰ ਗੱਡੇ 'ਤੇ ਬਿਠਾ ਕੇ ਲਿਜਾਇਆ ਗਿਆ। ਅਤੇ ਜਦੋਂ ਇੱਕ ਪਿਆਰਾ ਸਿੰਘ ਪਦਮ ਹੋਣਾ ਨੇ ਦੁਨਾ ਸਿੰਘ ਹੰਡੂਰੀਆ ਦੀ ਲਿਖਤ ਦਾ ਉਲਥਾ ਕੀਤਾ ਸੀ, ਭਾਵੇਂ ਕਿ ਉਹ ਅਸਲੀ ਲਖਤ ਜਿਹੜੀ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸੀ ਅਤੇ ਜੂਨ 84 ਦੇ ਘੱਲੂਘਾਰੇ ਦੇ ਵਿੱਚ ਸੜ ਚੁੱਕੀ ਹੈ, ਉਹਦੀ ਲਿਖਤ ਦੇ ਵਿੱਚ ਜਦੋਂ ਮੈਂ ਪੜ੍ਹਿਆ ਅਤੇ ਜਿਹੜੇ ਉਹ ਸ਼ਬਦ ਪੜ੍ਹੇ ਮੈਂ ਹੈਰਾਨ ਰਹਿ ਗਿਆ। ਉਸ ਦੇ ਵਿੱਚ ਸੀ ਕਿ ਜਦੋਂ ਜਾਨੀ ਖਾਨ ਅਤੇ ਮਾਨੀ ਖਾਨ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਖੇੜੀ ਪਿੰਡ ਦੇ ਵਿੱਚ ਆਏ ਨੇ ਅਤੇ ਉਹ 'ਚ ਲਿਖਿਆ ਕਿ ਜੋਰਾਵਰ ਔਰ ਫਤਿਹ ਸਿੰਘ ਬੋਰੀ ਮੈਂ ਬਾਂਧ ਘੋੜੇ ਉੱਪਰ ਪਾਏ ਲਏ, ਦੋਹਾਂ ਬੱਚਿਆਂ ਨੂੰ ਬੋਰੀਆਂ 'ਚ ਬੰਨ ਕੇ ਉੱਪਰੋਂ ਮੂੰਹ ਬੰਨ ਕੇ ਜਿਵੇਂ ਘੋੜਿਆਂ ਦੇ ਉੱਪਰ ਸਮਾਨ ਲੱਦਿਆ ਹੁੰਦਾ ਉਹ ਤਰ੍ਹਾਂ ਛੋਟੇ ਛੋਟੇ ਬੱਚੇ ਲੱਦ ਲੈ ਗਏ। ਅਤੇ ਮਾਤਾ ਗੁਜ਼ਰ ਕੌਰ ਦੇ ਬਾਰੇ ਲਿਖਦਾ ਹੈ, ਉਹ ਲਿਖਦਾ ਹੈ ਕਿ ਮਾਤ ਗੁਜਰੀ ਪਕੜ ਲੀਨੀ, ਰੱਜ ਸਿਉਂ ਬਾਂਧ ਕਰ ਘੋੜੇ ਪਰ ਰੱਖ ਦੀਨੀ, ਤੋਬਰ ਮਿਰਚੇ ਚਾੜ ਕੇ ਮਾਤ ਗੁਜਰੀ ਪਕੜ ਲੀਨੀ। ਹੁਣ ਖਿਆਲ ਕਰਿਓ, ਕਹਿੰਦੇ ਮਾਤਾ ਗੁਜ਼ਰ ਕੌਰ ਦੇ ਦੋਵੇਂ ਹੱਥ ਰੱਸੀ ਨਾਲ ਬੰਨ੍ਹ ਦਿੱਤੇ, ਤੋਬਰ ਮਿਰਚੇ ਚਾੜ ਕੇ, ਤੋਬਰ ਕਿਹਾ ਜਾਂਦਾ ਮੂੰਹ ਦਾ ਨਕਾਬ, ਇੱਕ ਕੱਪੜੇ ਦੇ ਵਿੱਚ ਮਿਰਚਾਂ ਪਾ ਕੇ ਉਹਦਾ ਨਕਾਬ ਬਣਾ ਕੇ ਮਾਤਾ ਗੁਜ਼ਰ ਕੌਰ ਦੇ ਮੂੰਹ 'ਤੇ ਬੰਨ੍ਹ ਦਿੱਤਾ ਗਿਆ। ਉਸ ਸਮੇਂ ਬੇਸ਼ੱਕ ਸਾਡੇ
ਜਿਹੜੇ ਚਿੱਤਰਕਾਰ ਵੀਰ ਨੇ ਉਹਨਾਂ ਨੇ ਸਾਹਿਬਜ਼ਾਦਿਆਂ ਦੇ ਕੱਪੜਿਆਂ ਦੇ ਰੰਗ ਕਿਸੇ ਨੇ ਪੀਲੇ ਬਣਾਏ ਨੇ, ਕਿਸੇ ਨੇ ਬਸੰਤੀ ਬਣਾਏ ਨੇ, ਪਰ ਸਾਡੇ ਇਤਿਹਾਸਿਕ ਸਰੋਤਾਂ 'ਚ ਜ਼ਿਕਰ ਮਿਲਦਾ ਹੈ ਕਿ ਉਸ ਵੇਲੇ ਸਾਹਿਬਜ਼ਾਦਿਆਂ ਨੇ ਨੀਲੇ ਰੰਗ ਦੇ ਕੱਪੜੇ ਪਾਏ ਸੀ। ਨੀਲ ਝਗਰੀਆਂ ਤਨ ਪੈ ਕੈਸੇ, ਬਿਜਲੀ ਸਿਆਂਬ ਅੰਬਰ ਮੈਂ ਜੈਸੇ। ਕਹਿੰਦੇ ਉਹ ਨੀਲੇ ਪਹਿਰਾਵਿਆਂ ਦੇ ਵਿੱਚ, ਨੀਲੇ ਬਾਣਿਆਂ ਦੇ ਵਿੱਚ ਛੋਟੇ ਛੋਟੇ ਬੱਚੇ ਇਸ ਤਰ੍ਹਾਂ ਸਿਪਾਹੀਆਂ ਦੇ ਨਾਲ ਤੁਰਦੇ ਜਾ ਰਹੇ ਸੀ ਜਿਵੇਂ ਕੋਈ ਕਾਲੇ ਰੰਗ ਦੀ ਬਦਲੀ ਅਸਮਾਨ ਦੇ ਵਿੱਚ ਹੌਲੀ ਹੌਲੀ ਮਸਤ ਚਾਲ ਤੁਰੀ ਜਾ ਰਹੀ ਹੋਵੇ। ਔਰ ਕਦੇ ਵੀ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਸਾਹਿਬਜ਼ਾਦਿਆਂ ਨੂੰ ਜਦੋਂ ਘੋੜਿਆਂ 'ਤੇ ਲੱਦ ਲਿਆ ਗਿਆ ਇਹਨਾਂ ਤੋਂ ਬਾਅਦ, ਅਤੇ ਜਦੋਂ ਮਰਿੰਡੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ, ਜਿਹੜੇ ਤਸੀਹੇ ਜਾਨੀ ਖਾਂ ਅਤੇ ਮਾਨੀ ਖਾਂ ਨੇ ਦਿੱਤੇ ਨੇ ਉਹਨਾਂ ਦੇ ਬਾਰੇ ਨਹੀਂ ਦੱਸਿਆ ਜਾਂਦਾ। ਬੱਚੇ ਸਾਰਾ ਦਿਨ ਬੋਰਿਆਂ ਦੇ ਵਿੱਚ ਬੱਝੇ ਹੀ ਜਾਨੀ ਖਾਂ ਅਤੇ ਮਾਨੀ ਖਾਂ ਦੀ ਜੇਲ੍ਹ ਦੇ ਵਿੱਚ ਪਏ ਰਹੇ। ਅੱਜ ਤੀਸਰਾ ਦਿਨ ਹੋ ਗਿਆ, ਬੱਚਿਆਂ ਨੂੰ ਖਾਣ ਨੂੰ ਫਿਰ ਕੁਝ ਨਹੀਂ ਦਿੱਤਾ ਗਿਆ। ਸਾਰਾ ਦਿਨ ਬੱਚੇ ਭੁੱਖੇ ਨੇ। ਗੁਰੂ ਸਵਾਰਿਓ, ਭੁੱਖ ਵੀ ਇੱਕ ਬਹੁਤ ਵੱਡਾ ਤਸੀਹਾ ਹੈ, ਔਰ ਖਾਸ ਕਰਕੇ ਇਸ ਉਮਰ ਦੇ ਵਿੱਚ ਬੱਚਿਆਂ ਨੂੰ, ਉਹਨਾਂ ਮਾਸੂਮ ਜਿੰਦਾਂ ਨੂੰ ਜਦੋਂ ਖਾਣ ਨੂੰ ਕੁਝ ਨਾ ਮਿਲਿਆ। ਅਕਸਰ ਅਸੀਂ ਜਦੋਂ ਦੁਨੀਆਂ ਦੇ ਵਿੱਚ ਵੇਖਦੇ ਹਾਂ ਨਾ, ਤਾਂ ਤਿੰਨ ਚੀਜ਼ਾਂ ਕਰਕੇ ਹਰ ਪ੍ਰਾਣੀ ਦੀ ਸ੍ਰੇਸ਼ਟਤਾ ਮੰਨੀ ਜਾਂਦੀ ਹੈ। ਜਾਂ ਤਾਂ ਮਨੁੱਖ ਸਰੀਰ ਕਰਕੇ ਬੜਾ ਬਲਵਾਨ ਹੋਵੇ, ਜਾਂ ਮਨੁੱਖ ਦਿਮਾਗ ਕਰਕੇ ਬੜਾ ਚਤੁਰ ਹੋਵੇ, ਅਤੇ ਜਾਂ ਮਨੁੱਖ ਸਰੂਪ ਕਰਕੇ ਬੜਾ ਸੁੰਦਰ ਹੋਵੇ। ਅਤੇ ਸਾਡੀ ਗੁਰਮਤ ਵਿਚਾਰਧਾਰਾ ਕਹਿੰਦੀ ਹੈ ਕਿ ਇਹ ਸਾਰੀਆਂ ਚੀਜ਼ਾਂ ਹੀ ਭੁੱਖ ਦੇ ਅੱਗੇ ਝੁੱਕ ਜਾਂਦੀਆਂ ਨੇ। ਪੜ੍ਹ ਕੇ ਵੇਖੋ ਗੁਰੂ ਪਾਤਸ਼ਾਹ ਦੀ ਬਾਣੀ। ਕਹਿੰਦੇ ਕਿ ਬਾਂਦਰ ਬੜਾ ਚਲਾਕ ਹੈ, ਬਾਂਦਰ ਬਹੁਤ ਚਲਾਕ ਹੈ। ਕਈ ਜਗ੍ਹਾ 'ਤੇ ਮਨ ਦੀਆਂ ਚਲਾਕੀਆਂ ਕਰਕੇ ਮਨ ਨੂੰ ਵੀ ਬਾਂਦਰ ਦੇ ਨਾਲ ਤਸ਼ਬੀਹ ਦਿੱਤੀ ਗਈ ਹੈ। ਅਤੇ ਸਾਡੀ ਬਾਣੀ ਕਹਿੰਦੀ ਹੈ, ਮਰਕਟ ਮੁਸ਼ਟੀ ਅਨਾਜ ਕੀ ਮਨ ਬਹੁਰਾਰੇ, ਲੀਨੀ ਹੱਥ ਪਸਾਰ ਛੂਟਨ ਕੋ ਸਹਿਸਾ ਪਰਿਓ, ਮਨ ਬਹੁਰਾਰੇ ਨਾਚਿਓ ਘਰ ਘਰ ਬਾਰ। ਜਦੋਂ ਬਾਂਦਰ ਨੂੰ ਫੜਿਆ ਜਾਂਦਾ, ਇੱਕ ਸੁਰਾਹੀ ਦੇ ਵਿੱਚ ਕੁਛ ਖਿੱਲਾਂ, ਕੁਛ ਮਕਈ ਦੇ ਦਾਣੇ, ਕੁਛ ਛੋਲੇ ਪਾ ਕੇ ਸੁਰਾਹੀ ਦੇ ਬਾਹਰ ਖਿਲਾਰ ਦਿੱਤੇ ਜਾਂਦੇ ਨੇ। ਬਾਂਦਰ ਜਦੋਂ ਆ ਕੇ ਸਰਾਹੀ ਦੇ ਵਿੱਚ ਹੱਥ ਪਾਉਂਦਾ ਹੈ ਤਾਂ ਉਹ ਮੁੱਠ ਭਰ ਲੈਂਦਾ ਹੈ। ਫਿਰ ਛੂਟਣ ਕੋ ਸਹਿਸਾ ਭਰਿਓ, ਉਹਦਾ ਦਾਣੇ ਛੱਡਣ ਨੂੰ ਦਿਲ ਨਹੀਂ ਕਰਦਾ ਅਤੇ ਮੁੱਠ ਉਹਦੀ ਸਰਾਹੀ 'ਚੋਂ ਬਾਹਰ ਨਹੀਂ ਨਿਕਲਦੀ ਅਤੇ ਉਹਨੂੰ ਫੜ ਲਿਆ ਜਾਂਦਾ ਹੈ। ਗੱਲ ਕੀ ਕਿ ਬੜਾ ਚਲਾਕ ਜਾਨਵਰ ਜਿਹੜਾ ਹੈ ਉਹ ਭੁੱਖ ਤੋਂ ਤੰਗ ਆ ਕੇ ਸਾਰੀ ਉਮਰ ਦੇ ਵਾਸਤੇ ਗੁਲਾਮ ਬਣ ਜਾਂਦਾ ਹੈ। ਛੂਟਣ ਕੋ ਸਹਿਸਾ ਭਰਿਓ, ਮਨ ਬਹੁਰਾਰੇ ਨਾਚਿਓ ਘਰ ਘਰ ਬਾਹਰ, ਅਤੇ ਮਦਾਰੀ ਉਹਨੂੰ ਘਰ ਘਰ ਅੱਗੇ ਉਹਦੀ ਭੁੱਖ ਦਾ ਲਾਹਾ ਲੈ ਕੇ ਨਚਾਉਂਦੇ ਨੇ। ਭੁੱਖ ਦੇ ਅੱਗੇ ਚਲਾਕ ਵਿਅਕਤੀ ਵੀ ਝੁੱਕ ਜਾਂਦੇ ਨੇ। ਫਿਰ ਹਾਥੀ ਸਰੀਰ ਕਰਕੇ ਬੜਾ ਬਲਵਾਨ ਹੈ। ਕਾਲ ਪੂਤ ਕੀ ਹਸਤਨੀ ਮਨ ਬਹੁਰਾਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ, ਮਨ ਬਹੁਰਾਰੇ ਅੰਕਸ ਸਹਿਓ ਸੀਸ। ਅੱਜ ਵੀ ਭਾਵੇਂ ਹੁਣ ਅਸਾਮ ਦੇ ਵਿੱਚ ਹਾਥੀ ਫੜਨ 'ਤੇ ਪਾਬੰਦੀ ਲਾ ਦਿੱਤੀ ਗਈ ਹੈ, ਪਰ ਜਦੋਂ ਤੁਸੀਂ ਕਿਤੇ ਪੁਰਾਣੇ ਸ਼ਿਕਾਰੀਆਂ ਨੂੰ ਪੁੱਛੋ ਨਾ ਕਿ ਹਾਥੀ ਫੜੇ ਕਿਵੇਂ ਜਾਂਦੇ ਸੀ, ਤਾਂ ਇੱਕ ਕਾਲ ਭੂਤ ਕੀ ਇੱਕ ਹਥਨੀ ਦਾ ਬੁੱਤ ਬਣਾ ਕੇ ਰੱਖ ਦਿੱਤਾ ਜਾਂਦਾ ਸੀ। ਕਾਮ ਵਾਸ਼ਨਾ ਦੇ ਵਿੱਚ ਮਸਤ ਹੋਇਆ ਹਾਥੀ ਜਦੋਂ ਉਸ ਹਥਨੀ ਵੱਲ ਆਉਂਦਾ ਸੀ ਤੇ ਰਸਤੇ ਦੇ ਵਿੱਚ ਇੱਕ ਟੋਆ ਪੱਟ ਕੇ ਉਹਨੂੰ ਘਾਹ ਫੂਸ ਦੇ ਨਾਲ ਭਰਿਆ ਹੁੰਦਾ ਸੀ, ਉਹ ਹਾਥੀ ਉਸ ਦੇ ਵਿੱਚ ਡਿੱਗ ਪੈਂਦਾ ਸੀ। ਬੜੇ ਦਿਨ ਹਾਥੀ ਨੂੰ ਭੁੱਖਾ ਰਹਿਣ ਦਿੱਤਾ ਜਾਂਦਾ। ਅਖੀਰ ਚੌਥੇ ਦਿਨ ਹਾਥੀ ਇਵੇਂ ਦੀ ਆਵਾਜ਼ ਕੱਢਦਾ ਜਿੱਥੋਂ ਉਹ ਸ਼ਿਕਾਰੀ ਅੰਦਾਜ਼ਾ ਲਾ ਲੈਂਦੇ ਨੇ ਕਿ ਹੁਣ ਇਹ ਸਾਡੀ ਗੁਲਾਮੀ ਕਬੂਲ ਗਿਆ, ਭੁੱਖਾ। ਸਰੀਰਕ ਤੌਰ 'ਤੇ ਇੰਨਾ ਬਲਵਾਨ ਜਿਹੜਾ ਹਾਥੀ ਹੈ, ਕਾਮ ਸਵਾਓ ਗਜ ਬਸ ਪਰੇ, ਮਨ ਬਹੁਰਾਰੇ ਅੰਕਸ ਸਹਿਓ ਸੀਸ, ਸਾਰੀ ਉਮਰ ਲਈ ਗੁਲਾਮ ਬਣ ਜਾਂਦਾ। ਜਿਉਂ ਨਲਨੀ ਸੂਟਾ ਗਹਿਓ, ਮਨ ਬਹੁਰਾਰੇ ਤੈਸਾ ਇਹ ਮਾਇਆ ਵਿਵਹਾਰ। ਜਿਹੜਾ ਤੋਤਾ ਹੈ ਉਹਦੀ ਪ੍ਰਵੀਨਤਾ ਹੈ ਕਿ ਹਰ ਭਾਸ਼ਾ ਨੂੰ ਸਿੱਖ ਲੈਂਦਾ ਹੈ, ਪਰ ਉਹ ਵੀ ਭੁੱਖ ਦੇ ਵਿੱਚ, ਭੁੱਖ ਤੋਂ ਤੰਗ ਆ ਕੇ ਉਹ ਵੀ ਜਦੋਂ ਨਲਨੀ ਦੇ ਉੱਪਰ ਬੈਠਦਾ ਹੈ ਤੇ ਦਾਣੇ ਚੁਗਣ ਲੱਗਾ ਫਾਹੀ ਦਾ ਸ਼ਿਕਾਰ ਹੋ ਜਾਂਦਾ। ਸੁੰਦਰਤਾ ਵੀ ਭੁੱਖ ਦੇ ਅੱਗੇ ਝੁੱਕ ਜਾਂਦੀ ਹੈ, ਮਨ ਦੀਆਂ ਚਿਤਰਾਈਆਂ ਵੀ ਭੁੱਖ ਦੇ ਅੱਗੇ ਝੁੱਕ ਜਾਂਦੀਆਂ ਨੇ, ਤੇ ਗੁਰੂ ਸਾਰਿਓ ਸਰੀਰ ਦਾ ਬਲ ਵੀ ਭੁੱਖ ਦੇ ਅੱਗੇ ਝੁੱਕ ਜਾਂਦਾ ਹੈ। ਪਰ ਇਹਨਾਂ ਮਾਸੂਮ ਜਿੰਦਾਂ ਵੱਲ ਵੇਖੋ, ਅੱਜ ਤਿੰਨ ਦਿਨ ਹੋ ਗਏ ਨੇ ਇਹਨਾਂ ਨੂੰ ਖਾਣ ਨੂੰ ਕੁਝ ਨਹੀਂ ਮਿਲਿਆ, ਇਹ ਫਿਰ ਵੀ ਹੌਸਲੇ ਦੇ ਵਿੱਚ ਨੇ। ਸ਼ਾਮ ਤੱਕ ਜਾਨੀ ਖਾਨ ਤੇ ਮਾਨੀ ਖਾਨ ਵੱਲੋਂ ਇਹਨਾਂ ਬੱਚਿਆਂ ਨੂੰ ਦੀਨੇ ਇਸਲਾਮ ਦੇ ਵਿੱਚ ਲਿਆਉਣ ਦੇ ਜਿੰਨੇ ਯਤਨ ਕੀਤੇ ਜਾ ਸਕਦੇ ਸੀ ਕੀਤੇ ਗਏ, ਕਿਉਂਕਿ ਜਾਨੀ ਖਾਂ ਅਤੇ ਮਾਨੀ ਖਾਨ ਛੋਟੇ ਪੱਧਰ ਦੇ ਅਫਸਰ ਸੀ। ਉਹ ਚਾਹੁੰਦੇ ਸੀ ਕਿ ਅਸੀਂ ਇਹਨਾਂ ਨੂੰ ਦੀਨੇ ਇਸਲਾਮ 'ਚ ਲਿਆ ਕੇ ਹੀ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕਰੀਏ। ਜਿੰਨਾ ਕੁ ਬੱਚਿਆਂ ਨੂੰ ਉਹ ਮਾਨਸਿਕ ਤੌਰ 'ਤੇ ਦਬਾਅ ਪਾ ਕੇ ਦੀਨੇ ਇਸਲਾਮ 'ਚ ਆਉਣ ਦੇ ਵਾਸਤੇ ਮਜਬੂਰ ਕਰ ਸਕਦੇ ਸੀ ਉਹਨਾਂ ਕੀਤਾ। ਜਦੋਂ ਸ਼ਾਮ ਤੱਕ ਇਹ ਖਬਰ ਫੈਲ ਗਈ ਤਾਂ ਸਾਹਿਬਜ਼ਾਦਿਆਂ ਨੂੰ ਉਸ ਵੇਲੇ ਜ਼ਰੂਰੀ ਸੀ ਪੇਸ਼ ਕਰਨਾ ਸੁੱਚਾ ਨੰਦ ਔਰ ਵਜ਼ੀਰ ਖਾਨ ਦੇ ਅੱਗੇ। ਜਦੋਂ ਹੁਣ ਇਹਨਾਂ ਨੂੰ
ਮਰਿੰਡੇ ਤੋਂ ਸਰਹੰਦ ਲਿਆਂਦਾ ਗਿਆ ਤੇ ਸਾਹਿਬਜ਼ਾਦਿਆਂ ਨੂੰ ਤੋਰ ਕੇ ਲਿਆਂਦਾ ਗਿਆ। ਪਰ ਸਾਡੇ ਇਤਿਹਾਸ 'ਚ ਜ਼ਿਕਰ ਆਉਂਦਾ ਹੈ, ਉਹਦੇ 'ਚ ਲਿਖਿਆ ਹੈ ਕਿ ਕੋਮਲ ਅੰਗ ਹਥੌੜੀ ਹੱਥ ਆ, ਪਾਦ ਜੰਜੀਰ ਤਿੰਨ ਕੇ ਸੱਥ ਆ। ਬੱਚਿਆਂ ਦੇ ਮਾਸੂਮ ਗੁੱਟਾਂ ਦੇ ਉੱਪਰ ਲੋਹੇ ਦੀਆਂ ਜੰਜੀਰਾਂ ਬੰਨੀਆਂ ਹੋਈਆਂ ਨੇ, ਉਹਨਾਂ ਗੁੱਟਾਂ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਖੂਨ ਸਿੰਮ ਰਿਹਾ ਹੈ, ਅਤੇ ਪੈਰਾਂ ਦੇ ਵਿੱਚ ਵੀ ਜੰਜੀਰਾਂ ਪਾਈਆਂ ਹੋਈਆਂ ਨੇ। ਇਹ ਸਾਡੇ ਇਤਿਹਾਸਿਕ ਸਰੋਤ ਜ਼ਿਕਰ ਮਿਲਦਾ ਹੈ ਕਿ ਕੋਮਲ ਅੰਗ ਹਥੌੜੀ, ਹੱਥਕੜੀ ਵਾਸਤੇ ਸ਼ਬਦ ਵਰਤਿਆ, ਕੋਮਲ ਅੰਗ ਹਥੌੜੀ ਹੱਥ ਆ, ਪਾਦ ਜੰਜੀਰ ਪੈਰਾਂ 'ਚ ਜੰਜੀਰ ਤਿੰਨ ਕੇ ਸੱਥ ਆ। ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸ਼ਾਮ ਦੇ ਸਮੇਂ ਇਹਨਾਂ ਨੂੰ ਸਰਹੰਦ ਭੇਜ ਦਿੱਤਾ ਗਿਆ। ਪਹਿਲੀ ਰਾਤ ਮਾਤਾ ਗੁਜਰ ਕੌਰ ਦੀ ਔਰ ਛੋਟੇ ਸਾਹਿਬਜ਼ਾਦਿਆਂ ਦੀ ਸਰਹੰਦ ਦੇ ਬੁਰਜ਼ ਦੇ ਵਿੱਚ ਹੈ। ਸਭ ਤੋਂ ਪਹਿਲਾਂ ਇਹਨਾਂ ਨੂੰ ਸੁੱਚਾ ਆਨੰਦ ਮਿਲਿਆ ਹੈ। ਸੁੱਚਾ ਆਨੰਦ ਨੇ ਜਾ ਕੇ ਵਜ਼ੀਰ ਖਾਨ ਨੂੰ ਦੱਸਿਆ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਅਸੀਂ ਗ੍ਰਿਫਤਾਰ ਕਰ ਲਏ ਗਏ ਨੇ। ਉਸ ਨੇ ਕਿਹਾ ਕਿ ਇਹਨਾਂ ਨੂੰ ਠੰਡੇ ਬੁਰਜ਼ 'ਚ ਰੱਖਿਆ ਜਾਵੇ। ਭੁੱਖ ਤੋਂ ਬਾਅਦ ਇਹ ਦੂਸਰਾ ਤਸੀਹਾ ਸੀ, ਕਿਉਂਕਿ ਅੱਜ ਵੀ ਦੁਨੀਆਂ ਦੇ ਬਹੁਤਾਤ ਦੇਸ਼ਾਂ ਦੇ ਵਿੱਚ ਵੇਖ ਲਿਓ, ਜਦੋਂ ਬੜੇ ਭਿਆਨਕ ਕੈਦੀਆਂ ਨੂੰ ਜਾਂ ਬੜੇ ਭਿਆਨਕ ਮੁਜ਼ਰਮਾਂ ਨੂੰ ਕੋਈ ਸਜ਼ਾ ਦੇਣੀ ਹੁੰਦੀ ਹੈ ਤੇ ਉਹਨਾਂ ਨੂੰ ਬੜੇ ਠੰਡੇ ਕਮਰੇ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਰੱਖਿਆ ਜਾਂਦਾ ਹੈ। ਬਿਲਕੁਲ ਉਵੇਂ ਦੀ ਸਜ਼ਾ ਸੀ ਜਿਹੜੀ ਬੜੀ ਵੱਡੇ ਦੋਸ਼ੀਆਂ ਨੂੰ ਦਿੱਤੀ ਜਾਂਦੀ ਹੈ ਕਿ ਮਾਤਾ ਗੁਜਰ ਕੌਰ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਉਸ ਠੰਡੇ ਬੁਰਜ਼ ਦੇ ਵਿੱਚ ਰੱਖਿਆ ਜਾਵੇ। ਇੰਨੀ ਜ਼ਿਆਦਾ ਕਹਿਰ ਦੀ ਠੰਡ, ਦੋ ਛੋਟੀਆਂ ਛੋਟੀਆਂ ਜ਼ਿੰਦਾਂ, ਬਸਤਰ ਕੋਲ ਕੋਈ ਨਹੀਂ, ਆਪਣੇ ਚਾਦਰ ਦੇ ਨਾਲ ਮਾਤਾ ਗੁਜਰ ਕੌਰ ਜੀ ਕਦੀ ਉਹਨਾਂ ਨੂੰ ਛਾਤੀ ਦੇ ਨਾਲ ਲਾਉਂਦੇ ਨੇ, ਕਦੀ ਉਹਨਾਂ ਨੂੰ ਆਪਣੀ ਗੋਦੀ ਦੇ ਵਿੱਚ, ਕਦੀ ਉਹਨਾਂ ਨੂੰ ਆਪਣੇ ਮੂੰਹ ਦਾ ਨਿੱਘ ਦਿੰਦੇ ਨੇ, ਔਰ ਕਦੀ ਉਹਨਾਂ ਨੂੰ ਸਾਖੀਆਂ ਸੁਣਾਉਂਦੇ ਨੇ। ਔਰ ਛੋਟੇ ਛੋਟੇ ਮਾਸੂਮ ਬੱਚੇ ਸਵਾਲ ਕਰਦੇ ਨੇ ਦਾਦੀ ਮਾਂ ਨੂੰ। ਖਿਆਲ ਕਰਿਓ, ਅੱਜ ਵੀ ਬੱਚੇ ਭੁੱਖੇ ਨੇ। ਅੱਜ ਫਿਰ ਤੀਸਰੇ ਦਿਨ ਤੋਂ ਚੌਥੇ ਦਿਨ ਦੀ ਆਰੰਭਤਾ ਹੋਣ ਵਾਲੀ ਹੈ, ਬੱਚਿਆਂ ਨੂੰ ਖਾਣ ਨੂੰ ਅੱਜ ਵੀ ਕੁਝ ਨਹੀਂ ਮਿਲਿਆ। ਔਰ ਉਹ ਬੱਚੇ ਸਵਾਲ ਕੀ ਕਰਦੇ ਨੇ ਆਪਣੀ ਦਾਦੀ ਮਾਂ ਨੂੰ? ਉਹ ਬੱਚੇ ਆਪਣੀ ਤੋਤਲੀ ਜ਼ਬਾਨ ਦੇ ਵਿੱਚ ਆਪਣੀ ਦਾਦੀ ਮਾਤਾ ਨੂੰ ਕਹਿੰਦੇ ਨੇ, ਦਾਦੀ ਸੇ ਬੋਲੇ ਹਮਾਰੇ ਸਿਪਾਹੀ ਕਿੱਧਰ ਗਏ। ਦਾਦੀ ਮਾਂ, ਸਾਡੇ ਸਿਪਾਹੀ ਕਿੱਥੇ ਚਲੇ ਗਏ ਨੇ? ਅਸੀਂ ਇਕੱਲੇ ਕਿਉਂ ਰਹਿ ਗਏ? ਦਰਿਆ ਪੇ ਹਮਕੋ ਛੋੜ ਕਰ ਰਾਹੀ ਕਿੱਧਰ ਗਏ? ਸਰਸਾ ਨਦੀ ਦੇ ਉੱਪਰ ਜੋ ਕੁਛ ਹੋਇਆ ਸਾਡੇ ਨਾਲ ਦੇ ਕਿੱਥੇ ਚਲੇ ਗਏ? ਤੜਪਾ ਕੇ ਹਾਏ ਸੂਰ ਤੇ ਮਾਹੀ ਕਿੱਧਰ ਗਏ? ਕਹਿੰਦੇ ਸਾਡੇ ਪਿਤਾ ਜੀ ਕਿੱਧਰ ਚਲੇ ਗਏ? ਫਿਰ ਅੱਗੇ ਜਾ ਕੇ ਕਹਿੰਦੇ, ਅੱਬਾ ਘੋੜਾ ਭਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ? ਪਿਤਾ ਜੀ ਫੌਜ ਦੇ ਨਾਲ ਕਿਹੜੇ ਪਾਸੇ ਚਲੇ ਗਏ ਨੇ? ਤੇ ਕਹਿੰਦੇ, ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜਿਹੜੇ ਸਾਡੇ ਵੱਡੇ ਭਰਾ ਸੀ, ਉਹ ਕਿੱਥੇ ਚਲੇ ਗਏ ਨੇ ਕਿ ਆਪਣਾ ਪਤਾ ਤੱਕ ਨਹੀਂ? ਜੋਕੇ ਤਫੰਗ ਮੇ ਹਮਕੋ ਵੀ ਸ਼ਾਇਦ ਭੁੱਲ ਗਏ, ਸ਼ੌਕੇ ਜੰਗ ਮੇ ਉਹ ਮੈਦਾਨੇ ਜੰਗ ਦੇ ਵਿੱਚ ਕਿੱਧਰ ਚਲੇ ਗਏ? ਸਾਨੂੰ ਵੀ ਭੁੱਲ ਗਏ ਨੇ ਕਿ ਅਸੀਂ ਇੱਥੇ ਇਕੱਲੇ ਰਹਿ ਗਏ ਹਾਂ। ਮਾਤਾ ਗੁਜਰ ਕੌਰ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਅੱਗੇ ਉਹ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਸਤੇ ਜਾਇਆ ਕਰਦੇ ਸੀ, ਅੱਜ ਉਹ ਫਿਰ ਇੱਕ ਰਣ ਤੱਤੇ ਦੇ ਵਿੱਚ ਜੂਝਣ ਵਾਸਤੇ ਗਏ ਨੇ, ਉਹ ਫਤਿਹਯਾਬ ਹੋ ਕੇ ਆਉਣਗੇ। ਤੇ ਬੱਚੇ ਪਤਾ ਕੀ ਕਹਿੰਦੇ ਨੇ? ਕਹਿੰਦੇ, ਦਾਦੀ ਜੀ, ਜੇ ਹੁਣ ਅਜੀਤ ਵੀਰ ਜੀ ਤੇ ਜੁਝਾਰ ਵੀਰ ਜੀ ਵਾਪਸ ਆਏ ਨਾ, ਤੇ ਅਸੀਂ ਉਹਨਾਂ ਦੇ ਨਾਲ ਰੁੱਸ ਲੈਣਾ, ਅਸੀਂ ਉਹਨਾਂ ਦੇ ਨਾਲ ਬੋਲਣਾ ਨਹੀਂ ਆ। ਰਣ ਸੇ ਅਜੀਤ ਜੀਤ ਕਰ ਜਬ ਵਾਪਸ ਆਏਗੇ, ਅੱਬਾ ਕੇ ਸਾਥ ਜੁਝਾਰ ਜਬ ਤਸ਼ਰੀਫ ਲਾਏਗੇ, ਗਿਲਾ ਕਰਕੇ ਉਨਸੇ ਹਮ ਰੂਠ ਜਾਏਗੇ, ਪਿਤਾ ਕਭੀ ਮਾਤਾ ਕਭੀ ਭਈਆ ਮਨਾਏਗੇ। ਕਹਿੰਦੇ ਉਹ ਸਾਨੂੰ ਬਾਰ ਬਾਰ ਮਨਾਉਣਗੇ ਪਰ ਅਸੀਂ ਮੰਨਣਾ ਨਹੀਂ, ਅਸੀਂ ਬਾਰ ਬਾਰ ਇੱਕੋ ਗੱਲ ਕਹਿਣੀ ਹੈ ਕਿ ਵੀਰ ਜੀ ਤੁਸੀਂ ਸਾਨੂੰ ਛੱਡ ਕੇ ਕਿਉਂ ਚਲੇ ਗਏ ਸੀ, ਤੇ ਜੇ ਹੁਣ ਤੁਸੀਂ ਛੱਡ ਕੇ ਗਏ ਤੇ ਸਾਨੂੰ ਵੀ ਨਾਲ ਲੈ ਕੇ ਜਾਇਓ। ਇਹ ਮਾਸੂਮ ਜਿੰਦਾ ਕੀ ਜਾਣਨ ਕਿ ਜਿਸ ਸਥਾਨ ਤੇ ਹੁਣ ਜਾਣਾ ਸੱਚਮੁੱਚ ਤੁਸੀਂ ਕਦੀ ਨਹੀਂ ਵਿਛੜਨਾ। ਸਾਰੀ ਰਾਤ ਦਾਦੀ ਮਾਂ ਆਪਣੀ ਛਾਤੀ ਦੇ ਨਿੱਘ ਦੇ ਨਾਲ ਇਹਨਾਂ ਬੱਚਿਆਂ ਦੀ ਕੱਢੀ। ਸਵੇਰ ਹੋਈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਦਾਦੀ ਮਾਂ ਨੇ ਦੋਹਾਂ ਪੋਤਰਿਆਂ ਨੂੰ ਜਗਾਇਆ, ਉਠਾਇਆ ਹੈ ਕਿ ਬੇਟਾ ਆਓ, ਨਿਤਨੇਮ ਦਾ ਵਕਤ ਹੋ ਗਿਆ। ਬੱਚੇ ਅਜੇ ਉੱਠ ਰਹੇ ਨੇ ਕਿ ਦੋ ਪਹਿਰੇਦਾਰਾਂ ਦੇ ਪੈਰਾਂ ਦੀ ਆਵਾਜ਼ ਆਈ। ਮਾਤਾ ਗੁਜ਼ਰ ਕੌਰ ਨੇ ਵੇਖਿਆ ਕਿ ਦੋ ਸਿਪਾਹੀ ਸਾਹਮਣੇ ਖੜੇ ਨੇ। ਮਾਤਾ, ਆਪਣੇ ਪੋਤਰਿਆਂ ਨੂੰ ਤੋਰਦੇ ਇਹਨਾਂ ਦੀ ਕਸ਼ਹਿਰੀ ਦੇ ਵਿੱਚ ਪੇਸ਼ੀ ਹੈ। ਸਾਡੇ ਸਰੋਤਾਂ 'ਚ ਜ਼ਿਕਰ ਆਉਂਦਾ ਹੈ, ਖੋਸ ਗੋਦ ਤੇ ਲੈ ਗਏ ਪ੍ਰਾਤ ਕਚਹਿਰੀ ਮਾਹੇ। ਅਜੇ ਦਿਨ ਦਾ ਚੜ੍ਹਾਅ ਹੋਇਆ ਸੀ ਕਿ ਦੋਹਾਂ ਮਾਸੂਮ ਜਿੰਦਾਂ ਨੂੰ ਮਾਤਾ ਗੁਜ਼ਰ ਕੌਰ ਦੀ ਗੋਦ ਦੇ ਵਿੱਚੋਂ ਉਠਾ ਲਿਆ ਗਿਆ ਤੇ ਕਚਹਿਰੀ ਵੱਲ ਨੂੰ ਤੋਰ ਲਿਆ ਗਿਆ। ਜਦੋਂ ਸੂਬੇ ਦੀ ਕਚਹਿਰੀ ਦੇ ਦਰਵਾਜ਼ੇ ਦੇ ਕੋਲ ਪਹੁੰਚੇ ਤਾਂ ਇਹਨਾਂ ਦੇ ਸੀਸ ਨੂੰ ਝੁਕਾਉਣ ਦੇ ਵਾਸਤੇ
ਉਸਨੇ ਆਪਣੇ ਗੇਟ ਦੀ ਇੱਕ ਛੋਟੀ ਬਾਰੀ ਖੋਲੀ ਹੋਈ ਸੀ ਕਿ ਜਦੋਂ ਸਾਹਿਬਜ਼ਾਦੇ ਅੰਦਰ ਲੰਘਣਗੇ ਸਿਰ ਝੁਕਾ ਕੇ ਤੇ ਬਾਕੀ ਦੇ ਜਿਹੜੇ ਲੋਕ ਨੇ ਉਹਦੇ ਅਹਿਲਕਾਰ ਬੈਠੇ ਨੇ ਉਹ ਸਾਰੇ ਤਾੜੀ ਮਾਰ ਕੇ ਹੱਸ ਦੇਣਗੇ ਤੇ ਕਹਿ ਦੇਣਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਨੇ ਵਜ਼ੀਰ ਖਾਨ ਦੇ ਅੱਗੇ ਆਪਣੇ ਸਿਰ ਨੂੰ ਝੁਕਾ ਲਿਆ। ਗੁਰੂ ਪਾਤਸ਼ਾਹ ਦੀਆਂ ਮਾਸੂਮ ਜਿੰਦਾਂ, ਇਹਨਾਂ ਨੇ ਪਹਿਲਾਂ ਆਪਣੇ ਪੈਰ ਅੰਦਰ ਕੀਤੇ, ਉਸ ਤੋਂ ਬਾਅਦ ਸੀਸ ਅੰਦਰ ਕੀਤੇ ਤੇ ਬੜੀ ਜ਼ੁਰਤ ਦੇ ਨਾਲ ਦੋਹਾਂ ਭਰਾਵਾਂ ਨੇ ਇੱਕ ਦੂਜੇ ਵੱਲ ਤੱਕ ਕੇ ਵਜ਼ੀਰ ਖਾਨ ਦੀ ਗਜ਼ਹਿਰੀ 'ਚ ਜਿਹੜੀ ਫਤਿਹ ਬੁਲਾਈ ਆ ਉਹ ਸਾਰੀ ਸਾਂਝੀ ਕਰੀਏ। ਬੜੀ ਜ਼ੁਰਤ ਦੇ ਨਾਲ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਹਮਣੇ ਕਾਜ਼ੀ ਖੜਾ ਹੈ ਤੇ ਤਖ਼ਤ ਦੇ ਉੱਪਰ ਵਜ਼ੀਰ ਖਾਨ ਬੈਠਾ ਹੈ। ਕਾਜ਼ੀ ਸਾਹਿਬਜ਼ਾਦਿਆਂ ਨੂੰ ਕਹਿ ਰਿਹਾ, ਇੱਥੇ ਹੁਣ ਖਿਆਲ ਕਰਿਓ ਸਾਹਿਬਜ਼ਾਦਿਆਂ ਦਾ ਨਜ਼ਰੀਆ, ਉਹਨਾਂ ਦਾ ਧਰਮ ਦੇ ਪ੍ਰਤੀ ਗਿਆਨ। ਮਾਤਾ ਗੁਜ਼ਰ ਕੌਰ ਨੇ ਕਿੰਨਾ ਗਿਆਨ ਆਪਣੀ ਗੋਦ ਦੇ ਵਿੱਚ ਦਿੱਤਾ ਹੋਵੇਗਾ ਕਿ ਇਹ ਛੋਟੀਆਂ ਛੋਟੀਆਂ ਮਸੀਮ ਜਿੰਦਾਂ ਕਚਹਿਰੀ ਦੇ ਸਾਹਮਣੇ ਖੜੀਆਂ ਨੇ ਤੇ ਸ਼ਾਹੀ ਕਾਜ਼ੀ ਕਹਿ ਰਿਹਾ ਹੈ, ਕਹਿੰਦਾ ਕਿ ਅਸੀਂ ਔਰੰਗਜ਼ੇਬ ਦੇ ਨਾਲ ਗੱਲ ਕਰ ਲਵਾਂਗੇ, ਤੁਸੀਂ ਜੇਕਰ ਦੀਨੇ ਇਸਲਾਮ ਕਬੂਲ ਕਰ ਲਵੋ ਤੁਹਾਡੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ, ਤੁਹਾਨੂੰ ਅਹਿਲਕਾਰੀਆਂ ਦਿੱਤੀਆਂ ਜਾਣਗੀਆਂ, ਤੁਹਾਨੂੰ ਇਸਲਾਮ ਦੀਆਂ ਸੋਹਣੀਆਂ ਸੋਹਣੀਆਂ ਬੱਚੀਆਂ ਦੇ ਨਾਲ ਵਿਆਹ ਜਾਏਗਾ, ਤੁਹਾਡਾ ਆਨੰਦਪੁਰ ਸਾਹਿਬ ਤੁਹਾਨੂੰ ਵਾਪਸ ਦਿੱਤਾ ਜਾਏਗਾ। ਬੱਚਿਓ, ਤੁਹਾਡਾ ਪਿਤਾ ਖਤਮ ਹੋ ਗਿਆ, ਤੁਹਾਡੇ ਭਰਾ ਖਤਮ ਹੋ ਗਏ, ਹੁਣ ਤੁਸੀਂ ਇਕੱਲੇ ਰਹਿ ਗਏ ਹੋ, ਜੇਕਰ ਦੀਨੇ ਇਸਲਾਮ ਕਬੂਲ ਕਰਨ ਦੇ ਵਾਸਤੇ ਤੁਸੀਂ ਤਿਆਰ ਹੋ ਤੇ ਅਸੀਂ ਔਰੰਗਜ਼ੇਬ ਦੇ ਨਾਲ ਗੱਲ ਕਰਦੇ ਹਾਂ। ਹੁਣ ਅੱਲਾ ਯਾਰ ਖਾਂ ਜੋਗੀ ਕਹਿੰਦਾ, ਕਹਿੰਦਾ ਬੱਚਿਆਂ ਦਾ ਜਵਾਬ ਵੇਖਿਓ। ਬੱਚੇ ਕਹਿੰਦੇ ਨੇ, ਪੜ੍ਹ ਕੇ ਕੁਰਾਨ ਪਿਤਾ ਕੋ ਜੋ ਕਰਤਾ ਕੈਦ ਹੈ, ਕਹਿੰਦੇ ਉਸ ਔਰੰਗਜ਼ੇਬ ਦੀ ਸਾਡੇ ਸਾਹਮਣੇ ਗੱਲ ਕਰਦੇ ਹੋ ਜਿਹੜਾ ਕੁਰਾਨ ਪੜ੍ਹਨ ਦਾ ਪਖੰਡ ਕਰਦਾ ਤੇ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਕੈਦ ਕੀਤਾ ਹੋਇਆ। ਮੌਤ ਪਿਤਾ ਕੀ ਜਿਸੇ ਖੁਸ਼ੀ ਕੀ ਨਵੈਦ ਹੈ, ਜਿਹੜਾ ਆਪਣੇ ਪਿਓ ਦੀ ਖੁਸ਼ੀ ਦੇ ਮੌਤ ਦੇ ਉੱਪਰ ਖੁਸ਼ੀ ਦਾ ਜਸ਼ਨ ਮਨਾਉਂਦਾ, ਤੁਸੀਂ ਉਸ ਔਰੰਗਜ਼ੇਬ ਦੀ ਗੱਲ ਕਰਦੇ ਹੋ। ਕਤਲੇ ਬਿਰਾਦਰਾਂ ਜਿਸੇ ਮਾਮੂਲੀ ਸ਼ਾਇਦ ਹੈ ਆਪਣੇ ਭਰਾਵਾਂ ਦਾ ਕਤਲ ਕਰਨਾ ਤੇ ਗੱਦੀ ਤੇ ਬਹਿਣਾ, ਜਿਸ ਔਰੰਗਜ਼ੇਬ ਦਾ ਛੋਟਾ ਜਿਹਾ ਸ਼ੁਗਲ ਹੈ, ਤੁਸੀਂ ਉਹਦੀ ਗੱਲ ਕਰਦੇ ਹੋ। ਖਲਕਤ ਕੋ ਭਲਾ ਨੇਕੀ ਸੀ ਉਸ ਕਿਆ ਉਮੈਦ ਹੈ, ਜਦੋਂ ਆਮ ਲੋਕਾਂ ਨੂੰ ਉਸ ਤੋਂ ਇਨਸਾਫ਼ ਦੀ ਆਸ ਨਹੀਂ ਤੇ ਅਸੀਂ ਬੇਇਨਸਾਫ਼ ਮਨੁੱਖ ਦੇ ਸਾਹਮਣੇ ਆਪਣੇ ਸਿਰ ਝੁਕਾ ਦਈਏ। ਕਹਿੰਦੇ ਨਹੀਂ, ਇਹ ਸਿਰ ਝੁਕਾਏ ਨਹੀਂ ਜਾ ਸਕਦੇ। ਬੜੇ ਲਾਲਚ ਦਿੱਤੇ ਗਏ, ਬਹੁਤ ਬੱਚਿਆਂ ਨੂੰ ਤਸੀਹੇ ਦੇਣ ਦੀ ਗੱਲ ਕਰਕੇ ਡਰਾਇਆ ਗਿਆ, ਪਰ ਬੱਚੇ ਆਪਣੇ ਧਰਮ ਤੋਂ ਨਾ ਡੋਲੇ। ਇਹ ਪੂਰਾ ਦਿਨ ਬੱਚਿਆਂ ਨੂੰ ਇਸ ਗੱਲ ਦੇ ਉੱਪਰ ਲੱਗ ਗਿਆ ਕਿ ਇਹ ਦੀਨੇ ਇਸਲਾਮ ਕਬੂਲ ਕਰ ਲੈਣ, ਪਰ ਉਹਨਾਂ ਸਾਹਿਬਜ਼ਾਦਿਆਂ ਨੇ ਦੀਨੇ ਇਸਲਾਮ ਕਬੂਲ ਨਾ ਕੀਤਾ। ਹੁਣ ਕਚਹਿਰੀ ਦਾ ਵਕਤ ਸਮਾਪਤ ਹੋਇਆ, ਬੱਚੇ ਫਿਰ ਦਾਦੀ ਮਾਂ ਦੀ ਗੋਦ 'ਚ ਆਏ ਨੇ। ਦੂਸਰੀ ਰਾਤ ਦਾਦੀ ਮਾਂ ਦੀ ਗੋਦ ਵਿੱਚ ਆ ਕੇ ਦੋਹਾਂ ਵੀਰਾਂ ਨੇ ਦੱਸਿਆ ਹੈ ਕਿ ਮਾਤਾ ਜੀ, ਅੱਜ ਸੂਬੇ ਦੀ ਕਚਹਿਰੀ ਦੇ ਵਿੱਚ ਆਹ ਗੱਲਾਂ ਹੋਈਆਂ ਸੀ, ਅਤੇ ਉੱਥੇ ਕਹਿ ਰਹੇ ਸੀਗੇ ਕਿ ਤੁਹਾਡੇ ਪਿਤਾ ਅਤੇ ਤੁਹਾਡੇ ਭਰਾ ਵੀ ਸ਼ਹੀਦ ਹੋ ਚੁੱਕੇ ਨੇ। ਸੂਬੇ ਦੀ ਕਚਹਿਰੀ ਵਿੱਚ ਇਹ ਗੱਲਾਂ ਹੋ ਰਹੀਆਂ ਸੀ। ਮਾਤਾ ਗੁਜ਼ਰ ਕੌਰ ਨੇ ਘੁੱਟ ਕੇ ਗੱਲ ਨਾਲ ਲਾਇਆ ਔਰ ਸਾਰੀ ਵਾਰਤਾਲਾਪ ਨੂੰ ਪੁੱਛਿਆ। ਸਾਰੀ ਰਾਤ ਮਾਤਾ ਗੁਜ਼ਰ ਕੌਰ ਫਿਰ ਉਸੇ ਤਰ੍ਹਾਂ ਬੀਤੀ, ਬੱਚਿਆਂ ਨੂੰ ਕਦੀ ਗੋਦੀ ਦੇ ਵਿੱਚ, ਕਦੀ ਛਾਤੀ ਦੇ ਨਾਲ ਲਾ ਕੇ, ਕਦੀ ਮੂੰਹ ਦੇ ਸਾਹ ਦੇ ਨਾਲ ਹੌਲੀ ਹੌਲੀ ਬੱਚਿਆਂ ਨੂੰ ਨਿੱਘ ਦਿੰਦੀ ਰਹੀ। ਇੰਨੀ ਠੰਡ ਸੀ, ਇਤਿਹਾਸਕਾਰ ਦੱਸਦੇ ਨੇ ਬੱਚਿਆਂ ਦੇ ਬੁੱਲ ਨੀਲੇ ਹੋ ਰਹੇ ਸੀ ਠੰਡ ਦੇ ਨਾਲ, ਹੱਥ ਪੈਰ ਨੀਲੇ ਹੋ ਰਹੇ ਸੀ। ਕਦੀ ਹੱਥਾਂ ਨੂੰ ਘੁੱਟਦੀ ਹੈ ਦਾਦੀ ਮਾਂ, ਕਦੀ ਆਪਣੇ ਮੂੰਹ ਦੇ ਸਾਹ ਦਾ ਨਿੱਘ ਦਿੰਦੀ ਉਹਨਾਂ ਦੇ ਹੱਥਾਂ ਨੂੰ, ਕਦੀ ਉਹਨਾਂ ਦੇ ਚਿਹਰਿਆਂ ਨੂੰ, ਕਦੀ ਉਹਨਾਂ ਦੇ ਬੁੱਲਾਂ ਨੂੰ, ਔਰ ਸਾਰੀ ਰਾਤ ਬੱਚਿਆਂ ਦੀ ਫਿਰ ਦਾਦੀ ਮਾਂ ਦੀ ਗੋਦ ਦੇ ਵਿੱਚ ਬਤੀਤ ਹੋਈ। ਸਵੇਰ ਹੋਈ, ਫਿਰ ਸਾਹਿਬਜ਼ਾਦਿਆਂ ਦੀ ਪੇਸ਼ੀ ਦਾ ਹੁਕਮ ਆ ਗਿਆ। ਸਾਹਿਬਜ਼ਾਦਿਆਂ ਨੂੰ ਨਵਾਬ ਦੀ ਕਚਹਿਰੀ ਦੇ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ। ਮਾਤਾ ਗੁਜ਼ਰ ਕੌਰ ਨੇ ਉਸ ਵੇਲੇ ਜੋ ਕਿਹਾ, ਕਿਉਂਕਿ ਮਾਤਾ ਜੀ ਸੋਚ ਰਹੀ ਸੀ ਕਿ ਜਿਹੜੇ ਜਵਾਬ ਬੱਚਿਆਂ ਨੇ ਕੱਲ੍ਹ ਸੂਬੇ ਦੀ ਕਚਹਿਰੀ 'ਚ ਦਿੱਤੇ ਨੇ, ਉਹਨਾਂ ਤੋਂ ਬਾਅਦ ਇਹਨਾਂ ਦੇ ਪੱਲੇ ਸ਼ਹਾਦਤ ਹੀ ਆ ਸਕਦੀ ਹੈ। ਮਾਤਾ ਗੁਜ਼ਰ ਕੌਰ ਦੀ ਜਿਹੜੀ ਉਸਦੀ ਖਿਆਲੀ ਉਡਾਰੀ ਹੈ, ਅਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਮਾਤਾ ਗੁਜ਼ਰ ਕੌਰ ਦੇ ਮਨ ਦੇ ਵਿੱਚ ਆਇਆ, ਬੇਟੇ ਸੇ ਪਹਿਲੇ ਵਿਛੜੀ ਥੀ ਅਬ ਤੁਮ ਵੀ ਵਿਛੜ ਚਲੇ, ਵਿਗੜੇ ਹੋਏ ਨਸੀਬ ਥੇ ਕੁਛ ਔਰ ਵਿਗੜ ਚਲੇ। ਮਾਂ ਦੀ ਗੋਦ ਦੇ ਵਿੱਚੋਂ, ਦਾਦੀ ਮਾਂ ਦੀ ਗੋਦ ਦੇ ਵਿੱਚੋਂ ਬੱਚੇ ਉੱਠ ਕੇ ਫਿਰ ਸੂਬੇ ਦੀ ਕਚਹਿਰੀ 'ਚ ਗਏ ਨੇ। ਅੱਜ ਦੂਸਰਾ ਦਿਨ ਹੈ, ਕਚਹਿਰੀ ਲੱਗੀ ਹੋਈ ਹੈ, ਕਾਜ਼ੀ ਉੱਥੇ ਹੈ, ਸੁੱਚਾ ਆਨੰਦ ਉੱਥੇ ਹੈ। ਬੱਚਿਆਂ ਨੂੰ ਫਿਰ ਕਿਹਾ ਗਿਆ ਹੈ ਕਿ ਵਜ਼ੀਰ ਖਾਨ ਨੂੰ ਝੁੱਕ ਕੇ ਸਲਾਮ ਕਰੋ, ਅਤੇ ਬੱਚਿਆਂ ਦਾ ਜਵਾਬ ਪਤਾ ਕੀ ਹੈ, ਸਾਚੇ ਸਾਹਿਬ ਕੋ ਸਲਾਮ ਕੀਆ ਹੈ, ਕਿਸੇ ਔਰ ਕੋ ਨਹੀਂ ਕਰਦੇ। ਕਹਿੰਦੇ ਵਜ਼ੀਰ ਖਾਨ ਜਦੋਂ ਦੇ ਇਹ ਸਿਰ ਸਾਡੇ ਗੁਰੂ ਦੇ ਕਦਮਾਂ 'ਤੇ ਝੁੱਕ ਕੇ ਉਸ ਤੋਂ ਬਾਅਦ ਉੱਠੇ ਨਹੀਂ, ਹੁਣ ਕਿਸ ਨੂੰ ਸਲਾਮ ਕਰੀਏ, ਅਸੀਂ ਤਾਂ ਗੁਰੂ ਨੂੰ ਇੱਕ ਵਾਰੀ ਸਲਾਮ ਕਰ ਚੁੱਕੇ ਹਾਂ। ਫਿਰ ਉੱਥੇ ਖੜਾ ਸੀ ਸੁੱਚਾ ਆਨੰਦ ਦੀਵਾਨ,
ਸੁੱਚਾ ਨੰਦ ਦੀਵਾਨ ਕਹਿੰਦਾ ਕਬੂਲ ਕਰ ਲਓ ਤੁਮ ਗਰ ਸ਼ਾਹ ਕੇ ਦੀਨ ਕੋ ਫਲਕ ਬਣਾ ਕੇ ਰੱਖ ਦੂੰਗਾ ਤੁਹਾਰੀ ਜ਼ਮੀਨ ਕੋ। ਕਹਿੰਦਾ ਬੱਚਿਓ ਜੇਕਰ ਤੁਸੀਂ ਮੇਰੇ ਰਾਜੇ ਦਾ ਦੀਨੇ ਇਸਲਾਮ ਕਬੂਲ ਕਰ ਲਵੋ ਤੇ ਮੈਂ ਤੁਹਾਡੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਸਵਰਗ ਬਣਾ ਕੇ ਤੁਹਾਨੂੰ ਵਾਪਸ ਦਊਂਗਾ। ਤੇ ਸੱਚ ਜਾਣਿਓ ਇਹਨਾਂ ਗੁਰੂ ਪਾਤਸ਼ਾਹ ਦੇ ਫਰਜ਼ੰਦਾਂ ਦਾ ਜਵਾਬ ਕੀ ਹੈ? ਇਹਨਾਂ ਬੱਚਿਆਂ ਨੇ ਜਵਾਬ ਦਿੱਤਾ ਤਲੀਮ ਜ਼ੋਰ ਕਾ ਕਹੀਂ ਕੁਰਾਨ ਮੇ ਨਹੀਂ, ਨੇਕੀ ਤੁਹਾਰੇ ਸ਼ਾਹ ਕੇ ਇਮਾਨ ਮੇ ਨਹੀਂ। ਹੁਣ ਵੇਖਿਓ ਕਿੰਨਾ ਗਿਆਨ ਇਸ ਉਮਰ ਦੇ ਵਿੱਚ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਕਿੰਨਾ ਗਿਆਨ ਹੈ ਕਿ ਉਹ ਵਜ਼ੀਰ ਖਾਨ ਨੂੰ ਕਹਿ ਰਹੇ ਨੇ ਕਹਿੰਦੇ ਸਾਨੂੰ ਪਤਾ ਹੈ ਤੁਹਾਡੀ ਕੁਰਾਨ ਦਾ, ਤੁਹਾਡੀ ਕੁਰਾਨ ਦੇ ਵਿੱਚ ਤਾਂ ਕਿਤੇ ਜਬਰੀ ਧਰਮ ਤਬਦੀਲੀ ਲਿਖੀ ਨਹੀਂ ਤੇ ਤੁਸੀਂ ਤਾਂ ਖੁਦ ਮੁਸਲਮਾਨ ਨਹੀਂ ਹੋ ਜਿਹੜੇ ਜਬਰੀ ਧਰਮ ਤਬਦੀਲ ਕਰ ਰਹੇ ਹੋ। ਤਾਲੀਮ ਜ਼ੋਰ ਕਾ ਕਹੀਂ ਕੁਰਾਨ ਮੇ ਨਹੀਂ, ਨੇਕੀ ਤੁਹਾਰੇ ਸ਼ਾਹ ਕੇ ਇਮਾਨ ਮੇ ਨਹੀਂ। ਸੁੱਚਾ ਆਨੰਦ ਨੂੰ ਬੜਾ ਗੁੱਸਾ ਚੜਿਆ, ਬਹੁਤ ਗੁੱਸਾ ਚੜਿਆ। ਉਹ ਕਹਿੰਦਾ ਸਾਹਿਬਜ਼ਾਦਿਓ ਗੁਰੂ ਸਾਹਿਬ ਬਾਗੀ ਦੇ ਬੱਚਿਓ ਤੁਸੀਂ ਅਜੇ ਵੀ ਦੀਨੇ ਇਸਲਾਮ ਕਬੂਲ ਕਰ ਲਵੋ, ਇਹ ਵਜ਼ੀਰ ਖਾਂ ਇੰਨਾ ਚੰਗਾ ਹੈ, ਮੈਨੂੰ ਹਿੰਦੂ ਹੋਣ ਦੇ ਬਾਵਜੂਦ ਇਹਨੇ ਆਪਣੀ ਕਚਹਿਰੀ ਦੇ ਵਿੱਚ ਅਹਿਲਕਾਰੀ ਦਿੱਤੀ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਬਾਗੀ ਦੇ ਪੁੱਤ ਹੋ ਤੁਹਾਨੂੰ ਵੀ ਅਹਿਲਕਾਰੀਆਂ ਦੇਵੇਗਾ। ਉੱਥੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਜ਼ਰੀਆ ਸਾਹਿਬਜ਼ਾਦੇ ਪੇਸ਼ ਕਰਦੇ ਨੇ, ਖਿਆਲ ਕਰਿਓ ਕਦੀ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਨਾ ਅਸੀਂ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਹਾਂ, ਕਦੀ ਪੰਚਮ ਪਾਤਸ਼ਾਹ ਨੇ ਕਿਹਾ ਸੀ ਨਾ ਮੈਂ ਹਿੰਦੂ ਨਾ ਮੁਸਲਮਾਨ, ਕਦੀ ਦਸਮ ਪਾਤਸ਼ਾਹ ਨੇ ਕਿਹਾ ਸੀ ਉਹ ਤੀਸਰ ਮਜ਼ਹਬ ਖਾਲਸਾ ਉਪਜਿਓ ਪ੍ਰਧਾਨਾ, ਪਰ ਅੱਜ ਉਹ ਛੋਟੀਆਂ ਛੋਟੀਆਂ ਮਾਸੂਮ ਜਿੰਦਾ ਸਾਹਮਣੇ ਮੌਤ ਹੈ ਤੇ ਕੀ ਕਹਿ ਰਹੇ ਨੇ? ਕਹਿੰਦੇ ਕਿ ਨਾ ਤਾਂ ਅਸੀਂ ਦੀਨੇ ਇਸਲਾਮ ਕਬੂਲ ਕਰਨਾ ਹੈ ਤੇ ਨਾ ਅਸੀਂ ਹਿੰਦੂ ਧਰਮ ਦੇ ਵਾਂਗੂ ਗੁਲਾਮੀ ਕਬੂਲ ਕਰਨੀ ਹੈ। ਸੁੱਚਾਨੰਦ ਸੁੱਚਾਨੰਦ ਸਾਡਾ ਤਾਂ ਤੁਹਾਡੇ ਤੋਂ ਰਾਹ ਹੀ ਵੱਖਰਾ ਹੈ, ਜ਼ੁਲਮ ਸੇ ਗਰ ਰੋਕਾ ਤੋ ਮੁਸਲਮਾਨ ਵਿਗੜ ਗਏ। ਕਹਿੰਦੇ ਜਦੋਂ ਅਸੀਂ ਮੁਸਲਮਾਨਾਂ ਨੇ ਜ਼ੁਲਮ ਕੀਤਾ, ਮੇਰੇ ਗੁਰੂ ਪਿਤਾ ਨੇ ਉਹਨਾਂ ਨੂੰ ਜ਼ੁਲਮ ਕਰਨ ਤੋਂ ਰੋਕਿਆ ਤੇ ਮੁਸਲਮਾਨ ਵਿਗੜ ਗਏ, ਬੁੱਤ ਪ੍ਰਸਤੀ ਸੇ ਰੋਕਾ ਤੋ ਹਿੰਦੂ ਬਿਟਰ ਗਏ, ਜਦੋਂ ਪਹਾੜੀ ਰਾਜਿਆਂ ਨੂੰ ਬੁੱਤ ਪ੍ਰਸਤੀ ਤੋਂ ਰੋਕਿਆ ਤਾਂ ਉਹ ਵੀ ਸਾਡੇ ਗੁਰੂ ਪਿਤਾ ਦੇ ਵੈਰੀ ਬਣ ਗਏ। ਕਹਿੰਦੇ ਵਜ਼ੀਰ ਖਾਨ ਫੌਜੋਂ ਪੇ ਨਾਜ ਤੁਮਕੋ, ਸਾਹਮਣੇ ਵਜ਼ੀਰ ਖਾਨ ਹੈ, ਫੌਜੋਂ ਪੇ ਨਾਜ ਤੁਮਕੋ ਇਹਨੇ ਦੇਵੀ ਪੇ ਮਾਨ ਹੈ, ਪਰ ਸਾਡੀ ਤਾਂ ਗੱਲ ਹੀ ਵੱਖਰੀ ਹੈ, ਆਸ਼ਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ। ਵਜ਼ੀਰ ਖਾਨ ਸਾਡੀ ਤਾਂ ਚਾਲ ਹੀ ਨਿਰਾਲੀ ਹੈ, ਨਾ ਤਾਂ ਸਾਨੂੰ ਫੌਜਾਂ ਤੇ ਮਾਣ ਹੈ ਤੁਹਾਡੀਆਂ ਤੇ, ਨਾ ਸੁੱਚਾ ਨੰਦ ਦੀ ਦੇਵੀ ਤੇ ਮਾਣ ਹੈ, ਸਾਡੀ ਤਾਂ ਗੱਲ ਹੀ ਵੱਖਰੀ ਹੈ। ਉਸ ਵੇਲੇ ਇਹਨਾਂ ਹਕੂਮਤ ਦੇ ਆਪਣੇ ਆਪ ਨੂੰ ਅਖਵਾਉਣ ਵਾਲੇ ਨਵਾਬਾਂ ਦਾ ਕੀ ਹਾਲ ਹੋਇਆ ਹੋਵੇਗਾ? ਅਕਸਰ ਜਿੱਥੇ ਰੂਹਾਨੀਅਤ ਹੁੰਦੀ ਉੱਥੇ ਜ਼ੁਰਤ ਹੁੰਦੀ ਹੈ, ਔਰ ਜਿੱਥੇ ਧੋਖਾ ਹੁੰਦਾ ਉੱਥੇ ਸ਼ਰਮਿੰਦਗੀ ਹੁੰਦੀ ਹੈ। ਅਲਾ ਯਾਰ ਖਾਂ ਜੋਗੀ ਬੜਾ ਸੁੰਦਰ ਬਿਆਨ ਕਰਦਾ ਹੈ, ਕਹਿੰਦਾ ਇੱਕ ਪਾਸੇ ਸਾਹਮਣੇ ਬੈਠਾ ਵਜ਼ੀਰ ਖਾਨ ਤੇ ਸਾਈਡ ਤੇ ਖੜਾ ਸੁੱਚਾਨੰਦ, ਤੇ ਉਹਦੇ ਸਾਹਮਣੇ ਖੜੇ ਨੇ ਬਾਬਾ ਜ਼ੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ, ਤੇ ਕਹਿੰਦਾ ਦੋਵਾਂ ਦੇ ਵਿੱਚ ਫਰਕ ਕੀ ਲੱਗ ਰਿਹਾ? ਕਹਿੰਦਾ ਉਹਨਾਂ ਦੇ ਚਿਹਰਿਆਂ ਵੱਲ ਤੱਕੋ, ਕਹਿੰਦਾ ਨੰਨੀ ਸੀ ਸੂਰਤੋਂ ਸੇ ਸੀ ਸੁਜਾਵਤ ਬਰਸ ਰਹੀ, ਕਹਿੰਦਾ ਉਹਨਾਂ ਦੇ ਚਿਹਰਿਆਂ ਤੋਂ ਰੂਹਾਨੀਅਤ ਬਰਸ ਰਹੀ ਸੀ, ਤੇ ਜਦੋਂ ਉਹ ਗੱਲਾਂ ਕਰਦੇ ਸੀ ਪਿਆਰੀ ਸੀ ਸੂਰਤੋਂ ਸੇ ਸੀ ਜੁਰਤ ਬਰਸ ਰਹੀ, ਕਹਿੰਦਾ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਯੂਰਪ ਦੇ ਬੋਲ ਨਿਕਲ ਰਹੇ ਸੀ, ਤੇ ਕਹਿੰਦਾ ਜਦੋਂ ਸੁੱਚਾ ਨੰਦ ਦੇ ਚਿਹਰੇ ਵੱਲ ਵੇਖਿਆ ਤੇ ਰਾਜੋ ਕੇ ਚਿਹਰੋਂ ਪੇ ਸੀ ਸ਼ਿਕਾਵਤ ਬਰਸ ਰਹੀ, ਸ਼ਾਹ ਕੇ ਮੂੰਹ ਪੇ ਪਰ ਥੀ ਲਾਨਤ ਬਰਸ ਰਹੀ। ਕਹਿੰਦਾ ਵਜ਼ੀਰ ਖਾਨ ਸ਼ਰਮਿੰਦਗੀ ਦੇ ਨਾਲ ਮੂੰਹ ਛਪਾ ਰਿਹਾ ਸੀ ਤੇ ਸੁੱਚਾ ਨੰਦ ਦੇ ਚਿਹਰੇ ਤੇ ਲਾਨਤਾਂ ਬਰਸ ਰਹੀਆਂ ਸੀ। ਅੱਲਾ ਯਾਰ ਖਾਂ ਜੋਗੀ ਲਿਖਤਾ। ਹੁਣ ਖਿਆਲ ਕਰਿਓ ਇਹ ਦੋ ਵਿਚਾਰਧਾਰਾ ਦੀ ਜੰਗ ਇੱਥੇ ਹੋ ਰਹੀ ਨੇ, ਇੱਕ ਉਹ ਵਿਚਾਰਧਾਰਾ ਹੈ ਜਿਹੜੀ ਕਿ ਹਿੰਦੂ ਧਰਮ ਦੇ ਕਰਮਕਾਂਡ ਤੇ ਇਸਲਾਮ ਦੇ ਜ਼ੁਲਮ ਦੇ ਖਿਲਾਫ ਤੀਸਰ ਧਰਮ ਦੀ ਗੱਲ ਕਰ ਰਹੀ ਹੈ, ਜਿਨ੍ਹਾਂ ਦੇ ਚਿਹਰੇ ਦੇ ਉੱਪਰ ਜ਼ੁਰਤ ਹੈ ਰੂਹਾਨੀਅਤ ਹੈ, ਤੇ ਦੂਜੇ ਪਾਸੇ ਉਹ ਤਾਕਤ ਹੈ ਜਿਹੜੀ ਇੱਕ ਤਾਂ ਬੁੱਤ ਪ੍ਰਸਤੀ ਦੇ ਵਿੱਚ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਖਤਮ ਕਹਿ ਕੇ ਖਤਮ ਕਰਨਾ ਚਾਹੁੰਦੀ ਹੈ ਤੇ ਦੂਜੀ ਜ਼ੁਲਮ ਦੇ ਨਾਲ ਸਿੱਖ ਧਰਮ ਨੂੰ ਖਤਮ ਕਰਨਾ ਚਾਹੁੰਦੀ ਹੈ। ਇਹਨਾਂ ਦੋਵਾਂ ਵਿਚਾਰਧਾਰਾ ਦੇ ਟਕਰਾਅ ਦੇ ਵਿੱਚੋਂ ਜਿਹੜਾ ਸ਼ਹਾਦਤ ਦਾ ਜਨਮ ਹੋ ਰਿਹਾ ਉਸ ਨੂੰ ਸਮਝਿਓ। ਜਦੋਂ ਇੰਨੀ ਬੇਇੱਜ਼ਤੀ ਸੁੱਚਾਨੰਦ ਨੇ ਆਪਣੀ ਮਹਿਸੂਸ ਕੀਤੀ ਤਾਂ ਉਸ ਵੇਲੇ ਉਸਨੇ ਨਵਾਬ ਨੂੰ ਕਿਹਾ, ਉਹਨ ਕਹਿਓ ਨਵਾਬ ਇਹ ਸਰਪ ਬਸੂਰੇ ਛੋਟੇ ਬੜੇ ਡੱਸੇਂਗੇ ਜ਼ਰੂਰੇ। ਨਵਾਬ ਸਾਹਿਬ ਇਹ ਤਾਂ ਗੁਰੂ ਗੋਬਿੰਦ ਸਿੰਘ ਸੱਪ ਦੇ ਪੁੱਤਰ ਨੇ, ਸੱਪ ਦੇ ਨਾਲ ਦੁਸ਼ਮਣੀ ਪਾਉਣੀ ਤੇ ਸੱਪ ਦੇ ਬੱਚਿਆਂ ਨੂੰ ਦੁੱਧ ਪਿਆਉਣਾ, ਸ਼ੇਰ ਨੂੰ ਮਾਰਨਾ, ਬਘਿਆੜ ਨੂੰ ਮਾਰਨਾ ਤੇ ਉਹਦੇ ਬੱਚੇ ਘਰ ਲਿਆ ਕੇ ਪਾਲਣੇ, ਇਹ ਕਿੱਥੋਂ ਦੀ ਸਿਆਣਪ ਹੈ? ਇਹਨਾਂ ਬੱਚਿਆਂ ਨੂੰ ਵੀ ਖਤਮ ਕਰ ਦਿੱਤਾ ਜਾਵੇ। ਉਹਨ ਕਹਿਓ ਨਵਾਬ ਇਹ ਸਰਪ ਬਸੂਰੇ ਛੋਟੇ ਬੜੇ ਡੱਸੇਂਗੇ ਜ਼ਰੂਰੇ। ਹੁਣ ਖਿਆਲ ਕਰਿਓ ਸੁੱਚਾਨੰਦ ਖੁਸ਼ਾਮਦ ਕਰ ਰਿਹਾ ਕਿਉਂਕਿ ਗੁਲਾਮ ਹੈ, ਉਹ ਹਿੰਦੂਤਵ ਦਾ ਪ੍ਰਤੀਨਿਧੀ ਹੈ ਪਰ ਇਸਲਾਮ ਦਾ ਗੁਲਾਮ ਹੈ। ਉਹੀ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਸਾਹਿਬ ਦੇ ਸਮੇਂ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅੰਮ੍ਰਿਤ ਵਾਰੀ, ਜਾਂ ਖੱਤਰੀਆਂ ਦਾ ਧਰਮ ਛੱਡਿਆ ਮਲੇਸ਼ ਭਾਖਿਆ ਗਈ,
ਉਹ ਆਪਣੇ ਆਪ ਨੂੰ ਕਰਮਕਾਂਡ ਦਾ ਮੁਜੱਸਮਾ ਗਿਣ ਰਿਹਾ, ਹਿੰਦੂ ਧਰਮ ਦਾ ਆਗੂ ਗਿਣ ਰਿਹਾ, ਪਰ ਇਸਲਾਮ ਦਾ ਗੁਲਾਮ ਹੈ। ਉਹ ਆਜ਼ਾਦੀ ਦੀ ਗੱਲ ਨਹੀਂ ਕਰ ਸਕਦਾ। ਅਤੇ ਉਸ ਵੇਲੇ ਸ਼ਾਮ ਨੂੰ ਫਿਰ ਮਾਤਾ ਗੁਜ਼ਰ ਕੌਰ ਦੀ ਗੋਦ ਦੇ ਵਿੱਚ ਬੱਚੇ ਆ ਜਾਂਦੇ ਨੇ। ਇਹ ਦੂਸਰੀ ਰਾਤ ਹੈ, ਖਿਆਲ ਕਰਿਓ, ਇਹ ਉਹ ਰਾਤ ਹੈ ਜਿਸ ਦਿਨ ਮੋਤੀ ਰਾਮ ਮਹਿਰੇ ਨੇ ਬੱਚਿਆਂ ਨੂੰ ਰਾਤ ਦੁੱਧ ਛਕਾਇਆ। ਖਿਆਲ ਕਰਿਓ, ਕਦੋਂ ਦਾ ਕੁਛ ਖਾਧਾ ਹੋਇਆ, ਅੱਜ ਦੀ ਰਾਤ ਬੱਚਿਆਂ ਨੂੰ ਦੁੱਧ ਨਸੀਬ ਹੋਇਆ। ਮਾਤਾ ਗੁਜ਼ਰ ਕੌਰ ਨੇ ਬੱਚਿਆਂ ਦੇ ਕੋਲੋਂ ਸੂਬੇ ਦੇ ਕਚਹਿਰੀ ਵਿੱਚ ਹੋਈ ਸਾਰੀ ਵਾਰਤਾ ਨੂੰ ਸੁਣਿਆ। ਇਹ ਤੀਸਰੀ ਰਾਤ ਫਿਰ ਇਸੇ ਤਰ੍ਹਾਂ ਬਤੀਤ ਹੋਈ ਹੈ ਜਿਸ ਤਰ੍ਹਾਂ ਪਹਿਲੀਆਂ ਦੋ ਰਾਤਾਂ ਬੀਤੀਆਂ। ਮਾਤਾ ਗੁਜ਼ਰ ਕੌਰ ਘੁੱਟ ਘੁੱਟ ਕੇ ਆਪਣੀ ਛਾਤੀ ਦੇ ਨਾਲ ਬੱਚਿਆਂ ਨੂੰ ਲਾਉਂਦੀ ਹੈ। ਤੇ ਹੁਣ ਮਾਤਾ ਗੁਜ਼ਰ ਕੌਰ ਨੂੰ ਬੱਚਿਆਂ ਨੇ ਦੱਸ ਦਿੱਤਾ ਹੈ ਕਿ ਮਾਤਾ ਜੀ ਸੁੱਚਾ ਨੰਦ ਨੇ ਕਚਹਿਰੀ 'ਚ ਕਹਿ ਦਿੱਤਾ ਸੀਗਾ ਕਿ ਉਨ ਕਹਿਓ ਨਵਾਬ ਏ ਸਰਪ ਬਸੂਰੇ ਗੁਰੂ ਗੋਬਿੰਦ ਸਿੰਘ ਬਾਗੀ ਦੇ ਪੁੱਤ ਨੇ, ਇਹਨਾਂ ਨੂੰ ਸਵੇਰੇ ਖਤਮ ਕਰ ਦੇਣਾ। ਹੁਣ ਖਿਆਲ ਕਰਿਓ, ਉਸ ਦਾਦੀ ਮਾਂ ਦੇ ਹਿਰਦੇ ਦੇ ਉੱਪਰ ਕੀ ਬੀਤੀ ਹੋਵੇਗੀ, ਕੀ ਹੋਵੇ ਹਾਲ ਉਸ ਵੇਲੇ, ਕਿਸ ਤਰ੍ਹਾਂ ਦੇ ਹਾਲਾਤ ਹੋਣਗੇ। ਇਸ ਛੋਟੀਆਂ ਛੋਟੀਆਂ ਉਹਨਾਂ ਮਾਸੂਮ ਜਿੰਦਾਂ ਦੇ ਕੋਲੋਂ ਇਹ ਗੱਲ ਉਸ ਦਾਦੀ ਮਾਂ ਨੇ ਕਿਵੇਂ ਸੁਣੀ ਹੋਵੇਗੀ ਜਦੋਂ ਉਹਨਾਂ ਨੇ ਕਿਹਾ ਹੋਵੇਗਾ ਕਿ ਦਾਦੀ ਮਾਂ ਸਵੇਰੇ ਸਾਨੂੰ ਖਤਮ ਕਰ ਦੇਣਾ। ਦਾਦੀ ਮਾਂ ਪਹਿਲਾਂ ਨਾਲੋਂ ਅੱਜ ਥੋੜ੍ਹਾ ਸਮਾਂ ਪਹਿਲਾਂ ਉੱਠੀ ਹੈ, ਬੱਚਿਆਂ ਨੂੰ ਤਿਆਰ ਕੀਤਾ, ਸਿਰਾਂ ਦੇ ਉੱਪਰ ਕੇਸਕੀਆਂ ਸਜਾਈਆਂ। ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਕਿ ਦਾਦੀ ਮਾਂ ਨਾਲ ਤੇ ਬੱਚਿਆਂ ਨੂੰ ਤਿਆਰ ਕਰ ਰਹੀ ਹੈ ਅਤੇ ਨਾਲ ਆਪਣੀ ਮਾਨਸਿਕਤਾ ਦੇ ਵਿੱਚ ਸੋਚ ਰਹੀ ਹੈ। ਕਹਿੰਦੀ, ਬੇਟਾ ਮਰਨੇ ਸੇ ਪਹਿਲੇ ਆਓ, ਜਰਾ ਮੂੰਹ ਧੁਲਾ ਧੋ ਲੂੰ। ਬੇਟਾ ਮੈਂ ਤੁਹਾਡਾ ਅੱਜ ਮੂੰਹ 'ਤੇ ਧੋ ਦੇਵਾਂ, ਕੇਸੋਂ ਕੋ ਕੰਘੀ ਕਰ ਲੂੰ, ਜਰਾ ਮੂੰਹ ਧੁਲਾ ਧੋ ਲੂੰ। ਛੋਟੇ ਸੇ ਸਿਰੋਂ ਪੇ ਕਲਗੀ ਸਜਾ ਧੋ ਲੂੰ, ਮਰਨੇ ਸੇ ਪਹਿਲੇ ਤੁਮਕੋ ਦੁੱਲਾ ਬਣਾ ਧੋ ਲੂੰ। ਬੇਟਾ ਅੱਜ ਤੁਸੀਂ ਵਾਪਸ ਨਹੀਂ ਆਉਣਾ, ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਛੋਟੇ ਛੋਟੇ ਸਿਰਾਂ ਦੇ ਉੱਪਰ ਛੋਟੀਆਂ ਛੋਟੀਆਂ ਕਲਗੀਆਂ ਸਜਾਵਾਂ। ਮੈਂ ਤੁਹਾਨੂੰ ਲਾੜੀ ਮੌਤ ਨੂੰ ਪਰਵਾਉਣ ਦੇ ਵਾਸਤੇ, ਲਾੜੀ ਮੌਤ ਨੂੰ ਵਿਆਹੁਣ ਦੇ ਵਾਸਤੇ ਤਿਆਰ ਕਰਕੇ ਭੇਜਾਂ। ਸਾਹਿਬਜ਼ਾਦੇ ਮਾਤਾ ਗੁਜ਼ਰ ਕੌਰ ਨੂੰ ਪਤਾ ਕੀ ਕਹਿ ਰਹੇ ਨੇ, ਰੁਖਸਤ ਹਮੇ ਅਬ ਦੀਜੀਏ ਹਮ ਜਾਨੇ ਫਿਦਾ ਕਰੇ। ਦਾਦੀ ਜੀ ਸਾਨੂੰ ਛੇਤੀ ਤੋਰੋ, ਅਸੀਂ ਸ਼ਹੀਦ ਹੋਣਾ। ਅੱਲਾ ਯਾਰ ਖਾਂ ਜੋਗੀ ਕਹਿ ਰਿਹਾ, ਰੁਖਸਤ ਹਮੇ ਅਬ ਕੀਜੀਏ ਹਮ ਜਾਨੇ ਫਿਦਾ ਕਰੇ, ਦੁਨੀਆ ਸੇ ਜ਼ਬਰ ਜ਼ੋਲ ਕਾ ਹਮ ਖਾਤਮਾ ਕਰੇ। ਦਾਦੀ ਜੀ ਸਾਨੂੰ ਛੇਤੀ ਤੋਰੋ, ਅਸੀਂ ਸ਼ਹੀਦ ਹੋਣਾ। ਸਾਹਿਬਜ਼ਾਦੇ ਦਾਦੀ ਦੀ ਗੋਦ ਦੇ ਵਿੱਚੋਂ ਉੱਠ ਕੇ ਫਿਰ ਸੂਬਾ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਗਏ। ਉੱਥੇ ਫਿਰ ਆਖਰੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਵਜ਼ੀਰ ਖਾਨ ਹੁਣ ਖੁਦ ਪੁੱਛ ਰਿਹਾ, ਪਹਿਲੇ ਦਿਨ ਕਾਜ਼ੀ ਨੇ ਸਵਾਲ ਕੀਤੇ ਨੇ, ਫਿਰ ਸੁੱਚਾਨੰਦ ਨੇ ਸਵਾਲ ਕੀਤੇ ਨੇ, ਹੁਣ ਵਜ਼ੀਰ ਖਾਨ ਨੇ ਸੋਚਿਆ ਕਿਉਂ ਨਾ ਇੱਕ ਕੋਸ਼ਿਸ਼ ਮੈਂ ਕਰਾਂ। ਕਹਿੰਦਾ ਹੈ, ਬੱਚਿਓ ਜੇਕਰ ਤੁਹਾਨੂੰ ਅੱਜ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ? ਬੱਚਿਆਂ ਦਾ ਜਵਾਬ ਕੀ ਆ, ਵਜ਼ੀਰ ਖਾਨ ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ, ਆਪਣੇ ਵਿਖੜੇ ਹੋਏ ਸਿੰਘਾਂ ਨੂੰ ਇਕੱਠੇ ਕਰਾਂਗੇ, ਅਸੀਂ ਹਥਿਆਰ ਇਕੱਠੇ ਕਰਾਂਗੇ ਤੇ ਫਿਰ ਜ਼ੁਲਮਨੇ ਦੇ ਟਾਕਰੇ ਤੇ ਆ ਕੇ ਮੈਦਾਨੇ ਜੰਗ ਦੇ ਵਿੱਚ ਤੇਰੇ ਨਾਲ ਜੂਝ ਕੇ ਦੱਸਾਂਗੇ। ਵਜ਼ੀਰ ਖਾਨ ਨੇ ਕਿਹਾ, ਨਹੀਂ, ਹੁਣ ਖਤਮ ਕਰਨਾ ਹੀ ਪਵੇਗਾ। ਉਸ ਕਚਹਿਰੀ ਦੇ ਵਿੱਚ ਬੈਠਾ ਸੀ ਸ਼ੇਰ ਮੁਹੰਮਦ ਖਾਨ। ਉੱਥੇ ਵਜ਼ੀਰ ਖਾਨ ਨੇ ਆਪਣੇ ਕਾਜ਼ੀ ਨੂੰ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਖਤਮ ਕਰਨ ਦਾ ਫਤਵਾ ਦਿਓ। ਕਾਜ਼ੀ ਕਹਿੰਦਾ ਹੈ ਕਿ ਹਦੀਸ ਦੇ ਮੁਤਾਬਕ ਸ਼ੀਰਖੋਰ ਬੱਚਿਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਹਨੇ ਕਿਹਾ ਕੁਝ ਵੀ ਹੋ ਜਾਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਗੀ ਦੇ ਪੁੱਤਰ ਨੇ, ਇਹਨਾਂ ਨੂੰ ਖਤਮ ਕਰਨ ਦਾ ਫਤਵਾ ਜਾਰੀ ਕੀਤਾ ਜਾਵੇ। ਤੇ ਕਾਜ਼ੀ ਦੇ ਕਹਿਣ ਦੇ ਉੱਪਰ ਵਜ਼ੀਰ ਖਾਨ ਸ਼ੇਰ ਮੁਹੰਮਦ ਖਾਨ ਨੂੰ ਕਹਿੰਦਾ ਹੈ, ਸ਼ੇਰ ਮੁਹੰਮਦ ਖਾਨ ਤੇਰਾ ਭਰਾ ਨਾਹਰ ਖਾਨ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਚਮਕੌਰ ਦੀ ਗੜੀ ਦੇ ਵਿੱਚ ਮਾਰਿਆ ਗਿਆ ਸੀ। ਅੱਜ ਗੁਰੂ ਗੋਬਿੰਦ ਸਿੰਘ ਦੇ ਬੱਚੇ ਸਾਡੀ ਕੈਦ ਦੇ ਵਿੱਚ ਨੇ, ਜੇਕਰ ਤੂੰ ਇਹਨਾਂ ਬੱਚਿਆਂ ਨੂੰ ਖਤਮ ਕਰ ਦੇਵੇਂ ਤੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਹੁਣ ਖਿਆਲ ਕਰਿਓ, ਆਜ਼ਾਦ ਤੇ ਗੁਲਾਮ ਵਿਚਾਰਧਾਰਾ ਦਾ ਫਰਕ ਕੀ ਹੁੰਦਾ ਹੈ? ਸੁੱਚਾਨੰਦ ਹਿੰਦੂ ਗੁਲਾਮ ਹੈ, ਉਹ ਕਹਿ ਰਿਹਾ ਕਿ ਬੱਚਿਆਂ ਨੂੰ ਖਤਮ ਕਰਨਾ ਚਾਹੀਦਾ। ਇਹਨੂੰ ਕਹਿਓ ਨਵਾਬ, ਇਹ ਸਰਪ ਬਸੂਰੇ ਛੋਟੇ ਬੜੇ ਡਸੇਂਗੇ ਜਜੂਰੇ, ਪਰ ਦੂਜੇ ਬੰਨੇ ਪਠਾਨ ਦਾ ਪੁੱਤਰ ਹੈ ਸ਼ੇਰ ਮੁਹੰਮਦ ਖਾਨ, ਉਹ ਕਹਿ ਰਿਹਾ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਵਾਪਸੇ, ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਪਾਪ ਸੇ। ਗੁਰੂ ਗੋਬਿੰਦ ਸਿੰਘ ਨੇ ਮੇਰੇ ਭਰਾ ਨੂੰ ਮਾਰਿਆ, ਮੈਂ ਮੇਰੀ ਰਗਾਂ ਚ ਪਠਾਣੀ ਖੂਨ ਹੈ, ਜੇਕਰ ਮੈਂ ਬਦਲਾ ਲੈਣਾ ਹੋਇਆ ਤੇ ਮੈਦਾਨੇ ਜੰਗ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਲਊਂਗਾ, ਉਹਦੇ ਸ਼ੀਰਖੋਰ ਬੱਚਿਆਂ ਨੂੰ ਇਸ ਤਰ੍ਹਾਂ ਮੈਂ ਕਤਲ ਨਹੀਂ ਕਰੂੰਗਾ। ਇਹ ਕਹਿ ਕੇ ਸ਼ੇਰ ਖਾਨ ਇਸ ਕਚਹਿਰੀ ਦੇ ਵਿੱਚੋਂ ਉੱਠ ਗਿਆ। ਸਾਹਿਬਜ਼ਾਦੇ ਉਹਨਾਂ ਨੂੰ ਫਤਵਾ ਜਾਰੀ ਕਰ ਦਿੱਤਾ ਗਿਆ ਕਾਜ਼ੀ ਦੇ ਵੱਲੋਂ ਕਿ ਇਹਨਾਂ ਨੂੰ ਦੀਵਾਰਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। ਬੱਚਿਆਂ ਨੂੰ ਦੀਵਾਰਾਂ ਦੇ ਵਿੱਚ ਚਿਣਨਾ ਸ਼ੁਰੂ ਕਰ ਦਿੱਤਾ ਗਿਆ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਦੀਵਾਰ ਕੇ ਦਬਾਓ ਸੇ ਜਬ ਹਬਸੇ ਦਮ ਹੁਆ, ਜਿਉਂ ਜਿਉਂ ਕੰਧਾਂ ਉੱਪਰ ਨੂੰ ਆ ਰਹੀਆਂ ਨੇ, ਇੱਟਾਂ ਉੱਪਰ ਨੂੰ ਆ ਰਹੀਆਂ ਨੇ,
ਇੱਕ ਇਤਿਹਾਸਕਾਰ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜਦੋਂ ਗੋਡਿਆਂ ਤੱਕ ਇੱਟਾਂ ਆਈਆਂ ਤਾਂ ਉਸ ਵੇਲੇ ਇੱਟ ਨੂੰ ਕੱਟਣ ਲੱਗਾ ਰਾਜ ਤੇਸੀ ਦੇ ਨਾਲ, ਤੇ ਸ਼ਾਹੀ ਕਾਜ਼ੀ ਕਹਿ ਰਿਹਾ ਕਹਿੰਦਾ ਸਰਕਾਰੀ ਇੱਟ ਦਾ ਨੁਕਸਾਨ ਕਿਉਂ ਕਰਦਾ, ਇਹਨਾਂ ਦੇ ਗੋਡੇ ਵੱਢ ਦੇ। ਗੋਡਿਆਂ ਦੇ ਉੱਪਰ ਤੇਸੀ ਚਲਾਈ ਗਈ, ਇਤਿਹਾਸਕਾਰ ਕੁਛ ਲਿਖਦੇ ਨੇ। ਉਸ ਤੋਂ ਬਾਅਦ ਇੱਟਾਂ ਫਿਰ ਚਿਣਦਿਆਂ ਚਿਣਦਿਆਂ ਛਾਤੀ ਤੱਕ ਆਈਆਂ ਨੇ। ਦੀਵਾਰ ਕੇ ਦਬਾਓ ਸੇ ਜਬ ਹਬਸੇ ਦਮ ਹੁਆ, ਕਹਿੰਦਾ ਹਬਸੇ ਦਮ ਸਾਹ ਰੁਕਣ ਲੱਗਾ, ਸਾਂਸ ਜਬ ਰੁਕਣੇ ਲੱਗੀ ਔਰ ਦਮ ਵੀ ਕੰਮ ਹੁਆ, ਫਿਰ ਸਾਹ ਹੌਲੀ ਹੌਲੀ ਆਉਣਾ ਸ਼ੁਰੂ ਹੋਇਆ ਕਿਉਂਕਿ ਛਾਤੀ ਤੇ ਇੱਟਾਂ ਦਾ ਭਾਰ ਹੋ ਗਿਆ। ਹੁਣ ਕਹਿੰਦਾ ਦੋਵੇਂ ਸਾਹਿਬਜ਼ਾਦੇ ਅਲਾ ਯਾਰਖਾਂ ਜੋਗੀ, ਕਹਿੰਦਾ ਦੋਵੇਂ ਸਾਹਿਬਜ਼ਾਦੇ ਇੱਕ ਦੂਜੇ ਵੱਲ ਤੱਕਦੇ ਨੇ ਤੇ ਕਹਿੰਦੇ ਕੀ ਨੇ, ਕਹਿੰਦਾ ਇੰਜ ਲੱਗਦਾ ਜਿਵੇਂ ਉਹ ਛੋਟੇ ਛੋਟੇ ਸਾਹਿਬਜ਼ਾਦੇ ਇੱਕ ਦੂਜੇ ਨੂੰ ਕਹਿ ਰਹੇ ਹੋਣ ਕਿ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ, ਆਪਣੇ ਸਰੋਂ ਪੇ ਸਿੱਖੀ ਕੀ ਨੀਂਵ ਲਿਖਾ ਚਲੇ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਕੇ, ਦੁਨੀਆਂ ਮੇਂ ਗੁਰਿਆਈ ਕਾ ਕਿੱਸਾ ਚਲਾ ਚਲੇ। ਕਿ ਅਸੀਂ ਦੋਵੇਂ ਤਾਂ ਇਸ ਜਹਾਨ ਤੋਂ ਜਾ ਰਹੇ ਹਾਂ ਪਰ ਅਸੀਂ ਸਿੱਖ ਕੌਮ ਦੀ ਨੀਂਹ ਦੇ ਵਿੱਚ ਆਪਣੇ ਸਿਰ ਦੇ ਕੇ ਜਾ ਰਹੇ ਹਾਂ। ਅਲਾ ਯਾਰਖਾਂ ਜੋਗੀ ਲਿਖਦਾ ਹੈ ਠੋਡੀ ਤੱਕ ਈਂਟ ਚਿਨ ਗਈ, ਇੱਟ ਠੋਡੀ ਤੱਕ ਆ ਗਈ, ਫਿਰ ਮੂੰਹ ਪੇ ਛਾ ਗਈ, ਮੂੰਹ ਤੱਕ ਫਿਰ ਇੱਟਾਂ ਆ ਗਈਆਂ, ਬੀਨੀ ਕੋ ਡਾਂਬਤੀ ਹੋਈ ਨੱਕ ਤੱਕ ਛਾ ਗਈ, ਚਿਹਰੇ ਪੇ ਛਾ ਗਈ ਅੱਖਾਂ ਵੀ ਲੁੱਕ ਗਈਆਂ, ਬੀਨੀ ਪੇ ਡਾਂਬਤੀ ਹੋਈ ਚਿਹਰੇ ਪੇ ਛਾ ਗਈ, ਗੋਬਿੰਦ ਕੇ ਲਖਤੇ ਜ਼ਿਗਰ ਦੋਨੋਂ ਛੁਪਾ ਗਈ, ਇਸ ਚਾਂਦ ਕੀ ਛਬੀ ਕੋ ਗ੍ਰਹਿਣ ਲਗਾ ਗਈ। ਕਹਿੰਦਾ ਇੰਜ ਲੱਗ ਰਿਹਾ ਸੀ ਇੱਟਾਂ ਚਿਣੀਆਂ ਜਾ ਰਹੀਆਂ ਨੇ ਜਿਵੇਂ ਚੰਦਰਮਾ ਨੂੰ ਗ੍ਰਹਿਣ ਲੱਗਦਾ ਜਾ ਰਿਹਾ ਹੋਵੇ, ਉਹ ਸੂਰਤਾਂ ਇਸ ਤਰ੍ਹਾਂ ਇੱਟਾਂ ਦੇ ਵਿੱਚ ਲੁਕਦੀਆਂ ਜਾ ਰਹੀਆਂ ਸੀ ਜਿਵੇਂ ਚੰਦਰਮਾ ਬੱਦਲਾਂ ਦੇ ਵਿੱਚ ਹੌਲੀ 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 ਲੁਕਦਾ ਜਾ ਰਿਹਾ ਹੋਵੇ। ਅਖੀਰ ਇਤਿਹਾਸਕਾਰ ਦੱਸਦੇ ਨੇ ਕੰਧ ਡਿੱਗ ਪਈ, ਬੱਚੇ ਬੇਹੋਸ਼ੀ ਦੀ ਹਾਲਤ ਵਿੱਚ ਕੰਧ ਤੋਂ ਬਾਹਰ ਕੱਢੇ ਗਏ, ਉਹਨਾਂ ਦੇ ਉੱਪਰ ਪਾਣੀ ਦੇ ਛਿੱਟੇ ਮਾਰ ਕੇ ਫਿਰ ਹੋਸ਼ 'ਚ ਲਿਆਂਦਾ ਗਿਆ ਅਤੇ ਇੱਕ ਵਾਰੀ ਫਿਰ ਕਿਹਾ ਗਿਆ ਦੀਨੇ ਇਸਲਾਮ ਕਬੂਲ ਕਰ ਲਵੋ। ਉਹਨਾਂ ਕਿਹਾ ਨਹੀਂ ਦੀਨੇ ਇਸਲਾਮ ਕਬੂਲ ਨਹੀਂ ਕਰਾਂਗੇ, ਕੁਝ ਵੀ ਹੋ ਜਾਵੇ ਸਾਨੂੰ ਮੌਤ ਪ੍ਰਵਾਨ ਹੈ, ਦੀਨੇ ਇਸਲਾਮ ਕਬੂਲ ਨਹੀਂ ਕਰਾਂਗੇ। ਇਸ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਜਲਾਲੂਦੀਨ ਸੱਯਦ ਜਿਹੜਾ ਸੀ ਜਿਸਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ, ਉਸ ਦੇ ਭਰਾ ਦੇ ਪੁੱਤਰ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੋਵੇਂ ਜਲਾਦ ਤਰੀਕ ਭੁਗਤਣ ਵਾਸਤੇ ਆਏ ਸੀ, ਕਤਲ ਦਾ ਮੁਕੱਦਮਾ ਸੀ। ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ ਜੇ ਗੁਰੂ ਗੋਬਿੰਦ ਸਿੰਘ ਬਾਗੀ ਦੇ ਇਹਨਾਂ ਬੱਚਿਆਂ ਨੂੰ ਜ਼ਿਬਾ ਕਰ ਦੇਵੋ। ਇਸਲਾਮ ਦੇ ਵਿੱਚ ਕਤਲ ਕਰਨ ਦੇ ਤਿੰਨ ਤਰੀਕੇ ਨੇ, ਜ਼ਿਬਾ ਕਰਨਾ, ਹਲਾਲ ਕਰਨਾ ਔਰ ਜ਼ਰਹਰਾ ਕਰਨਾ। ਜ਼ਿਬਾ ਛਾਤੀ ਤੋਂ ਚੀਰ ਕੇ ਕੀਤਾ ਜਾਂਦਾ ਹੈ, ਹਲਾਲ ਗਲ ਤੋਂ ਕੱਟ ਕੇ ਕੀਤਾ ਜਾਂਦਾ ਹੈ, ਜ਼ਰਹਰਾ ਦਿਲ ਦੇ ਵਿੱਚ ਬਰਸ਼ਾ ਮਾਰਿਆ ਜਾਂਦਾ ਹੈ। ਬੱਚਿਆਂ ਨੂੰ ਜ਼ਿਬਾ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਗਿਆ। ਭੋਏ ਡਾਰ ਜ਼ਿਬਾ ਕਰ ਡਾਰੇ, ਭਾਈ ਰਤਨ ਸਿੰਘ ਪੰਗੂ ਆਪਣੇ ਪੰਥ ਪ੍ਰਕਾਸ਼ 'ਚ ਲਿਖਦੇ ਨੇ ਕਿ ਦੋਵੇਂ ਸਾਹਿਬਜ਼ਾਦੇ ਜ਼ਮੀਨ 'ਤੇ ਲਟਾ ਲਏ ਗਏ ਬੇਹੋਸ਼ੀ ਦੀ ਹਾਲਤ ਦੇ ਵਿੱਚ, ਅਤੇ ਦੋਹਾਂ ਜਲਾਦਾਂ ਨੇ ਇੱਕ ਇੱਕ ਦੀ ਛਾਤੀ ਦੇ ਉੱਪਰ ਗੋਡਾ ਰੱਖਿਆ ਅਤੇ ਖੰਜਰ ਉਹਨਾਂ ਦੀ ਛਾਤੀ 'ਚ ਮਾਰ ਕੇ ਦੋ ਹਿੱਸਿਆਂ 'ਚ ਚੀਰ ਦਿੱਤੇ ਗਏ। ਇਉਂ ਸ਼ੀਰ ਖੋਰ ਬੱਚੇ ਕਤਲਾਏ, ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦ ਕਰ ਦਿੱਤੇ ਗਏ। ਉਸ ਤੋਂ ਬਾਅਦ ਮਾਤਾ ਗੁਜ਼ਰ ਕੌਰ ਜੀ ਤੱਕ ਇਹ ਖਬਰ ਆ ਕੇ ਪਹੁੰਚਾ ਦਿੱਤੀ ਗਈ। ਭਾਵੇਂ ਕਿ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਮਾਤਾ ਗੁਜ਼ਰ ਕੌਰ ਜੀ ਨੇ ਹੀਰਾ ਚੱਟ ਲਿਆ, ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ, ਪਰ ਗੁਰੂ ਸਵਾਰਿਓ ਜਿਸ ਬਹਾਦਰ ਔਰਤ ਨੇ ਆਪਣੇ ਜੀਂਦੇ ਜੀ ਆਪਣੇ ਪਤੀ ਨੂੰ ਤੋਰਿਆ ਹੋਵੇ, ਉਸ ਤੋਂ ਬਾਅਦ ਆਪਣੇ ਪੁੱਤਰ ਨੂੰ ਮੈਦਾਨੇ ਜੰਗ 'ਚ ਤੋਰਿਆ ਹੋਵੇ, ਉਹਨਾਂ ਨੇ ਆਤਮ ਹੱਤਿਆ ਨਹੀਂ ਸੀ ਕੀਤੀ, ਉਹਨਾਂ ਨੂੰ ਸਿਪਾਹੀਆਂ ਨੇ ਬੁਰਜ ਤੋਂ ਸੁੱਟ ਕੇ ਸ਼ਹੀਦ ਕਰ ਦਿੱਤਾ। ਇੱਕ ਕਵੀ ਕਹਿੰਦਾ ਜਦੋਂ ਮਾਤਾ ਗੁਜ਼ਰ ਕੌਰ ਦੇ ਕੋਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਪਹੁੰਚੀ ਆ ਤਾਂ ਕਹਿੰਦਾ ਇੰਝ ਲੱਗਦਾ ਕਿ ਮਾਤਾ ਗੁਜ਼ਰ ਕੌਰ ਦੀ ਮਾਨਸਿਕਤਾ ਦੇ ਵਿੱਚੋਂ ਕੁਝ ਆਵਾਜ਼ਾਂ ਉੱਠ ਰਹੀਆਂ ਹੋਣ ਤੇ ਮਾਤਾ ਗੁਜ਼ਰ ਕੌਰ ਕਹਿ ਰਹੀ ਹੋਵੇ ਮੇਰਾ ਨਾਂ ਗੁਜ਼ਰੀ ਮੇਰੀ ਅੱਲ ਗੁਜ਼ਰੀ। ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜ਼ਰੀ ਪਲ ਪਲ ਗੁਜ਼ਰੀ, ਪਹਿਲਾਂ ਪਤੀ ਦਿੱਤਾ ਫਿਰ ਪੋਤੇ ਦਿੱਤੇ, ਮੌਤ ਆਈ ਹੁਣ ਕਹਿੰਦੀ ਮੈਨੂੰ ਚੱਲ ਗੁਜ਼ਰੀ, ਗੁਜ਼ਰੀ ਲੋਕ ਮੈਨੂੰ ਤਾਂ ਹੀ ਆਖਦੇ ਨੇ ਜਿਹੜੀ ਆਈ ਉਹ ਸਿਰ ਤੇ ਚੱਲ ਗੁਜ਼ਰੀ। ਮਾਤਾ ਗੁਜ਼ਰ ਕੌਰ ਵੀ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਮੇਂ ਤੋਂ ਦੀਨਾ ਕਾਂਗੜ ਦੇ ਅਸਥਾਨ ਤੋਂ ਹੁੰਦੇ ਹੋਏ ਖਦਰਾਣੇ ਦੀ ਢਾਬ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਅਤੇ ਇੱਥੋਂ ਦੀ ਇਤਮਾਦਪੁਰ ਜੈਨਪੁਰ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗ ਚੁੱਕਾ ਸੀ ਜ਼ਫਰਨਾਮਾ ਲਿਖਣ ਤੱਕ, ਕਿਉਂਕਿ ਜ਼ਫਰਨਾਮੇ ਦੇ ਵਿੱਚ ਹੀ ਉਹ ਜ਼ਿਕਰ ਕਰਦੇ ਨੇ ਚੀਹਾਂ ਕੁਛ ਛੁੱਧ ਕੇ ਬੱਚਗਾ ਕੁਸ਼ਤਾਂ ਚਾਰ ਕੇ ਬਾਕੀ ਬਿਮਾਂ ਦਸਤ ਪੇਚੀ ਦਾ ਮਾਰ। ਔਰੰਗਜ਼ੇਬ ਕੀ ਹੋਇਆ ਜੇ ਤੂੰ ਮੇਰੇ ਚਾਰ ਛੋਟੇ ਛੋਟੇ ਪੁੱਤਰ ਕੋਹ ਕੇ ਸ਼ਹੀਦ ਕਰ ਦਿੱਤੇ, ਪਰ ਤੇਰੇ ਤੋਂ ਬਦਲਾ ਲੈਣ ਦੇ ਵਾਸਤੇ ਕੁੰਡਲੀ ਵਾਲਾ ਸੱਪ ਖਾਲਸਾ ਅਜੇ ਜਿਉਂਦਾ।
ਗੁਰਦੇਵ ਪਾਤਸ਼ਾਹ ਉਸ ਵੇਲੇ ਪੰਚਵਟੀ ਦੇ ਸਥਾਨ ਤੇ ਪਹੁੰਚੇ। ਪੰਚਵਟੀ ਦੇ ਸਥਾਨ ਤੇ ਮਾਧੋਦਾਸ ਜੋਗੀ, ਕਈ ਵੀਰ ਬੈਰਾਗੀ ਵੀ ਕਹਿੰਦੇ ਨੇ, ਲਛਮਣ ਦਾਸ ਜਦੋਂ ਜਾਨਕੀ ਪ੍ਰਸਾਦ ਦਾ ਚੇਲਾ ਬਣਿਆ ਤਾਂ ਇਹ ਬੈਰਾਗੀ ਬਣਿਆ, ਤੇ ਜਦੋਂ ਇਹ ਔਗਣ ਨਾਥ ਦਾ ਚੇਲਾ ਬਣਿਆ ਇਸਨੇ ਬੈਰਾਗ ਮਤ ਨੂੰ ਛੱਡ ਦਿੱਤਾ, ਇਹ ਜੋਗੀ ਬਣ ਗਿਆ ਸੀ। ਜਦੋਂ ਗੁਰੂ ਪਾਤਸ਼ਾਹ ਨੂੰ ਸਿੱਖ ਧਰਮ 'ਚ ਲੈ ਕੇ, ਇਹ ਬੈਰਾਗੀ ਨਹੀਂ ਸੀ, ਇਹ ਜੋਗੀ ਸੀ, ਇਹ ਬੈਰਾਗ ਨੂੰ ਛੱਡ ਚੁੱਕਾ ਸੀ, ਇਹ ਜੋਗੀ ਬਣ ਚੁੱਕਾ ਸੀ। ਗੁਰਦੇਵ ਪਾਤਸ਼ਾਹ ਨੇ ਇਸ ਨੂੰ ਖੰਡੇ ਬਾਟੇ ਦੀ ਪਹੁਲ ਦੇ ਕੇ ਪੰਜਾਬ ਵੱਲ ਤੋਰਿਆ, ਤੇ ਨਾਲ ਹੀ ਇੱਕ ਹੁਕਮਨਾਮਾ ਦਿੱਤਾ ਇਸ ਨੂੰ, ਜਿਸ ਤੇ ਲਿਖਿਆ ਸੀ ਕਿ ਤੂੰ ਪੰਜਾਬ ਦੇ ਵਿੱਚ ਮਾਝੇ, ਦੁਆਬੇ ਤੇ ਮਾਲਵੇ ਦੇ ਸਿੰਘਾਂ ਨੂੰ ਇਹ ਸੁਨੇਹਾ ਦੇ ਦੇਈ ਕਿ ਲੇਵਨ ਤੇ ਬਦਲਾ ਤੁਰਕਣ ਤੇ ਮੂਹੇ ਪਠਾਇਓ, ਗੁਰੂ ਸਹਿ ਕਰ ਬੰਦਾ, ਮਾਰ ਤੁਕੇ ਕਰ ਖੁਆਰ ਵਜ਼ੀਦੇ, ਦੇਹੋਂ ਉਜਾੜ ਲਿਟੇ ਹੋ ਸਰੰਦਾ, ਕਿ ਮੈਂ ਗੁਰੂ ਸਾਹਿਬ ਦੇ ਬੱਚਿਆਂ ਦਾ ਬਦਲਾ ਲੈਣ ਦੇ ਵਾਸਤੇ ਤੇ ਪੰਜਾਬ ਦੇ ਵਿੱਚੋਂ ਜ਼ੁਲਮ ਦੇ ਰਾਜ ਨੂੰ ਖਤਮ ਕਰਨ ਵਾਸਤੇ ਹਲੇਮੀ ਰਾਜ ਦੀ ਸਥਾਪਨਾ ਦੇ ਵਾਸਤੇ ਮੈਨੂੰ ਕਲਗੀਧਰ ਪਾਤਸ਼ਾਹ ਨੇ ਉਸ ਸਥਾਨ ਤੋਂ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਸੋਚਦਾ ਆਉਂਦਾ ਹੈ, ਰਸਤੇ ਦੇ ਵਿੱਚ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, ਕਿਸ ਤਰ੍ਹਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਜਿਉਂ ਜਿਉਂ ਸੋਚਦਾ ਹੈ ਉਹਦੇ ਮਨ ਦੇ ਵਿੱਚ ਇੰਨਾ ਰੋਹ ਭਰਦਾ ਗਿਆ ਕਿ ਇੱਕ ਇਸਲਾਮੀ ਇਤਿਹਾਸਕਾਰ ਵੀ ਲਿਖਦਾ ਹੈ ਕਿ ਬੰਦਾ ਸਿੰਘ ਬਹਾਦਰ ਸੋਨੀਪਤ ਦੇ ਨੇੜੇ ਸੀ, ਪੰਜਾਬ ਦੀ ਧਰਤੀ ਕੰਬ ਰਹੀ ਸੀ। ਉਹ ਕਹਿੰਦਾ ਕਿਸ ਸ਼ੇਰ ਕੀ ਆਮਦ ਹੈ ਕਿ ਰਣ ਕਾਂਪ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਫਤਿਹ ਕੀਤਾ, ਸਡੌਰਾ ਫਤਿਹ ਕੀਤਾ, ਮੁਖਲਸਬੜ ਕਿਲ੍ਹਾ ਬਣਾਇਆ, ਉਸਨੂੰ ਲੋਹਗੜ੍ਹ ਦਾ ਨਾਮ ਦਿੱਤਾ, ਕਪੂਰੀ ਦੇ ਹਾਕਮ ਕਦਮੂਦੀਨ ਨੂੰ ਸੋਧਿਆ। ਗੁਰੂ ਸਵਾਰਿਓ, ਅੱਜ ਉਹ ਲੋਕ ਜਿਹੜੇ ਦਿੱਲੀ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਰਹੇ, ਇਹ ਸਾਰੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰਾਂ 'ਚ ਇਹਨਾਂ ਦੇ ਵਡੇਰੇ ਡਿੱਗ ਪਏ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ, ਕਪੂਰੀ ਦਾ ਹਾਕਮ ਕਦਮੂਦੀਨ ਨੇ ਹੁਕਮ ਕਰ ਛੱਡਿਆ ਕਦਮੂਦੀਨ ਨੇ ਕਿ ਜਿਹੜੀ ਵੀ ਬੱਚੀ ਤੁਸੀਂ ਹਿੰਦੂਆਂ ਦੀ ਵਿਆਹਣੀ ਹੈ ਪਹਿਲੀ ਰਾਤ ਤੋਂ ਮੇਰੇ ਕੋਲ ਰਹੇਗੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਦਮੂਦੀਨ ਨੂੰ ਸੋਧਿਆ। ਇਹਨਾਂ ਸਾਰੇ ਇਲਾਕੇ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਕੇ ਰੱਖ ਦਿੱਤੀ। ਇਸੇ ਕਰਕੇ ਅਲਾਈ ਆਖਾਂ ਜੋਗੀ ਨੇ ਲਿਖਿਆ, ਜੋਗੀ ਜੀ ਇਸਕੇ ਬਾਅਦ ਹੋਈ ਥੋੜੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਈਟੋ ਕਾ ਢੇਰ ਥੀ। ਵਸਦੇ ਹੋਏ ਸਰਹੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟਾਂ ਦਾ ਢੇਰ ਬਣਾ ਕੇ ਰੱਖ ਦਿੱਤਾ ਕਿ ਮੇਰੇ ਗੁਰੂ ਪਾਤਸ਼ਾਹ ਦੇ ਬੱਚਿਆਂ ਨੂੰ ਇੱਥੇ ਸ਼ਹੀਦ ਕੀਤਾ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ 8 ਸਾਲ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਦੇ ਉੱਪਰ ਆਪਣੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਛੱਡੇ ਨੇ, ਔਰ ਦੁਨੀਆਂ ਦੇ ਵਿੱਚ ਐਸਾ ਪਹਿਲਾ ਬਾਦਸ਼ਾਹ ਹੈ ਜਿਹੜਾ ਬਾਦਸ਼ਾਹ ਬਣਿਆ ਸਿਰ ਤੇ ਕਲਗੀ ਨਹੀਂ ਲਗਾਈ, ਜਿਹੜਾ ਬਾਦਸ਼ਾਹ ਬੈਠਾ ਤਖ਼ਤ ਤੇ ਨਹੀਂ ਬੈਠਾ, ਜਿਹੜਾ ਬਾਦਸ਼ਾਹ ਬਣਿਆ ਆਪਣੇ ਨਾਮ ਦਾ ਸਿੱਕਾ ਜਾਰੀ ਨਹੀਂ ਕੀਤਾ, ਉਸਨੇ ਸਿੱਕੇ ਤੇ ਲਿਖਿਆ ਸਿੱਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਾਹ ਬਸਤ, ਸਿੱਕਾ ਮੇਰਾ ਨਹੀਂ ਗੁਰੂ ਨਾਨਕ ਦੀ ਕਿਰਪਾ ਦਾ। ਜਿਹਨੇ ਆਪਣੀ ਮੋਹਰ ਦੇ ਉੱਪਰ ਆਪਣਾ ਨਾਂ ਨਹੀਂ ਲਿਖਿਆ ਉਸਨੇ ਮੋਹਰ ਤੇ ਲਿਖਿਆ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਬਾਬਾ ਬੰਦਾ ਸਿੰਘ ਬਹਾਦਰ ਨੇ 8 ਸਾਲ ਪੰਜਾਬ ਦੀ ਧਰਤੀ ਦੇ ਉੱਪਰ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਨੂੰ ਹਰਾ ਕੇ ਖਾਲਸੇ ਦਾ ਰਾਜ ਸਥਾਪਿਤ ਕੀਤਾ। ਅਖੀਰ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦਾ ਬਦਲਾ ਲੈ ਕੇ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ, ਬਾਬਾ ਬੰਦਾ ਸਿੰਘ ਬਹਾਦਰ 15 ਦਸੰਬਰ 1715 ਨੂੰ ਗੁਰਦਾਸ ਦੰਗਲ ਦੀ ਗੜੀ ਦੇ ਵਿੱਚੋਂ ਫੜੇ ਗਏ। ਇਹਨਾਂ ਫੜੇ ਹੋਏ ਸਿੰਘਾਂ ਨੂੰ 29 ਫਰਵਰੀ 1716 ਨੂੰ ਦਿੱਲੀ ਦੇ ਲਾਹੌਰੀ ਦਰਵਾਜ਼ੇ ਦੇ ਰਾਹੀਂ ਦਿੱਲੀ ਲਿਜਾਇਆ ਗਿਆ। ਹੁਣ ਖਿਆਲ ਕਰਿਓ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਨਾਲ ਦੇ ਸਾਥੀ ਗ੍ਰਿਫਤਾਰ ਕੀਤੇ ਜਾਂਦੇ ਨੇ, ਤੇ ਕਮਰੂਦੀਨ ਮੀਰ ਆਤਿਸ਼ ਤੇ ਖਾਨ ਬਹਾਦਰ ਜ਼ਕਰੀਆ ਖਾਨ ਅਬਦੁਲ ਦਲੇਰੇ ਜੰਗ ਅਬਦੁਲ ਸਮਦ ਖਾਨ ਦਾ ਪੁੱਤਰ, ਇਹ ਸਾਰੇ ਜਦੋਂ ਦਿੱਲੀ ਵੱਲ ਨੂੰ ਚੁਲਦੇ ਨੇ ਤੇ ਰਸਤੇ ਦੇ ਵਿੱਚ ਆ ਕੇ ਕਮਰੂਦੀਨ ਮੀਰ ਆਤਿਸ਼ ਜ਼ਕਰੀਆ ਖਾਨ ਨੂੰ ਕਹਿੰਦਾ, ਜ਼ਕਰੀਆ ਖਾਨ, ਅਸੀਂ ਫਰਕਸੀਅਰ ਦੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਨਾਲ ਦੇ ਕੈਦੀਆਂ ਨੂੰ ਲੈ ਕੇ ਜਾ ਰਹੇ ਹਾਂ, ਇਹ 300 ਜਾਣੇ ਨੇ, 300-400 ਜਾਣੇ, ਤੇ ਫਰਕਸੀਅਰ ਕੀ ਕਹੇਗਾ ਕਿ 8 ਮਹੀਨੇ ਗੜੀ ਨੂੰ ਘੇਰਾ ਪਿਆ ਰਿਹਾ, 300 ਜਾਣਿਆਂ ਨੇ ਤੁਹਾਡਾ ਇੰਨਾ ਵੱਡਾ ਮੁਕਾਬਲਾ ਕੀਤਾ। ਉਸ ਵੇਲੇ ਇੱਕ ਹੁਕਮ ਜਾਰੀ ਕੀਤਾ, ਨਾਨਕ ਪ੍ਰਸਤਾਂ ਵਾ ਕਤਲ ਰਸਾਨੰਦ, ਜਿੱਥੇ ਵੀ ਸਿੱਖ ਮਿਲਦਾ ਉਹਦਾ ਸਿਰ ਵੱਢ ਲਿਆ ਜਾਵੇ। ਲਾਹੌਰ ਤੋਂ ਤੁਰਿਆ ਹੋਇਆ ਇਹ ਕਾਫਲਾ ਜਦੋਂ ਦਿੱਲੀ ਤੱਕ ਪਹੁੰਚਿਆ ਤੇ ਇਹਨਾਂ ਨੇ ਕਈ 100 ਗੱਡੇ ਸਿੱਖਾਂ ਦੇ ਧੜਾਂ ਦੇ ਭਰੇ ਹੋਏ ਸੀ, 3000 ਸਿੱਖਾਂ ਦੇ ਸਿਰ ਨੇਜਿਆਂ ਤੇ ਟੰਗੇ ਹੋਏ ਸੀ। ਉਸ ਵੇਲੇ ਦਾ ਇਤਿਹਾਸਕਾਰ ਮੁਹੰਮਦ ਕਾਸਮ ਹਾਰਸੀ ਲਿਖਦਾ ਇਬਰਤਨਾਮੇ ਦਾ ਲਕਾਰੀ ਕਿ ਇਹ ਦਿੱਲੀ ਦੇ ਲੋਕਾਂ ਨੇ ਇਵੇਂ ਦਾ ਜਲੂਸ ਨਹੀਂ ਸੀ ਵੇਖਿਆ ਜਦੋਂ ਦਿੱਲੀ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਖੂਨ ਦੇ ਨਾਲ ਰੰਗੀਆਂ ਪਈਆਂ ਸੀ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਦੇ ਉੱਪਰ ਬਿਠਾਇਆ ਸੀ, ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਉਹਦਾ 4.5 ਸਾਲ ਦਾ ਬੇਟਾ ਅਜੇ ਸਿੰਘ ਬਿਠਾਇਆ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਬਾਕੀ ਜਰਨੈਲਾਂ ਨੂੰ ਕੈਦ ਕਰ ਦਿੱਤਾ ਗਿਆ ਸਲੀਮਗੜ੍ਹ ਦੇ ਕਿਲ੍ਹੇ ਦੇ ਵਿੱਚ, ਤੇ ਬਾਕੀ ਦੇ 744 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਤਰਪੋਲੀਆਂ ਦੀਆਂ ਜੇਲ੍ਹਾਂ ਦੇ ਵਿੱਚ ਕੈਦ ਕਰ ਦਿੱਤਾ ਗਿਆ। ਰੋਜ਼ 100 ਸਿੱਖ ਨੂੰ ਕਤਲ ਕੀਤਾ ਜਾਂਦਾ ਹੈ, ਔਰ ਖਿਆਲ ਕਰਿਓ
ਇੱਕ ਅੰਗਰੇਜ਼ੀ ਸਫੀਰ ਜਿਹੜਾ ਬੰਗਾਲ ਤੋਂ ਆਇਆ ਸੀ ਉਹ ਆਪਣੇ ਗਵਰਨਰ ਨੂੰ ਲਿਖੀ ਚਿੱਠੀ 'ਚ ਲਿਖਦਾ ਕਹਿੰਦਾ ਮੈਂ 5 ਦਿਨ ਰੋਜ਼ ਸਿੱਖਾਂ ਨੂੰ 100-100 ਨੂੰ ਕਤਲ ਹੁੰਦੇ ਵੇਖਿਆ ਕਹਿੰਦਾ ਉਹ ਆਪਸ 'ਚ ਲੜਦੇ ਨੇ ਲੜਦੇ ਕਿਸ ਗੱਲ ਤੋਂ ਨੇ ਕਹਿੰਦਾ ਕਹਿੰਦੇ ਨੇ ਜਲਾਦ ਨੂੰ ਕਹਿੰਦੇ ਨੇ ਪਹਿਲਾਂ ਮੈਨੂੰ ਕਤਲ ਕਰ ਦੂਜਾ ਕਹਿੰਦਾ ਪਹਿਲਾਂ ਮੈਨੂੰ ਕਤਲ ਕਰ ਜਦੋਂ ਫਰਕਸੀਅਰ ਤੱਕ ਇਹ ਗੱਲ ਕਮਰੂਦੀਨ ਮੀਰਾਤਸ਼ ਨੇ ਕਹੀ ਤੀਸਰੇ ਦਿਨ ਆਇਆ ਫਰਕਸੀਅਰ ਪੁੱਛਦਾ ਕਿੰਨੇ ਸਿੱਖ ਕਤਲ ਕੀਤੇ ਨੇ ਕਹਿੰਦਾ ਪਾਤਸ਼ਾਹ 300 ਸਿੱਖ ਕਤਲ ਕਰ ਦਿੱਤਾ ਕਹਿੰਦਾ ਉਹਨਾਂ ਦੇ ਵਿੱਚੋਂ ਕਿੰਨਿਆਂ ਨੇ ਦੀਨੇ ਇਸਲਾਮ ਕਬੂਲ ਕੀਤਾ ਕਹਿੰਦਾ ਪਾਤਸ਼ਾਹ ਕਿਸੇ ਇੱਕ ਨੇ ਵੀ ਦੀਨੇ ਇਸਲਾਮ ਕਬੂਲ ਨਹੀਂ ਕੀਤਾ ਕਹਿੰਦਾ ਇਹ ਕਿਵੇਂ ਹੋ ਸਕਦਾ 300 ਬੰਦੇ ਨੂੰ ਕਤਲ ਕੀਤਾ ਜਾਵੇ ਹਰ ਮਨੁੱਖ ਨੂੰ ਪੁੱਛਿਆ ਜਾਵੇ ਜਾਂ ਮੌਤ ਕਬੂਲ ਕਰ ਜਾਂ ਦੀਨੇ ਇਸਲਾਮ ਕਬੂਲ ਕਰ ਕੋਈ ਇੱਕ ਮਨੁੱਖ ਵੀ ਦੀਨੇ ਇਸਲਾਮ ਕਬੂਲ ਨਾ ਕਰੇ ਕਹਿੰਦਾ ਨਹੀਂ ਸ਼ਹਿਨਸ਼ਾਹ ਉਹਨਾਂ ਨੇ ਤਾਂ ਗੱਲ ਹੀ ਵੱਖਰੀ ਕਰ ਦਿੱਤੀ ਜਦੋਂ ਅਸੀਂ 15ਵੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਹੱਥ ਜੋੜ ਕੇ ਸਾਨੂੰ ਕਿਹਾ ਕਿ ਸਾਨੂੰ ਵਾਰ ਵਾਰ ਨਾ ਪੁੱਛੋ ਅਸੀਂ ਸਾਰੇ ਤੁਹਾਨੂੰ ਇੱਕੋ ਵਾਰੀ ਕਹਿ ਦਿੰਦੇ ਹਾਂ ਕਿ ਅਸੀਂ ਮੌਤ ਕਬੂਲ ਕਰਦੇ ਹਾਂ ਅਸੀਂ ਦੀਨੇ ਇਸਲਾਮ ਕਬੂਲ ਨਹੀਂ ਕਰਦੇ ਕਹਿੰਦਾ ਨਹੀਂ ਕਹਿੰਦਾ ਮੈਂ ਦੱਸਣਾ ਦੁਨੀਆਂ ਦੇ ਲੋਕਾਂ ਨੂੰ ਕਿ ਮੈਂ ਸਿੱਖਾਂ ਵਰਗੀ ਕੌਮ ਨੂੰ ਆਪਣੇ ਪੈਰਾਂ 'ਚ ਝੁਕਾਇਆ ਸੀ ਮੈਂ ਇਹਨਾਂ ਨੂੰ ਦੀਨੇ ਇਸਲਾਮ ਕਬੂਲ ਕਰਨਾ ਕਹਿੰਦਾ ਕਿੰਨੇ ਸਿੱਖ ਰਹਿ ਗਏ ਨੇ ਜੇਲ੍ਹ ਦੇ ਵਿੱਚ ਕਹਿੰਦੇ 300 ਖਤਮ ਕੀਤੇ ਜਾ ਰਹੇ ਨੇ 400 ਰਹਿ ਗਏ ਨੇ ਕਹਿੰਦਾ ਅੱਜ ਤੋਂ ਇਹਨਾਂ ਨੂੰ ਰੋਟੀ ਅਤੇ ਪਾਣੀ ਦੇਣਾ ਬੰਦ ਕਰ ਦਿਓ ਰੋਟੀ ਪਾਣੀ ਦੇਣਾ ਬੰਦ ਕੀਤਾ 7 ਦਿਨ ਸਿੱਖਾਂ ਨੂੰ ਪਾਣੀ ਨਹੀਂ ਦਿੱਤਾ ਗਿਆ ਰੋਟੀ ਨਹੀਂ ਦਿੱਤੀ ਗਈ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਭੁੱਖ ਵੀ ਇੱਕ ਤਸੀਹਾ ਹੁੰਦਾ 8ਵੇਂ ਦਿਨ ਨੂੰ ਫਰਕਸੀਅਰ ਕਮਰੂਦੀਨ ਮੀਰ ਆਤਸ਼ ਅਤੇ ਸਰਬਰਾ ਖਾਨ ਦੇ ਨਾਲ ਇੱਕ ਰੋਟੀਆਂ ਦਾ ਟੋਕਰਾ ਲੈ ਕੇ ਜੇਲ੍ਹ ਦੇ ਵਿੱਚ ਗਿਆ ਇੱਕ ਰੋਟੀ ਕੱਢ ਕੇ ਉਸਨੇ ਜੇਲ੍ਹ ਦੇ ਵਿੱਚ ਸਿੱਖ ਕੈਦੀ ਨੂੰ ਫੜਾਈ ਹੈ ਬਜ਼ੁਰਗ ਕੈਦੀ ਨੂੰ ਰੋਟੀ ਵੱਲ ਤੱਕਿਆ ਅਤੇ ਉਸ ਬਜ਼ੁਰਗ ਕੈਦੀ ਨੇ ਉਹ ਰੋਟੀ ਆਪਣੇ ਅੱਗੇ ਬੈਠੇ ਨੌਜਵਾਨ ਨੂੰ ਫੜਾ ਦਿੱਤੀ ਕਹਿੰਦਾ ਮੇਰੇ ਵੀਰ ਮੈਂ ਬਜ਼ੁਰਗ ਹਾਂ ਮੈਂ ਤਾਂ ਹੋ ਸਕਦਾ ਮਰ ਹੀ ਜਾਣਾ ਪਰ ਤੂੰ ਅਜੇ ਨੌਜਵਾਨ ਹੈ ਜੇ ਰੋਟੀ ਖਾ ਕੇ ਤੂੰ 2-4 ਦਿਨ ਹੋਰ ਬਚ ਗਿਆ ਹੋ ਸਕਦਾ ਜ਼ੁਲਮ ਦਾ ਮੁਕਾਬਲਾ ਕਰ ਸਕੇਗਾ ਉਸ ਨੌਜਵਾਨ ਵੀਰ ਨੇ ਰੋਟੀ ਵੱਲ ਤੱਕਿਆ ਉਹਦੇ ਤੋਂ ਅੱਗੇ ਇੱਕ ਛੋਟੀ ਉਮਰ ਦਾ ਬੱਚਾ ਬੈਠਾ ਸੀ ਉਹਨੇ ਰੋਟੀ ਉਸ ਬੱਚੇ ਨੂੰ ਫੜਾ ਦਿੱਤੀ ਕਹਿੰਦਾ ਮੇਰੇ ਵੀਰ ਮੈਂ ਤੇਰੇ ਤੋਂ ਥੋੜ੍ਹਾ ਵੱਡਾ ਮੈਂ ਅਜੇ 1 ਦਿਨ ਹੋਰ ਭੁੱਖ ਚੜ ਸਕਦਾ ਰੋਟੀ ਤੂੰ ਖਾ ਲੈ ਗੱਲ ਕੀ ਉਹ 400 ਹੱਥਾਂ ਦੇ ਵਿੱਚ ਘੁੰਮਦੀ ਹੋਈ ਰੋਟੀ ਫਿਰ ਉਸੇ ਬਜ਼ੁਰਗ ਦੇ ਹੱਥ 'ਤੇ ਆ ਗਈ ਅਤੇ ਬਜ਼ੁਰਗ ਨੇ ਉਹ ਰੋਟੀ ਸੁੱਟ ਕੇ ਮਾਰੀ ਫਰਕਸੀਅਰ ਦੇ ਪੈਰਾਂ 'ਚ ਕਹਿੰਦਾ ਫਰਕਸੀਅਰ ਤੂੰ ਕੀ ਸੋਚਿਆ ਸੀ ਜਿਹੜੀ ਸਿੱਖੀ ਸਿਰ ਲੈ ਕੇ ਗਈ ਆ ਤੇਰੀ ਭੁੱਖ ਜਾਂ ਤੇਰੀ ਰੋਟੀ ਦੇ ਅੱਗੇ ਝੁੱਕ ਜਾਵੇਗੀ ਆਹ ਪਈ ਹੈ ਤੇਰੀ ਰੋਟੀ ਆਹ ਪਈ ਹੈ ਤੇਰੀ ਰੋਟੀ ਇਤਿਹਾਸਕਾਰ ਕਮਰੂਦੀਨ ਮੀਰ ਆਤਸ਼ ਦੇ ਬਾਰੇ ਮੁਹੰਮਦ ਕਾਸਮ ਲਾਹੌਰੀ ਲਿਖਦਾ ਕਹਿੰਦਾ ਉਹਨੇ ਜ਼ਮੀਨ ਨੂੰ ਹੱਥ ਲਾ ਕੇ ਕੰਨਾਂ ਨੂੰ ਲਾਏ ਕਹਿੰਦਾ ਲਾਹੌਲ ਕੁਵਤਿਲਾ ਐਸੀ ਕੌਮ ਕਹਿੰਦਾ ਇਹਨਾਂ ਨੂੰ ਵੀ ਖਤਮ ਕਰ ਦਿੱਤਾ ਜਾਵੇ ਇਹਨਾਂ ਨੂੰ ਵੀ ਖਤਮ ਕਰਨ ਦਾ ਫਤਵਾ ਦੇ ਦਿੱਤਾ ਗਿਆ ਇੱਕ ਮਜੀਠੇ ਦੇ ਨੇੜੇ ਦੀ ਰਹਿਣ ਵਾਲੀ ਮਾਂ ਜਿਸ ਦਾ ਬੱਚਾ ਇਸ ਭੀੜ ਦੇ ਵਿੱਚ ਫੜਿਆ ਗਿਆ ਸੀ ਉਹ ਉਸ ਵੇਲੇ ਰਤਨ ਕੌਲ ਦੇ ਕੋਲ ਪਹੁੰਚੀ ਹੈ ਰਤਨ ਕੌਲ ਨੂੰ ਜਾ ਕੇ ਕਹਿੰਦੀ ਹੈ ਕਿ ਮੇਰਾ ਬੱਚਾ ਸਿੱਖ ਨਹੀਂ ਹੈ ਇਹਨੂੰ ਤਾਂ ਗਲਤੀ ਦੇ ਨਾਲ ਤੁਹਾਡੇ ਮੁਗਲ ਸਿਪਾਹੀ ਫੜ ਲਿਆਏ ਨੇ ਉਸ ਵੇਲੇ ਸਰਬਰਾ ਖਾਨ ਦੇ ਕਹਿਣ ਤੇ ਫਰਕਸੀਅਰ ਨੇ ਪਰਵਾਨਾ ਲਿਖ ਦਿੱਤਾ ਕਹਿੰਦਾ ਕਿ ਜੇਕਰ ਮਾਈ ਤੇਰਾ ਬੱਚਾ ਕਹਿ ਦੇਵੇ ਨਾ ਮੈਂ ਸਿੱਖ ਨਹੀਂ ਤੇ ਅਸੀਂ ਉਸਦੀ ਜਾਨ ਬਖਸ਼ੀ ਕਰ ਦਿੰਦੇ ਹਾਂ ਇਹ ਮਾਤਾ ਛੇਤੀ ਛੇਤੀ ਪਰਵਾਨਾ ਲੈ ਕੇ ਉਸ ਥਾਂ ਤੇ ਪਹੁੰਚੀ ਜਿੱਥੇ ਉਸ ਬੱਚਾ ਉੱਥੇ ਸ਼ਹੀਦ ਸਿੰਘਾਂ ਦੇ ਵਿੱਚ ਸੀ ਬਿਲਕੁਲ ਉਸ ਬੱਚੇ ਦੀ ਵਾਰੀ ਸੀ ਜਦੋਂ ਇਹ ਮਾਤਾ ਸਰਬਰਾ ਖਾਨ ਦੇ ਕੋਲ ਪਹੁੰਚੀ ਹੈ ਤੇ ਸਰਬਰਾ ਖਾਨ ਉਸਨੂੰ ਕਹਿੰਦਾ ਹੈ ਬੱਚੇ ਤੇਰੀ ਮਾਂ ਆਈ ਹੈ ਤੇ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਪਰਵਾਨਾ ਦੇ ਦਿੱਤਾ ਕਿ ਤੇਰੀ ਜਾਨ ਬਖਸ਼ੀ ਕੀਤੀ ਜਾਵੇ ਬਸ ਤੂੰ ਇੱਕ ਵਾਰੀ ਕਹਿ ਦੇ ਮੈਂ ਸਿੱਖ ਨਹੀਂ ਕਹਿੰਦਾ ਨਹੀਂ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਮੈਂ ਤੇ ਕਲਗੀਧਰ ਪਾਤਸ਼ਾਹ ਦਾ ਸਿੱਖ ਇਹ ਮੇਰੀ ਮਾਂ ਨਹੀਂ ਇਹ ਔਰਤ ਝੂਠ ਬੋਲ ਰਹੀ ਹੈ ਇਹ ਬੱਚੇ ਦਾ ਵਿਆਹ ਬੜਾ ਤਾਜ਼ਾ ਹੋਇਆ ਸੀ ਇਹ ਮਾਂ ਉਹਦੀ ਨੂੰਹ ਨੂੰ ਵੀ ਨਾਲ ਲੈ ਕੇ ਆਈ ਸੀ ਬੱਚੇ ਦੀ ਘਰਵਾਲੀ ਨੂੰ ਉਹਨੂੰ ਜਾ ਕੇ ਕਹਿੰਦੀ ਬੇਟਾ ਬੁਢਾਪੇ ਦੇ ਵਿੱਚ ਕਈ ਵਾਰੀ ਕਸ਼ਿਸ਼ ਨਹੀਂ ਹੁੰਦੀ ਤੂੰ ਆਪਣੇ ਮਹਿੰਦੀ ਵਾਲੇ ਹੱਥ ਉਹਨੂੰ ਵਿਖਾ ਸ਼ਾਇਦ ਉਹ ਪਤੀਜ ਕੇ ਕਿਤੇ ਕਹਿ ਦੇਵੇ ਮੈਂ ਸਿੱਖ ਨਹੀਂ ਜਦੋਂ ਉਸਦੀ ਪਤਨੀ ਉਹਦੇ ਅੱਗੇ ਗਈ ਹੈ ਤਾਂ ਕਹਿੰਦੀ ਵੇਖ ਮੈਂ ਸੱਜ ਵਿਆਹੀ ਹਾਂ ਮੇਰੀ ਮਹਿੰਦੀ ਵੱਲ ਵੇਖ ਮੇਰੇ ਚੂੜੇ ਵੱਲ ਵੇਖ ਤੂੰ ਇੱਕ ਵਾਰੀ ਕਹਿ ਦੇ ਮੈਂ ਸਿੱਖ ਨਹੀਂ ਤੇਰੀ ਜਾਨ ਬਖਸ਼ੀ ਹੋ ਜਾਵੇਗੀ ਤੇ ਉਹ ਗੁਰੂ ਦਾ ਲਾਲ ਕੀ ਕਹਿੰਦਾ ਜਿਵੇਂ ਤੈਨੂੰ ਸੱਜਣੀ ਹੈ ਪਿਆ ਪਿਆਰਾ ਜਿਵੇਂ ਤੈਨੂੰ ਮੈਂ ਪਿਆਰਾ ਨਾ ਜਿਵੇਂ ਤੈਨੂੰ ਸੱਜਣੀ ਹੈ ਪਿਆ ਪਿਆਰਾ ਕਿਤੇ ਵੱਧ ਮੈਨੂੰ ਪਿਆਰਾ ਹੈ ਆਪਣਾ ਪ੍ਰਾਣ ਅਧਾਰਾ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਤੇਰੇ ਤੋਂ ਕਿਤੇ ਵੱਧ ਪਿਆਰਾ ਆਪਣੇ ਜਲਾਦ ਨੂੰ ਕਹਿੰਦਾ ਜਲਾਦ ਜੀ ਮੈਨੂੰ ਛੇਤੀ ਖਤਮ ਕਰਕੇ ਮੈਨੂੰ ਆਪਣੇ ਭਰਾਵਾਂ ਦੇ ਕੋਲ ਪਹੁੰਚਾ ਦਵੋ ਇਸ ਬੱਚੇ ਨੂੰ ਸ਼ਹੀਦ ਕਰਕੇ ਪਹੁੰਚਾ ਦਿੱਤਾ ਗਿਆ ਇਹ ਸਾਰੇ ਸਿੰਘ 700 ਦੇ 700 ਸਿੰਘ ਸ਼ਹੀਦ ਹੋ ਗਏ ਕਿਸੇ ਇੱਕ ਨੇ ਦੀਨੇ ਇਸਲਾਮ ਕਬੂਲ ਨਾ ਕੀਤਾ ਗਿਆ ਅਖੀਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਸਲੀਮਗੜ੍ਹ ਦੇ ਕਿਲ੍ਹੇ ਦੇ ਵਿੱਚ ਲਗਾਤਾਰ 2.5 ਮਹੀਨੇ ਹੋਰ ਤਸੀਹੇ ਦਿੱਤੇ ਗਏ ਅਤੇ ਅਖੀਰ ਇੱਕ ਦਿਨ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਦੇ ਕੋਲ ਕਿਲ੍ਹੇ ਦੇ ਵਿੱਚ ਪਹੁੰਚਿਆ ਹੈ ਫਰੁਕਸੀਅਰ ਬੰਦਾ ਸਿੰਘ ਬਹਾਦਰ ਤੇਰੇ ਨਾਲ ਦੇ 700 ਸਿੰਘ ਖਤਮ ਕਰ ਦਿੱਤੇ ਗਏ ਨੇ ਤੂੰ ਹੁਣ ਹੀ ਦੀਨੇ ਇਸਲਾਮ ਕਬੂਲ ਕਰ ਲੈ ਕਹਿੰਦਾ ਨਹੀਂ ਰਾਜਨ
ਮੈਂ ਦੀਨੇ ਇਸਲਾਮ ਕਬੂਲ ਨਹੀਂ ਕਰਨਾ। ਜਿਹੜੀ ਸਿੱਖੀ ਗੁਰੂ ਨਾਨਕ ਦੇ ਕੋਲੋਂ ਸਿਰ ਦੇ ਕੇ ਲਈ ਹੈ ਉਹ ਸਿਰ ਝੁੱਕ ਕੇ ਤਰ੍ਹਾਂ ਸਕਦਾ, ਮੈਂ ਦੀਨੇ ਇਸਲਾਮ ਕਬੂਲ ਨਹੀਂ ਕਰਨਾ। 9 ਜੂਨ 1716 ਨੂੰ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ 25 ਹੋਰ ਜਰਨੈਲਾਂ ਨੂੰ ਲਿਆਂਦਾ ਗਿਆ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ। ਸਾਰੇ ਜਰਨੈਲਾਂ ਨੂੰ ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥ ਘੜੀਆਂ ਨੇ ਤੇ ਵਿਚਕਾਰ ਕੌਮ ਦਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਖੜਾ ਹੈ ਜਿਸ ਦੇ ਪੈਰਾਂ ਦੇ ਵਿੱਚ ਬੇੜੀਆਂ ਤੇ ਹੱਥਾਂ 'ਚ ਹੱਥ ਘੜੀਆਂ ਨੇ। ਉਸ ਵੇਲੇ ਫਰਕਸ਼ੀਅਰ ਬੜੇ ਰੋਹਬ ਦੇ ਨਾਲ ਪੁੱਛਦਾ, ਬੰਦਾ ਸਿੰਘ ਬਹਾਦਰ ਤੇਰਾ ਜਰਨੈਲ ਬਾਜ ਸਿੰਘ ਕਿੱਥੇ ਹੈ? ਮੈਂ ਸੁਣਿਆ ਤੂੰ ਬਾਜ ਸਿੰਘ ਨੂੰ ਸਰਹੰਦ ਦਾ ਗਵਰਨਰ ਬਣਾਇਆ ਸੀ, ਬੜਾ ਬਹਾਦਰ ਸੀ, ਉਹ ਬਾਜ ਸਿੰਘ ਕਿੱਥੇ ਹੈ? ਬਾਜ ਸਿੰਘ ਨੇ ਨੇਤਰ ਤਾਂ ਚੁੱਕੇ ਨੇ, ਕਹਿੰਦਾ ਫਰਕਸ਼ੀਅਰ ਗੁਰੂ ਦਾ ਸਿੱਖ ਮੈਂ ਹਾਂ, ਬਾਜ ਸਿੰਘ ਮੈਨੂੰ ਕਹਿੰਦੇ ਨੇ। ਕਹਿੰਦਾ ਬਾਜ ਸਿੰਘ ਹੁਣ ਤੇਰੀ ਫੁਰਤੀ ਕਿੱਥੇ ਗਈ, ਹੁਣ ਤੇਰੀ ਦਲੇਰੀ ਕਿੱਥੇ ਗਈ, ਹੁਣ ਤੇਰੀ ਬਹਾਦਰੀ ਕਿੱਥੇ ਗਈ? ਕਹਿੰਦਾ ਬਾਦਸ਼ਾਹ ਬਹੁਤ ਦਿਨਾਂ ਤੋਂ ਭੁੱਖਾ ਹੈ, ਪਰ ਕਹਿੰਦਾ ਕਦੀ ਬਾਜ ਦੀ ਦਲੇਰੀ ਫੁਰਤੀ ਖਤਮ ਨਹੀਂ ਹੁੰਦੀ ਹੈ। ਬਾਜ ਦੇ ਗੁਣ ਜੇ ਖਿਆਲ ਕਰਿਓ, ਗੁਰੂ ਪਾਤਸ਼ਾਹ ਇਸੇ ਕਰਕੇ ਬਾਜ ਰੱਖਦੇ ਰਹੇ ਨੇ, ਕੋਈ ਹੋਰ ਪੰਛੀ ਨਹੀਂ ਰੱਖਿਆ। ਬਾਜ ਦੇ ਕੁਛ ਗੁਣ ਨੇ। ਬਾਜ ਦਾ ਪਹਿਲਾ ਗੁਣ ਹੈ ਕਿ ਬਾਜ ਕਦੀ ਵੀ ਪਿੰਜਰੇ 'ਚ ਨਹੀਂ ਪੈਂਦਾ। ਗੁਜ਼ਰ ਔਕਾਤ ਕਰ ਲੇਤਾ ਹੈ ਵੇ ਕੋਹੋ ਬਿਆਬਾ ਮੇਂ ਸ਼ਾਹੀ ਕੇ ਲੀਏ ਜ਼ਿਲਤ ਹੈ ਕਾਰੇ ਆਸ਼ੀਆਂ ਬੰਦੀ। ਜੇ ਬਾਜ ਨੂੰ ਪਿੰਜਰੇ 'ਚ ਪਾਈਏ ਜਾਂ ਪਿੰਜਰੇ ਨੂੰ ਤੋੜ ਦਿੰਦਾ ਜਾਂ ਆਪ ਮਰ ਜਾਂਦਾ ਜੇ। ਬਾਜ ਦੀ ਦੂਸਰੀ ਖੂਬੀ ਹੈ, ਬਾਜ ਮੁਰਦਾਰ ਨਹੀਂ ਜੇ ਖਾਂਦਾ। ਪਰਵਾਜ਼ ਹੈ ਦੋਨੋਂ ਕੀ ਏਕ ਹੀ ਫਿਜ਼ਾ ਮੇਂ, ਕਰਗਸ ਕਾ ਜਹਾਂ ਔਰ ਹੈ ਸ਼ਾਹੀ ਕਾ ਜਹਾਂ ਔਰ। ਬਾਜ ਆਪਣਾ ਸ਼ਿਕਾਰ ਆਪ ਕਰਕੇ ਖਾਂਦਾ ਜੇ। ਬਾਜ ਕਦੀ ਨੀਵੀਂ ਜਗ੍ਹਾ 'ਤੇ ਨਹੀਂ ਜੇ ਬੈਠਦਾ। ਉਕਾਬੀ ਰੂਹ ਜਾਬੇਦਾਰ ਹੋਤੀ ਹੈ ਨੌਜਵਾਨੀ ਮੇਂ, ਨਜ਼ਰ ਉਨਕੋ ਆਤੀ ਹੈ ਆਪਣੀ ਮੰਜ਼ਿਲ ਆਸਮਾਨੋ ਪਰ, ਨਹੀਂ ਤੇਰਾ ਠਿਕਾਨਾ ਕਸਰੇ ਸੁਲਤਾਨੀ ਕੇ ਗੁੰਬਦ ਪਰ, ਤੂੰ ਸ਼ਾਹੀ ਹੈ ਬਸੇਰਾ ਕਰ ਪਹਾੜੋਂ ਕੀ ਚਟਾਨੋ ਪਰ। ਬਾਜ ਬਹੁਤ ਉੱਚੀ ਜਗ੍ਹਾ 'ਤੇ ਬੈਠਦਾ ਜੇ ਨੀਵੀਂ ਜਗ੍ਹਾ 'ਤੇ ਨਹੀਂ ਜੇ ਬੈਠਦਾ। ਬਾਜ ਦਾ ਅਗਲਾ ਗੁਣ ਹੈ, ਬਾਜ ਕਦੀ ਵੀ ਆਪਣੀ ਜ਼ਿੰਦਗੀ 'ਚ ਢਿੱਲਾਪਨ ਨਹੀਂ ਆਉਣ ਦਿੱਤਾ। ਹਮਾਮੋ ਕਬੂਤਰ ਕਾ ਭੁੱਖਾ ਨਹੀਂ ਮੈਂ, ਕਿ ਹੈ ਜ਼ਿੰਦਗੀ ਬਾਜ ਕੀ ਜਾਇਦਾਨਾ, ਪਲਟਣਾ ਝਪਟਣਾ ਝਪਟ ਕਰ ਲਪਟਣਾ, ਲਹੂ ਗਰਮ ਰੱਖਣੇ ਕਾ ਹੈ ਇੱਕ ਬਹਾਨਾ। ਬਾਜ ਹਮੇਸ਼ਾ ਆਪਣੇ ਖੂਨ ਨੂੰ ਗਰਮ ਰੱਖਦਾ ਜੇ। ਅਤੇ ਬਾਜ ਦੀ ਜਿਹੜੀ ਆਖਰੀ ਖੂਬੀ ਹੈ, ਬਾਜ ਹਮੇਸ਼ਾ ਹਵਾਵਾਂ ਦੇ ਉਲਟ ਆਪਣੇ ਆਪ ਨੂੰ ਉਡਾਉਂਦਾ ਜੇ। ਦੁਨੀਆ ਇਸ ਪਾਸੇ ਨੂੰ ਜਾ ਰਹੀ ਹੁੰਦੀ ਹੈ, ਬਾਜ ਦੀ ਉਡਾਰੀ ਉਲਟੀ ਹੁੰਦੀ ਹੈ। ਤੂੰ ਦੀਏ ਬਾਦੀ ਸੇ ਮਤ ਘਬਰਾਇਆ, ਔਕਾਬ ਜੇ ਤੋਂ ਚਲਤੀ ਹੈ ਤੁਝੇ ਊਚਾ ਉਠਾਨੇ ਕੇ ਲੀਏ। ਹੁਣ ਬਾਜ ਸਿੰਘ ਕਹਿੰਦਾ, ਫਰਕਸ਼ੀਅਰ ਮੇਰੇ 'ਚ ਬਾਜ ਦੇ ਗੁਣ ਨੇ, ਵੱਖਰੀ ਗੱਲ ਹੈ ਮੈਂ ਭੁੱਖਾ, ਮੇਰੇ ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥ ਘੋੜੀਆਂ ਨੇ। ਜੇਕਰ ਫਿਰ ਵੀ ਤੂੰ ਮੇਰੀ ਬਹਾਦਰੀ ਵੇਖਣੀ ਹੈ, ਜਾਂ ਇੱਕ ਪੈਰ ਦੀ ਬੇੜੀ ਖੋਲ ਦੇ, ਜਾਂ ਮੇਰੇ ਇੱਕ ਹੱਥ ਦੀ ਹੱਥ ਘੜੀ ਖੋਲ ਦੇ। ਫਰਕਸ਼ੀਅਰ ਨੇ ਸੋਚਿਆ ਕਿ 40,000 ਫੌਜ ਦਾ ਘੇਰਾ ਹੈ, ਇੰਨੇ ਦਿਨਾਂ ਦਾ ਭੁੱਖਾ ਪਿਆਸਾ ਸਿੱਖ ਜਿਹਦੇ ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥ ਘੜੀਆਂ ਨੇ, ਜੇ ਇੱਕ ਬੇੜੀ ਖੋਲ ਵੀ ਦਿੱਤੀ ਜਾਵੇ ਤਾਂ ਕੀ ਹੋ ਚੱਲਿਆ? ਉਸਨੇ ਆਪਣੇ ਇੱਕ ਜਰਨੈਲ ਨੂੰ ਹੁਕਮ ਦਿੱਤਾ। ਉਹ ਜਰਨੈਲ ਜਦੋਂ ਅਮੀਨ ਖਾਨ ਉਹਦੇ ਨੇੜੇ ਗਿਆ ਤਾਂ ਕਹਿੰਦੇ ਕਿ ਬਾਬਾ ਬਾਜ ਸਿੰਘ ਨੇ ਇੰਨੀ ਜ਼ੋਰ ਦੇ ਨਾਲ ਝਟਕਾ ਮਾਰਿਆ, ਉਹਦੀ ਤਲਵਾਰ ਨੂੰ ਬੇਮਿਆਨ ਕਰਕੇ ਉਹਦੇ 13 ਸਿਪਾਹੀਆਂ ਨੂੰ ਪਾਰ ਬੁਲਾ ਦਿੱਤਾ ਤੇ ਫਰਕਸ਼ੀਅਰ ਜਿਹੜਾ ਸੀ ਆਪਣੇ ਤਖ਼ਤ ਤੋਂ ਉੱਡ ਕੇ ਭੱਜ ਗਿਆ। ਉਸ ਵੇਲੇ ਬਾਬਾ ਬਾਜ ਸਿੰਘ ਨੂੰ ਫੜ ਕੇ ਸਿਪਾਹੀਆਂ ਨੇ ਉਹਦਾ ਸਿਰ ਜੁਦਾ ਕਰਕੇ ਧੜ ਤੋਂ ਨੇਜੇ ਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਗੱਡ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ 22-23 ਜਰਨੈਲ ਹੁਣ ਉਹਨਾਂ ਸਾਰਿਆਂ ਦੇ ਸਿਰ ਕਲਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਦੁਆਲੇ ਨੇਜਿਆਂ ਦੀ ਇੱਕ ਵਾੜ ਬਣਾ ਦਿੱਤੀ ਗਈ। ਫਰਕਸ਼ੀਅਰ ਕਹਿ ਰਿਹਾ, ਆਹ ਤੇਰੇ ਬਾਬਾ ਆਲੀ ਸਿੰਘ ਦਾ ਸਿਰ ਹੈ, ਆਹ ਮਾਲੀ ਸਿੰਘ ਦਾ ਸਿਰ ਹੈ, ਫਤਿਹ ਸਿੰਘ ਦਾ ਸਿਰ, ਰਣ ਸਿੰਘ ਦਾ ਸਿਰ, ਬਘੇਲ ਸਿੰਘ ਦਾ ਸਿਰ, ਦਿਆ ਸਿੰਘ ਦਾ, ਗੁਲਾਬ ਸਿੰਘ ਦਾ, ਸਾਰੇ ਉਹਦੇ 25 ਜਰਨੈਲਾਂ ਦੇ ਸਿਰ ਨੇਜਿਆਂ ਦੇ ਟੰਗ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਦੁਆਲੇ ਇੱਕ ਵਾੜ ਕਰ ਦਿੱਤੀ। ਖੂਨ ਵਗ ਵਗ ਕੇ ਨੇਜੇ ਲਾਲ ਨੇ, ਜ਼ਮੀਨ ਲਾਲ ਹੋ ਚੁੱਕੀ ਹੈ, ਉਹਨਾਂ 25 ਜਰਨੈਲਾਂ ਦੇ ਧੜ ਬਾਬਾ ਬੰਦਾ ਸਿੰਘ ਬਹਾਦਰ ਦੇ ਆਲੇ ਦੁਆਲੇ ਪਏ ਨੇ ਤੇ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਨੇਤਰ ਬੰਦ ਨੇ। ਫਰਕਸ਼ੀਅਰ ਕਹਿੰਦਾ, ਉਹ ਬੰਦਾ ਸਿਆ ਅੱਖਾਂ ਖੋਲ ਕੇ ਵੇਖ, ਹੁਣ ਆਪਣੇ ਜਰਨੈਲਾਂ ਦੀ ਮੌਤ ਨਹੀਂ ਵੇਖੀ ਜਾਂਦੀ, ਅੱਖਾਂ ਕਿਉਂ ਬੰਦ ਨੇ? ਕਹਿੰਦਾ ਫਰਕਸ਼ੀਅਰ, ਗੱਲ ਮੌਤ ਵੇਖਣ ਦੀ ਨਹੀਂ ਆ, ਅੱਖਾਂ ਤਾਂ ਮੈਂ ਇਸ ਕਰਕੇ ਬੰਦ ਕੀਤੀਆਂ ਸੀ ਕਿ ਮੈਂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰ ਰਿਹਾ ਸੀ, ਪਾਤਸ਼ਾਹ ਜਿਹੜੇ ਮੇਰੇ ਤੋਂ ਬਾਅਦ 'ਚ ਧਰਮ 'ਚ ਆਏ ਸੀ ਉਹ ਮੇਰੇ ਤੋਂ ਪਹਿਲਾਂ ਤੇਰੀ ਗੋਦ 'ਚ ਚਲੇ ਗਏ, ਮੈਨੂੰ ਦੇਰੀ ਕਿਉਂ ਕੀਤੀ ਜਾ ਰਹੀ ਹੈ? ਅੱਖਾਂ ਤਾਂ ਇਸ ਕਰਕੇ ਬੰਦ ਨੇ। ਕਹਿੰਦਾ ਫਰਕਸ਼ੀਅਰ, ਨਹੀਂ ਬੰਦਾ ਸਿੰਘ ਬਹਾਦਰ, ਮੈਂ ਤੈਨੂੰ ਇੰਨੀ ਛੇਤੀ ਖਤਮ ਨਹੀਂ ਕਰਨਾ, ਮੈਂ ਤਾਂ ਤੇਰੇ ਜੇ ਬਹੁਤ ਇਮਤਿਹਾਨ ਲੈਣੇ ਨੇ। ਮੈਂ ਤਾਂ ਦੁਨੀਆਂ ਦੇ ਲੋਕਾਂ ਨੂੰ ਇਹ ਦੱਸਣਾ ਹੈ ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਤੇ ਪੰਜਾਬ ਦੀ ਧਰਤੀ ਦੇ ਉੱਪਰ ਆਪਣੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਛੱਡਣ ਵਾਲੇ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਨੇ ਆਪਣੇ ਪੈਰਾਂ 'ਚ ਝੁਕਾਇਆ ਸੀ, ਤੈਨੂੰ ਮੈਂ ਇੰਨੀ ਛੇਤੀ ਖਤਮ ਨਹੀਂ ਕਰਨਾ। ਬੰਦਾ ਸਿੰਘ ਕਹਿੰਦਾ, ਠੀਕ ਹੈ ਫਿਰ ਤੂੰ ਆਪਣਾ ਜ਼ਬਰ ਵੇਖ ਲੈ ਤੇ ਮੈਂ ਆਪਣਾ ਸਬਰ ਵੇਖਦਾ। ਉਸੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੇ 4.25 ਸਾਲ ਦੇ ਬੇਟੇ ਅਜੇ ਸਿੰਘ ਨੂੰ ਦਰਬਾਰ ਖਾਨੇ 'ਚੋਂ ਕੱਢ ਕੇ ਲਿਆਂਦਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਲਿਟਾ ਦਿੱਤਾ
ਤੇ ਕਮਰੂਦੀਨ ਮੀਰ ਆਤਿਸ਼ ਫਰਕਸੀਅਰ ਦੇ ਕਹਿਣ ਤੇ ਕਹਿੰਦਾ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ, ਆਪ ਖਤਮ ਕਰ। ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਹੱਥ ਘੜੀ ਖੋਲ ਕੇ ਉਸ ਦੇ ਹੱਥ ਦੇ ਵਿੱਚ ਖੰਜਰ ਫੜਾ ਦਿੱਤਾ ਗਿਆ ਤੇ ਬੱਚੇ ਨੂੰ ਉਸਦੀ ਗੋਦ 'ਚ ਲਟਾ ਦਿੱਤਾ ਗਿਆ। ਹੁਣ ਖਿਆਲ ਕਰਿਓ ਕੌਮ ਦੇ ਜਰਨੈਲ ਦਾ ਜਵਾਬ ਕੀ ਹੈ, ਕਹਿੰਦਾ ਫਰਕਸੀਅਰ ਮੇਰੀ ਗੋਦੀ 'ਚ ਮੇਰਾ ਪੁੱਤ ਪਿਆ ਤੇ ਤੂੰ ਕਹਿ ਰਿਹਾ ਕਤਲ ਕਰ। ਸੱਚ ਜਾਣੀ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਪੰਜਾਬ ਦੇ ਵਿੱਚੋਂ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਭੇਜਿਆ ਸੀ, ਮੇਰੇ ਉਸ ਗੁਰੂ ਨੇ ਕਿਹਾ ਸੀ ਮਜ਼ਲੂਮ ਤੇ ਮਾਸੂਮ ਦੇ ਪਰਿਵਾਰ ਨਹੀਂ ਕਰਨਾ, ਤੂੰ ਮੇਰਾ ਦੁਸ਼ਮਣ ਹੈ, ਜੇ ਮੇਰੀ ਗੋਦੀ 'ਚ ਤੇਰਾ ਪੁੱਤ ਪਿਆ ਹੁੰਦਾ ਮੈਂ ਤਾਂ ਵੀ ਕਤਲ ਨਾ ਕਰਦਾ, ਇਹ ਤਾਂ ਮੇਰਾ ਪੁੱਤਰ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚੋਂ ਕੱਢ ਕੇ ਜ਼ਲਾਦ ਨੇ ਉਸ ਬੱਚੇ ਨੂੰ ਜ਼ਿਬਾ ਕਰਕੇ ਉਹਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਧੁੰਨ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਇੱਕ ਕਾਵਿ ਰਚਨਾ ਦੇ ਵਿੱਚ ਇੱਕ ਲਿਖਾਰੀ ਬੜਾ ਸੁੰਦਰ ਲਿਖਦਾ ਹੈ, ਫਰਕਸੀਅਰ ਕਹਿੰਦਾ ਬੰਦਾ ਸਿੰਘ ਬਹਾਦਰ ਤੇਰੇ ਮੂੰਹ 'ਚ ਤੇਰੇ ਪੁੱਤਰ ਦਾ ਦਿਲ ਹੈ, ਹੁਣ ਕਿਵੇਂ ਮਹਿਸੂਸ ਹੁੰਦਾ ਏ? ਕਹਿੰਦਾ ਫਿਰ ਕੀ ਹੋਇਆ, ਲਾੜੀ ਮੌਤ ਨੂੰ ਵਿਆਹੁਣ ਜਾ ਰਿਹਾ, ਸਾਡੇ 'ਚ ਰਿਵਾਜ਼ ਆ ਜਦੋਂ ਵਿਆਹੁਣ ਵਾਸਤੇ ਜਾਈਦਾ ਤੇ ਮੂੰਹ ਦੇ ਵਿੱਚ ਕੁਛ ਪਾਉਂਦੇ ਨੇ, ਫਿਰ ਕੀ ਹੋਇਆ ਤੂੰ ਮੇਰੇ ਪੁੱਤਰ ਦਾ ਦਿਲ ਪਾ ਦਿੱਤਾ। ਉਸ ਦੇ ਬੱਚੇ ਦੇ 26 ਟੁਕੜੇ ਕਰਕੇ ਆਂਦਰਾਂ ਦਾ ਹਾਰ ਭਰੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ 'ਚ ਪਾ ਦਿੱਤੇ। ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਹੁਣ ਦੱਸ। ਕਹਿੰਦਾ ਫਿਰ ਕੀ ਹੋਇਆ, ਗਲ 'ਚ ਹਾਰ ਹੀ ਪਿਆ। ਉਹਦਾ ਸਾਰਾ ਖੂਨ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਨੂੰ ਮਲ ਦਿੱਤਾ ਤੇ ਉਸ ਦੇ 4 ਸਾਲ ਦੇ ਬੱਚੇ ਦਾ ਸਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ 'ਚ ਰੱਖ ਦਿੱਤਾ। ਕੌਮ ਦੇ ਜਰਨੈਲ ਦੇ ਨੇਤਰ ਬੰਦ ਨੇ ਤੇ ਫਰਕਸੀਅਰ ਕਹਿੰਦਾ ਬੰਦਾ ਸਿੰਘ ਹੁਣ ਅੱਖਾਂ ਨਹੀਂ ਖੋਲਦਾ, ਅਜੇ ਵੀ ਦੀਨੇ ਸਲਾਮ ਕਬੂਲ ਕਰ ਲਿਆ, ਕੀ ਗੱਲ ਹੁਣ ਪੁੱਤਰ ਦੀ ਮੌਤ ਨਹੀਂ ਵੇਖੀ ਜਾਂਦੀ? ਨੇਤਰ ਖੋਲ ਕੇ ਕੌਮ ਦੇ ਜਰਨੈਲ ਨੇ ਕਿਹਾ ਫਰਕਸੀਅਰ ਤੂੰ ਤਾਂ ਮੇਰਾ ਰਹਿੰਦਾ ਕਰਜ਼ਾ ਵੀ ਲਾਹ ਦਿੱਤਾ ਈ, ਜਿਸ ਗੁਰੂ ਨੇ ਮੈਨੂੰ ਸਿੱਖੀ ਦੀ ਦਾਤ ਬਖਸ਼ੀ ਸੀ ਉਹਨੇ 4 ਪੁੱਤਰਾਂ ਦੇ ਸਿਰ ਮੇਰੀ ਝੋਲੀ 'ਚ ਪਾਏ ਸੀ, ਅੱਜ ਮੈਂ ਸੁਰਖਰੂ ਹੋ ਗਿਆ ਈ, ਮੈਂ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਗੁਰੂ ਦੀ ਗੋਦ 'ਚ ਚੱਲਿਆ ਈ, ਮੈਂ ਤੇ ਸੁਰਖਰੂ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਦੇ ਸਾਹਮਣੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਬਾਬਾ ਬੰਦਾ ਸਿੰਘ ਬਹਾਦਰ ਜਿਸਨੇ ਸਾਹਿਬਜ਼ਾਦਿਆਂ ਦੀ ਇਸ ਮਹਾਨ ਸ਼ਹਾਦਤ ਦਾ ਬਦਲਾ ਲਿਆ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਣ ਲੱਗਾ ਤੇ ਫਰਕਸੀਅਰ ਇੱਕ ਗੱਲ ਪੁੱਛਦਾ, ਕਹਿੰਦਾ ਫਰਕਸੀਅਰ ਅਸੀਂ ਹਿੰਦੁਸਤਾਨ ਦੀਆਂ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਕਿ ਜਿਸ ਵੇਲੇ ਸਿਕੰਦਰ ਤੇ ਪੋਰਸ ਦੀ ਲੜਾਈ ਹੋਈ, ਪੋਰਸ ਫੜਿਆ ਗਿਆ ਤੇ ਸਿਕੰਦਰ ਪੁੱਛਦਾ ਹੈ ਤੇਰੇ ਨਾਲ ਵਰਤਾਅ ਕਿਵੇਂ ਦਾ ਕੀਤਾ ਜਾਵੇ, ਤੇ ਪੋਰਸ ਕਹਿੰਦਾ ਜਿਵੇਂ ਦਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ। ਇਹ ਪ੍ਰਾਣਾਂ ਦੀ ਭੀਖ ਮੰਗੀ ਜਾ ਰਹੀ ਹੈ, ਕੋਈ ਬਹਾਦਰੀ ਨਹੀਂ। ਇੱਥੇ ਫਰਕਸੀਅਰ ਬੰਦਾ ਸਿੰਘ ਬਹਾਦਰ ਨੂੰ ਪੁੱਛਦਾ, ਕਹਿੰਦਾ ਬੰਦਾ ਸਿੰਘ ਬਹਾਦਰ ਤੈਨੂੰ ਮੌਤ ਕਿਵੇਂ ਦੀ ਦਿੱਤੀ ਜਾਵੇ? ਤੇ ਬਾਬਾ ਬੰਦਾ ਸਿੰਘ ਕਹਿ ਰਿਹਾ ਫਰਕਸੀਅਰ ਤੂੰ ਮੇਰੇ ਸਬਰ ਨੂੰ ਪਰਖਣਾ, ਜਿੰਨੀ ਮਾੜੀ ਤੋਂ ਮਾੜੀ ਮੌਤ ਤੂੰ ਸੋਚ ਸਕਦਾ ਮੈਨੂੰ ਓਨੀ ਮਾੜੀ ਦੇ। ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਮੂਰਾਂ ਦੇ ਨਾਲ ਮਾਸ ਨੋਚਿਆ ਗਿਆ, ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ, ਉਹਦੇ ਪੈਰ ਕੱਟ ਦਿੱਤੇ ਗਏ, ਹੱਥ ਕੱਟ ਦਿੱਤੇ ਗਏ ਤੇ ਇਸ ਤਰ੍ਹਾਂ ਇਸ ਕੌਮ ਦੇ ਜਰਨੈਲ ਨੂੰ ਟੁਕੜੇ ਟੁਕੜੇ ਕਰਕੇ ਦਿੱਲੀ ਦੇ ਖਵਾਜ਼ਾ ਬਖਤਿਆਰ ਕਾਕੇ ਦੀ ਦਰਗਾਹ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਰਿਓ, ਇਹ ਉਸ ਸ਼ਹਾਦਤ ਦਾ ਮਹਾਨ ਸਾਕਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਗੁਰੂ ਸਾਹਿਬਾਨ ਦੇ ਬੱਚਿਆਂ ਨੇ ਇੰਨੀ ਛੋਟੀ ਆਜੂ ਦੇ ਵਿੱਚ ਸ਼ਹਾਦਤਾਂ ਦਿੱਤੀਆਂ, ਕਿਸ ਇਤਿਹਾਸ ਨੂੰ ਰਚਿਆ ਔਰ ਕਿਸ ਤਰ੍ਹਾਂ ਦੇ ਨਾਲ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਸ਼ਹਾਦਤਾਂ ਦੇ ਕਰਨੀ ਦਾ ਫਲ ਭੁਗਤਾ ਕੇ ਆਪਣੀ ਅਤੇ ਆਪਣੇ ਪੁੱਤਰ ਦੀ ਸ਼ਹਾਦਤ ਦਿੱਤੀ। ਸੋ ਇਹ ਅੱਜ ਦਾ ਆਖਰੀ ਦਿਨ ਸੀ ਅਤੇ ਗੁਰੂ ਸਾਰਿਓ, ਆਸ ਕਰਦਾ ਕਿ ਅਸੀਂ ਇੰਨਾ ਕੁ ਪ੍ਰਣ ਜ਼ਰੂਰ ਕਰਾਂਗੇ ਕਿ ਇਹਨਾਂ ਮਹਾਨ ਸ਼ਹਾਦਤਾਂ ਦੇ ਉੱਪਰ ਅਸੀਂ ਮਾਣ ਕਰਦੇ ਹੋਏ, ਫਖਰ ਕਰਦੇ ਹੋਏ ਅਸੀਂ ਗੁਰੂ ਦੇ ਲੜ ਜ਼ਰੂਰ ਲੱਗੀਏ ਅਤੇ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਖੰਡੇ ਬਾਟੇ ਦੀ ਪਾਹੁਲ ਲਈਏ, ਕੇਸਾਂ ਦੀ ਬੇਅਦਬੀ ਨਾ ਕਰੀਏ। ਮੇਰੇ ਖਿਆਲ ਦੇ ਨਾਲ ਜੇ ਅਸੀਂ ਇੰਨਾ ਕੁ ਪ੍ਰਣ ਕਰ ਲਈਏ ਤਾਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਉਸ ਗੁਰੂ ਪਾਤਸ਼ਾਹ ਦੇ ਜਿਹੜਾ ਸਾਡੇ 'ਤੇ ਇੰਨਾ ਵੱਡਾ ਅਹਿਸਾਨ ਕੀਤਾ ਹੈ ਕਿ ਆਪਣੇ ਪੁੱਤਰਾਂ ਦੇ ਸਿਰ ਸਾਡੀ ਝੋਲੀ 'ਚ ਪਾਏ ਨੇ, ਸਾਨੂੰ ਬੰਦਾ ਸਿੰਘ ਬਹਾਦਰ ਦੀ ਉਹ ਗੱਲ ਜ਼ਰੂਰ ਯਾਦ ਰਹੇ ਕਿ ਅੰਮ੍ਰਿਤ ਦੇਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਆਪਣੇ ਪਰਿਵਾਰ ਦੇ ਸੀ ਸਾਡੀ ਝੋਲੀ 'ਚ ਪਾਏ ਨੇ, ਅਤੇ ਕੌਮ ਦਾ ਉਹ ਜਰਨੈਲ ਜਿਹੜਾ ਕਹਿ ਰਿਹਾ ਕਿ ਮੈਂ ਇਸ ਅਮਾਨਤ ਨੂੰ ਆਪਣੇ ਪੁੱਤਰ ਦੇ ਸਿਰ ਦੇ ਨਾਲ ਅਦਾ ਕਰ ਰਿਹਾ। ਇਹ ਗੱਲਾਂ ਸਾਨੂੰ ਜ਼ਰੂਰ ਯਾਦ ਰਹਿਣ। ਇੰਨੀਆਂ ਕੁ ਬੇਨਤੀਆਂ ਪਰਿਵਾਰ, ਫਤਿਹ ਦੀ ਸਾਂਝ ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।